ਹੈਲੋ ਦੋਸਤੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਪੰਜਾਬ ਵਰਡ اٹੈਂਡੈਂਟ ਦੀਆਂ ਜੜੀਆਂ ਵੀ ਪੋਸਟ ਆਈਆਂ ਸਿਗੀਆਂ ਉਹਨਾਂ ਦੇ ਵਿੱਚ ਆਪਾਂ ਜਿਹੜਾ ਵੀ ਐਗਜ਼ਾਮ ਦੇਣਾ ਹੈ ਉੱਥੇ ਆਪਾਂ ਨੂੰ ਸਿਲੇਬਸ ਦੇ ਵਿੱਚ ਇੱਕ ਬੇਸਿਕ ਫਰਸਟ ਏਡ ਟੈਕਨੀਕਸ ਭਾਵੇਂ ਮੋਡਲੀ ਜਿਹੜੀ ਡਾਕਟਰੀ ਸਹਾਇਤਾ ਹੁੰਦੀ ਹੈ ਵੀ ਉਹਦਾ ਵੀ ਇੱਕ ਇੱਕ 파ਟ ਹੈ ਜਿਵੇਂ ਕਿ ਰੀਜ਼ਨਿੰਗ ਮੈਥਸ ਇੰਗਲਿਸ਼ ਤੇ ਜਿਹੜੀ ਇੱਕ ਜੀਕੇ ਹੈ ਤੇ ਇਹਦੇ ਵਿੱਚ ਹੋਰ 파ਟ ਆਉਂਦਾ ਹੈ ਤੁਹਾਡਾ ਵੀ ਬੇਸਿਕ ਫਸਟ ایڈ ਟੈਕਨਿਕਸ ਵੇ ਉਹਦੇ ਬਾਰੇ ਆਪਾਂ ਜਿਹੜੀਆਂ ਕਲਾਸਾਂ ਹੈ ਉਹ ਸ਼ੁਰੂ ਕੀਤੀਆਂ ਹੈਗੀਆਂ ਵੀ ਇਹ ਮੈਨੂੰ ਲੱਗਦਾ ਵੀ 30 35 ਕਲਾਸਾਂ ਦੇ ਵਿੱਚ ਆਪਣਾ ਇਹ ਜਿਹੜਾ ਵੀ ਇਹ ਸਾਰੀ ਕਿਤਾਬ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਿਲੇਬਸ ਇਹ ਖਤਮ ਹੋ ਜਾਣਾ ਹੈ ਸੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਸੋ ਦੋਸਤੋ ਜੇਕਰ ਤੁਹਾਡਾ ਕੋਈ ਇਹੋ ਜਿਹਾ ਫਰੈਂਡ ਹੈ ਜਿਹੜੀ ਜੋ ਜੋ ਕੋਈ ਵੀ ਇਸ ਸਬਜੈਕਟ ਦੀ ਤਿਆਰੀ ਕਰਦਾ ਹੋਵੇ ਪੰਜਾਬ ਵਰਡ اٹੈਂਡੈਂਟ ਦੀਆਂ ਵੀ ਮੈਨੂੰ ਤਾਂ ਇੰਨਾ ਪਤਾ ਹੈ ਵੀ ਬਹੁਤ ਇਹਦੀ ਜਿਹੜੀ 800 ਪੋਸਟਾਂ ਸੀਗੀਆਂ ਤੇ ਵੀ ਜਿਹੜੀ ਇਹਦੀ ਭਰਤੀ ਭਰੀ ਗਈ ਹੈ ਉਹ ਬਹੁਤ ਜਣਿਆਂ ਨੇ ਅਪਲਾਈ ਕੀਤਾ ਹੈ ਸੋ ਜਿਹੜਾ ਕੰਪੀਟੀਸ਼ਨ ਮਿਲਣਾ ਹੈ ਉਹ ਬਹੁਤ ਹੀ ਟਫ ਹੋ ਸਕਦਾ ਹੈ ਸੋ ਤੁਸੀਂ ਕੀ ਕਰਨਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਬੈਲ ਆਈਕਨ ਵੀ ਪ੍ਰੈਸ ਜ਼ਰੂਰ ਤੋਂ ਕਰ ਲੈਣਾ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਜਿਹੜਾ ਵੀ ਟੌਪਿਕ ਹੈ ਵੀ ਅੱਜ ਕੀ ਕੀ ਅੱਜ ਆਪਾਂ ਕੀ ਕੁਝ ਸਿੱਖਣਾ ਹੈ ਪਹਿਲਾਂ ਮੈਂ ਉਹਦੇ ਬਾਰੇ ਗੱਲ ਕਰ ਲਿਆ ਵੀ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਵੀ ਏਮਸ ਕੀ ਹੈ ਫਰਸਟ ਏਡ ਜਿਹੜੀ ਡਾਕਟਰੀ ਮਦਦ ਲਈ ਸਹਾਇਤਾ ਦਿੱਤੀ ਜਾਂਦੀ ਹੈ ਵੀ ਇਹਦੇ ਏਮ ਕੀ ਹੈ ਵੀ ਟਿੱਚਾ ਕੀ ਹੈ ਦਾ ਵੀ ਤੁਸੀਂ ਕਿਉਂ ਦਿੰਦੇ ਹੋ ਇਹਨੂੰ ਕਿਸੇ ਨੂੰ ਵੀ ਠੀਕ ਹੈ ਤੇ ਫਰਸਟ ਏਡ ਐਂਡ ਦਾ ਲਾ ਵੀ ਇਹਦੇ ਸੰਬੰਧਿਤ ਕੁਝ ਸਰਕਾਰ ਦੁਆਰਾ ਕਾਨੂੰਨ ਵੀ ਬਣਾਏ ਗਏ ਹਨ ਵੀ ਇਹਨਾਂ ਬਾਰੇ ਆਪਾਂ ਪੜਾਂਗੇ ਤੇ ਡੀਲਿੰਗ ਵਿਦਨ ਐਮਰਜੈਂਸੀ ਜੇ ਕੋਈ ਐਮਰਜੈਂਸੀ ਆ ਜਾਂਦੀ ਹੈ ਠੀਕ ਹੈ ਨਾ ਜੀ ਆਪਾਂ ਕੱਲ ਨੂੰ ਜਿਹਨੂੰ ਆਪਾਂ ਕਹਿੰਦੇ ਆ ਵੀ ਜੇ ਕੋਈ ਉਹ ਐਹੋ ਜਿਹੀ ਗੱਲਬਾਤ ਹੋ ਜਾਂਦੀ ਹੈ ਫਿਰ ਤੁਸੀਂ ਉਹਨੂੰ ਡੀਲ ਕਿਵੇਂ ਕਰਨਾ ਹੈ ਸੋ ਅੱਜ ਦੀ ਆਪਾਂ ਵੀਡੀਓ ਚ ਆ ਜਿਹੜੇ ਤਿੰਨ ਤੁਹਾਨੂੰ ਟੌਪਿਕ ਵਿਖਰੇ ਹੋਣਗੇ ਵੈਸੇ ਤਾਂ ਚਲੋ ਆਪਣਾ ਜਿਹੜੀ ਆਪਣੀ ਜਿਹੜੀ ਪੀਪੀਟੀ ਬਣੀ ਹੋਈ ਹੈ ਉਹ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਮਿਲੇਗੀ ਬਟ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਹੀ ਸਮਝਾਉਂਗਾ ਤੇ ਪੂਰੀ ਕੋਸ਼ਿਸ਼ ਕਰੂੰਗਾ ਵੀ ਜਿਹੜਾ ਵੀ ਕਨਸੈਪਟ ਹੈ ਉਹ ਚੰਗੀ ਤਰ੍ਹਾਂ ਕਲੀਅਰ ਹੋ ਜਾਏ ਜੇਕਰ ਤੁਸੀਂ ਚਾਹੁੰਦੇ ਹੋ ਵੀ ਹਾਂ ਵੀ ਤੁਹਾਡਾ ਬਹੁਤ ਟੈਂਡੈਂਡ ਦਾ ਟੈਸਟ ਕਲੀਅਰ ਹੋਵੇ ਸੋ ਆਪਾਂ ਅੱਜ ਦਾ ਚਲੋ ਕੀ ਕਹਿ ਸਕਦੇ ਆਂ ਵੀ ਇਹਨੂੰ ਜਿਹੜੀ ਆਪਣੀ ਫਰਸਟ ਡੇਟ ਦੀ ਕਲਾਸ ਹੈ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਆਂ ਇੰਗਲਿਸ਼ ਜੀਕੇ ਤੇ ਤੁਹਾਡਾ ਜਿਹੜਾ ਪੋਰਸ਼ਨ ਹੈ ਰੀਜ਼ਨਿੰਗ ਦਾ ਉਹ ਵੀ ਕਵਰ ਕਰਨ ਦੀ ਕੋਸ਼ਿਸ਼ ਜ਼ਰੂਰ ਤੋਂ ਕਰਾਂਗੇ ਸੋ ਅੱਜ ਦੇ ਆਪਣੇ ਵੀਡੀਓ ਚ ਆਹ ਤਿੰਨ ਟਾਪਿਕ ਨੂੰ ਅੱਜ ਕਵਰ ਕਰਨਾ ਹੈ ਡੀਲਿੰਗ ਵਿਦਨ ਐਮਰਜੈਂਸੀ ਫਰਸਟ ایڈ ਐਂਡ ਦ ਲਾਅ ਏਮਸ ਆਫ ਫਰਸਟ ایڈ ਸੋ ਇਹ ਬਹੁਤ ਹੀ ਇੰਪੋਰਟੈਂਟ ਹੈ ਇਹ ਨਾ ਸਮਝੋ ਵੀ ਬਹੁਤ ਸੌਖਾ ਹੈ ਵੈਸੇ ਤਾਂ ਚਲੋ ਇਹਨੂੰ ਆਪਾਂ ਕਿਸੇ ਚੀਜ਼ ਨੂੰ ਔਖਾ ਵੀ ਨਹੀਂ ਕਹਿ ਸਕਦੇ ਸੌਖਾ ਵੀ ਨਹੀਂ ਕਹਿ ਸਕਦੇ ਸਾਰਾ ਕੁਝ ਤੁਹਾਡੇ ਸਮਝਣ ਤੇ ਹੀ ਹੈ ਵੀ ਜੇ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਫਿਰ ਪੇਪਰ ਦੇ ਵਿੱਚ ਵੀ ਵਧੀਆ ਅਟੈਂਪਟ ਕਰ ਸਕਦੇ ਹੋ ਸੋ ਚਲੋ ਚੱ ਅ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬਾਕੀ ਦੇ ਟਾਪਿਕ ਹੈ ਠੀਕ ਹੈ ਨਾ ਜੀ ਇਹ ਮੈਂ ਹੌਲੀ-ਹੌਲੀ ਟਾਈਮ ਦੇ ਅਕੋਰਡਿੰਗ ਵੀ ਅੱਗੇ ਮੈਂ ਹੌਲੀ-ਹੌਲੀ ਤੁਹਾਨੂੰ ਵੀ ਕਰਾ ਦੇਵਾਂਗਾ ਜੋ ਸੋ ਚਲੋ ਚੱਲਦੇ ਹਾਂ ਅੱਜ ਦੀ ਆਪਣੀ ਵੀਡੀਓ ਤੇ ਸੋ ਆਪਾਂ ਫਰਸਟ ਵੇਖਿਆ ਸੀ ਏਮਸ ਆਫ ਫਰਸਟ ایڈ ਵੀ ਜਿਹੜੀ ਤੁਹਾਨੂੰ ਮੋਡਲੀ ਸਹਾਇਤਾ ਦਿੱਤੀ ਜਾਂਦੀ ਹੈ ਡਾਕਟਰੀ ਸਹਾਇਤਾ ਵੀ ਇਹ ਕਿਉਂ ਦਿੱਤੀ ਜਾਂਦੀ ਹੈ ਵੀ ਸਰ ਨਾਲ ਆਪਾਂ ਜੇ ਇਹਦੀ ਪਹਿਲਾਂ ਗੱਲ ਕਰੀਏ ਵੀ ਤੇ ਏਮਸ ਕੀ ਹੈ ਵੀ ਇਹ ਜਦੋਂ ਵੀ ਕੋਈ ਤੁਸੀਂ ਪਰਸਨ ਵੇਖਦੇ ਹੋ ਠੀਕ ਹੈ ਨਾ ਜੀ ਕਦੇ ਕਦਾ ਤੁਸੀਂ ਸੜਕ ਤੇ ਪਰਸਨ ਵੇਖਦੇ ਹੋ ਜਾਂ ਕਦੇ ਕਿਸੇ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਫਿਰ ਕੋਈ ਬਿਮਾਰ ਹੋ ਗਿਆ ਨਾ ਅਚਾਨਕ ਹੀ ਬਹੁਤ ਹੀ ਜ਼ਿਆਦਾ ਸੀਰੀਅਸ ਸਿਚੁਏਸ਼ਨ ਆ ਗਈ ਫਿਰ ਤੁਸੀਂ ਕੀ ਕਰੋਗੇ ਉਹਨੂੰ ਵੀ ਡਾਕਟਰ ਦੀ ਵੇਟ ਕਰੋਗੇ ਕਿ ਹਾਂ ਵੀ ਮੰਨ ਕੇ ਚੱਲੋ ਵੀ ਉਹਨੂੰ ਲੋੜ ਹੈ ਵੀ ਕਿਸੇ ਵੀ ਡਾਕਟਰ ਦੀ ਉਹ ਨੂੰ ਇਨਸਟੈਂਟ ਲੋਡ ਹੈ ਬਟ ਉੱਥੇ ਡਾਕਟਰ ਹੈ ਨਹੀਂ ਬਟ ਉਹਨੂੰ ਕੋਈ ਨਾ ਕੋਈ ਤੁਸੀਂ ਟੈਂਪਰਰੀ ਕਹਿ ਸਕਦੇ ਆਂ ਵੀ ਅਸਿਸਟੈਂਸ ਤਾਂ ਫਿਰ ਉਹਨੂੰ ਦੇਣੀ ਪਊਗੀ ਨਾ ਵੀ ਬਹੁਤ ਜ਼ਿਆਦਾ ਬਿਮਾਰ ਹੈ ਵੀ ਅਚਾਨਕ ਹੀ ਉਹ ਬਿਮਾਰ ਪੈ ਗਿਆ ਪਰਸਨ ਵੀ ਉਹਨੂੰ ਤੁਸੀਂ ਐਂਬੂਲੈਂਸ ਦੇ ਵਿੱਚ ਅਚਾਨਕ ਹੀ ਨਹੀਂ ਲੈ ਕੇ ਜਾ ਸਕਦੇ ਠੀਕ ਹੈ ਨਾ ਜੀ ਉਹ ਐਂਬੂਲੈਂਸ ਆਉਣ ਨੂੰ ਵੀ ਟਾਈਮ ਲੱਗੇਗਾ ਫਿਰ ਉਸ ਤੋਂ ਆਉਣ ਤੋਂ ਪਹਿਲਾਂ ਵੀ ਜਿਹੜੀ ਇੱਕ ਇੱਕ ਪੈਰਾਮੈਡੀਕਲ ਜਾਂ ਫਿਰ ਮੈਡੀਕਲ ਪਰਸਨ ਆਉਣ ਤੋਂ ਪਹਿਲਾਂ ਵੀ ਤੁਸੀਂ ਉਹਨੂੰ ਕੀ ਕਰਨਾ ਹੈ ਇੱਕ ਅਸਿਸਟੈਂਸ ਪ੍ਰੋਵਾਈਡ ਕਰਨੀ ਹੈ ਕਿਹੜੇ ਪਰਸਨ ਨੂੰ ਜਿਹੜਾ ਵੀ ਤੁਹਾਨੂੰ ਮਰੀਜ਼ ਵਿਖਰਿਆ ਹੋਵੇਗਾ ਉਹਨੂੰ ਹੀ ਆਪਾਂ ਕੀ ਕਹਿੰਦੇ ਆਂ ਉਹਨੂੰ ਜਿਵੇਂ ਕਿ ਮੰਨ ਕੇ ਚੱਲੋ ਕੋਈ ਘਰ ਹੈ ਠੀਕ ਹੈ ਨਾ ਜੀ ਉੱਥੇ ਅੱਗ ਲੱਗ ਗਈ ਬਾਈ ਚਾਂਸ ਲੱਗ ਜਵੇ ਨਹੀਂ ਨਾ ਲੱਗੇ ਵੈਸੇ ਮੈਂ ਜਸਟ ਕਹਿ ਰਿਹਾ ਵੀ ਉੱਥੇ ਅੱਗ ਲੱਗ ਗਈ ਆ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਵੇਟ ਜਿਹੜੇ ਫਾਇਰ ਬ੍ਰਿਗੇਡ ਹੁੰਦੇ ਆ ਤੁਸੀਂ ਕੀ ਤੁਸੀਂ ਕੀ ਉਹਨਾਂ ਦੀ ਇਕੱਲੇ ਸਿਰਫ ਵੇਟ ਹੀ ਕਰੋਗੇ ਤੁਸੀਂ ਆਪ ਨਹੀਂ ਕੁਝ ਕਰੋਗੇ ਸੋ ਇੱਥੇ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਏਮ ਹੈ ਫਰਸਟ ਏਡ ਦਾ ਉਹ ਕੀ ਹੈ ਵੀ ਟੈਂਪਰੇਰੀ ਜੋ ਵੀ ਹੋ ਜਾ ਤੁਸੀਂ ਪ੍ਰੋਵਾਈਡ ਅਸਿਸਟੈਂਸ ਜਿਹੜੀ ਹੈ ਨਾ ਜੀ ਉਹ ਪ੍ਰੋਵਾਈਡ ਕਰ ਸਕਦੇ ਹੋ ਤੁਸੀਂ ਇਹਨੂੰ ਹੀ ਆਪਾਂ ਕਹਿੰਦੇ ਆ ਵੀ ਇਹ ਆਪਣੀ ਫਰਸਟ ਏਡ ਇਹ ਹੁੰਦੀ ਆ ਵੀ ਤੁਸੀਂ ਇਹਦੇ ਇਮਸ ਹੋਰ ਕੀ ਕੁਝ ਹੁੰਦੇ ਆ ਵੀ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਐਸ ਅ ਕਨਸੀਕਵੈਂਸਸ ਆਫ ਡਿਜ਼ਾਸਟਰ অর ਸਿਵਲ ਸਟ੍ਰਾਈਪ ਪੀਪਲ ਸuffer ਇੰਜਰੀਜ਼ ਕਿ ਉਹੀ ਗੱਲ ਗੱਲ ਕਹੀ ਜਾ ਰਹੀ ਹੈ ਜਿਹੜੀ ਮੈਂ ਹੁਣੇ ਤੁਹਾਨੂੰ ਸਮਝਾਈ ਆ ਵੀ ਜਦੋਂ ਵੀ ਕਿਤੇ ਵੀ ਕੋਈ ਪਰਸਨ ਹੈ ਵੀ ਉਹਨੂੰ ਇੰਜਰੀਜ਼ ਕੋਈ ਜ਼ਖਮ ਹੋ ਗਿਆ ਜਾਂ ਤਾਂ ਫਿਰ ਹੋਰ ਵੀ ਕੋਈ ਬਹੁਤ ਸਮੱਸਿਆਵਾਂ ਆ ਸਕਦੀਆਂ ਵੀ ਉਹਨੂੰ ਅਰਜੈਂਟ ਕੇਅਰ ਦੀ ਜ਼ਰੂਰਤ ਪੈ ਜਾਂਦੀ ਹੈ ਸੋ ਤੁਸੀਂ ਕੀ ਕਰਦੇ ਆ ਵੀ ਉਹਨੂੰ ਨਾ ਫਰਸਟ ایڈ ਪ੍ਰੋਵਾਈਡ ਕਰਾਉਨੇ ਹੋ ਵੀ ਉਹਨੂੰ ਨੇੜੇ ਵਾਲੇ ਜਿਹੜੇ ਵੀ ਹੈਲਥ ਕੇਅਰ ਫੈਸਿਲਿਟੀਆਂ ਹੈ ਉੱਥੇ ਉਹਨੂੰ ਪਹੁੰਚਾਇਆ ਜਾ ਸਕੇ ਸੋ ਆਪਾਂ ਗੱਲ ਕਰੀਏ ਐਮਸ ਦੀ ਠੀਕ ਹੈ ਨਾ ਜੀ ਹੁਣ ਤਾਂ ਇਹ ਆਪਾਂ ਵੇਖ ਲਿਆ ਵੀ ਫਰਸਟ ایڈ ਹੈ ਕੀ ਸੀ ਵੀ ਆਪਾਂ ਉਹਨੂੰ ਕਿਉਂ ਕਰਨਾ ਹੈ ਇੱਥੇ ਜੇ ਆਪਾਂ ਐਮ ਦੀ ਗੱਲ ਕਰੀਏ ਵੀ ਟੂ ਪ੍ਰਿਜ਼ਰਵ ਲਾਈਫ ਪ੍ਰਿਜ਼ਰਵ ਲਾਈਫ ਦਾ ਕੀ ਭਾਵ ਹੈ ਵੀ ਕਿਸੇ ਪਰਸੰਦੀ ਆਪਾਂ ਜਾਨ ਜੇ ਬਚਾਉਣੀ ਹੋਵੇ ਠੀਕ ਹੈ ਨਾ ਜੀ ਕਈ ਵਾਰ ਤੁਸੀਂ ਟੀਵੀ ਤੇ ਵੀ ਵੇਖਿਆ ਹੋਣਾ ਵੀ ਜੇ ਤੁਸੀਂ 2 ਮਿੰਟ ਹੋਰ ਦੇਰ ਕਰ ਦਿੰਦੇ ਨਾ ਤੇ ਮਰੀਜ਼ ਦੀ ਜਿਹੜੀ ਹਾਲਤ ਹੈ ਨਾ ਜੀ ਹੋਰ ਗੰਭੀਰ ਹੋ ਸਕਦੀ ਸੀ ਜਾਂ ਫਿਰ ਐਂ ਵੀ ਕਿਹਾ ਜਾਂਦਾ ਵੀ ਸ਼ਾਇਦ ਨਾ ਵੀ ਮਰੀਜ਼ ਦੀ ਜਿਹੜੀ ਜਾਨ ਹੈ ਨਾ ਉਹ ਨਾ ਬਚਦੀ ਵੀ ਤੁਸੀਂ ਬਹੁਤ ਵਾਰ ਇਹ ਗੱਲ ਜ਼ਰੂਰ ਸੁਣੀ ਹੋਣੀ ਆ ਠ ਜਿਹੜੀ ਇੱਕ ਪੀਕੇ ਮੂਵੀ ਹੁੰਦੀ ਹੈ ਨਾ ਜੀ ਉਹਦੇ ਵਿੱਚ ਇੱਕ ਜਿਹੜਾ ਵੀ ਫਰਹਾਨ ਦਾ ਇੱਕ ਫਰੈਂਡ ਹੁੰਦਾ ਨਾ ਜੀ ਉਹਦੇ ਵਿੱਚ ਵੀ ਗੱਲ ਕਹੀ ਜਾਂਦੀ ਹੁੰਦੀ ਵੀ ਜੇ ਡਾਕਟਰ ਜੇ ਤੁਸੀਂ ਵੇਟ ਨਾ ਜੇ ਤੁਸੀਂ ਹੋਰ ਲੇਟ ਕਰਵਾ ਦਿੰਦੇ ਨਾ ਇਹ ਤੇ ਫਿਰ ਉਹਦੇ ਜਿਹੜੇ ਡੈਡੀ ਦੀ ਜਿਹੜੀ ਹਾਲਤ ਹੁੰਦੀ ਆ ਉਹ ਬਹੁਤ ਜ਼ਿਆਦਾ ਸੀਰੀਅਸ ਹੋ ਜਾਣੀ ਸੀ ਸੋ ਇਸ ਦਾ ਇਹੀ ਮਤਲਬ ਹੈ ਵੀ ਪ੍ਰੀਜ਼ਰਵ ਲਾਈਫ ਕਿ ਵੀ ਲਾਈਫ ਬਚਾਉਣ ਲਈ ਕੀਤੀ ਜਾਂਦੀ ਹੈ ਜੇ ਆਪਾਂ ਦੂਜੇ ਪੁਆਇੰਟ ਦੀ ਗੱਲ ਕਰੀਏ ਦੂਜੇ ਪੁਆਇੰਟ 'ਚ ਕੀ ਕਹਾਇਆ ਜਾ ਰਿਹਾ ਟੂ ਪ੍ਰੋਵੈਂਡ ਦਾ ਵਰਸਨਿੰਗ ਆਫ ਵਨ ਮੈਡੀਕਲ ਕੰਡੀਸ਼ਨ ਕਿ ਵੀ ਜਿਹੜੀ ਉਹਦੀ ਹਾਲਤ ਹੈ ਠੀਕ ਹੈ ਨਾ ਜੀ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਸ ਪਰਸਨ ਦੀ ਵੀ ਉਹਨੂੰ ਥੋੜਾ ਜਿਹਾ ਵੀ ਹੋਰ ਬੁਰੀ ਨਾ ਹੋ ਜਾਵੇ ਠੀਕ ਹੈ ਨਾ ਜੀ ਕੀ ਪਤਾ ਹੁਣ ਮੰਨ ਕੇ ਚੱਲੋ ਕੋਈ ਬਾਈ ਚਾਂਸ ਕੋਈ ਐਕਸੀਡੈਂਟ ਹੋ ਗਿਆ ਠੀਕ ਹੈ ਨਾ ਜੀ ਐਕਸੀਡੈਂਟ ਹੋਣ ਤੋਂ ਬਾਅਦ ਕੀ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਵੀ ਉਹਦਾ ਜਿਹੜਾ ਬਲੱਡ ਸੀ ਉਹ ਬਹੁਤ ਜ਼ਿਆਦਾ ਬਲੀਡ ਕਰਨ ਲੱਗ ਗਿਆ ਤੁਸੀਂ ਕੀ ਕੀਤਾ ਤੁਸੀਂ ਉੱਥੇ ਆ ਕੇ ਉਹਦੀ ਪੱਟੀ ਕਰਤੀ ਵੀ ਤੁਸੀਂ ਇੱਕ ਹਿਸਾਬ ਦਾ ਵੀ ਉਹਦੀ ਬਲੀਡਿੰਗ ਤਾਂ ਰੋਕ ਸਕਦੇ ਹੋ ਨਾ ਜੇ ਤੁਸੀਂ ਡਾਕਟਰ ਹੈ ਨਹੀਂ ਐਮਬੂਲੈਂਸ ਆਉਣ ਤੱਕ ਤਾਂ ਉਹਦੀ ਬਲੀਡਿੰਗ ਰੋਕੀ ਜਾ ਸਕਦੀ ਹੈ ਜੇ ਤੁਸੀਂ ਇਹ ਕੰਮ ਵੀ ਕਰਤਾ ਤੇ ਬਹੁਤ ਜ਼ਿਆਦਾ ਉਹਦਾ ਨਾ ਇੱਕ ਟੈਂਪਰੀਰੀ ਕਹਿ ਸਕਦੇ ਆ ਅਸਿਸਟੈਂਸ ਮਿਲ ਜੇਗੀ ਉਹਨੂੰ ਤੇ ਉਹ ਹਸਪੀਟਲ ਦੇ ਵਿੱਚ ਜਾ ਕੇ ਉਹਦੀ ਹਾਲਤ ਆ ਨਾ ਜਿਹੜੀ ਹਾਲਤ ਵਰਸਨਿੰਗ ਹੋਈ ਕਹਿੰਨੇ ਆਪੀ ਵੱਧ ਤੋਂ ਵੱਧ ਜਿਹੜੀ ਉਹਦੀ ਸਥਿਤੀ ਹੈ ਉਹ ਨਾ ਹੋਵੇ ਸੋ ਇਹਦੇ ਕਰਕੇ ਇਹਨੂੰ ਬਚਾਉਣ ਲਈ ਠੀਕ ਹੈ ਨਾ ਜੀ ਇਹ ਹੈ ਆਪਣਾ ਏਮ ਫਸਟ ਏਡ ਦਾ ਜੇ ਆਪਾਂ ਗੱਲ ਕਰੀਏ ਤੇ ਤੀਜੇ ਪੁਆਇੰਟ ਦੀ ਤੇ ਕੀ ਕਿਹਾ ਜਾ ਰਿਹਾ ਟੂ ਪ੍ਰੋਮੋਟ ਰਿਕਵਰੀ ਰਿਕਵਰੀ ਕਹਿਣ ਦਾ ਭਾਵ ਵੀ ਉੱਥੇ ਥੋੜੀ ਬਹੁਤੀ ਉਹਨੂੰ ਸੱਟ ਲੱਗੀ ਹੋਵੇ ਤੇ ਉਹਨੂੰ ਪ੍ਰੋਮੋਟ ਰਿਕਵਰੀ ਕਰਨ ਲਈ ਵੀ ਰਿਕਵਰੀ ਕਰਨ ਲਈ ਵੀ ਉਹਨੂੰ ਬਹੁਤਾ ਟਾਈਮ ਨਾ ਲੱਗੇ ਜੇ ਹਸਪੀਟਲ ਦੇ ਵਿੱਚ ਪਹੁੰਚਦਾ ਫਿਰ ਉਹ ਉੱਥੇ ਜਿਹੜਾ ਕੰਮ ਉੱਥੇ ਡਾਕਟਰ ਨੇ ਛੋਟਾ ਮੋਟਾ ਕਰਨਾ ਸੀ ਪਹਿਲਾਂ ਉਹਨੂੰ ਹਨਾ ਸ਼ਾਂਤ ਕਰਨ ਦਾ ਜਾਂ ਤਾਂ ਕਹਿ ਸਕਦੇ ਆ ਵੀ ਉਹਨੂੰ ਕੰਫਰਟ ਪ੍ਰੋਵਾਈਡ ਕਰਨ ਦਾ ਇਹ ਤੁਸੀਂ ਵੀ ਕਰ ਸਕਦੇ ਹੋ ਇਹ ਕੰਮ ਤਾਂ ਠੀਕ ਹੈ ਨਾ ਜੀ ਫਿਰ ਇਹ ਜੇ ਕੰਮ ਕਰਤਾ ਤਾਂ ਕਰਕੇ ਜਿਹੜਾ ਏਮ ਹੈ ਫਸਟ ਏਡ ਦਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੇ ਜੋ ਆਪਾਂ ਗੱਲ ਕਰੀਏ ਫੋਰਥ ਆਪਸ਼ਨ ਦੀ ਫੋਰਥ ਆਪਸ਼ਨ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਟੂ ਹੈਲਪ ਟੂ ਐਂਸ਼ੋਰ ਸੇਫ ਟ੍ਰਾਂਸਪੋਰਟੇਸ਼ਨ ਟੂ ਦਾ ਨੀਅਰੈਸਟ ਹੈਲਥ ਕੇਅਰ ਫੈਸਿਲਿਟੀ ਇਹ ਆਲਰੇਡੀ ਆਪਾਂ ਡਿਸਕਸ ਕਰ ਹੀ ਲਿਆ ਹੋਇਆ ਵੀ ਜਿਹੜਾ ਵੀ ਨੀਅਰੈਸਟ ਹੈ ਠੀਕ ਹੈ ਨਾ ਜੀ ਕੋਈ ਵੀ ਨੇੜੇ ਲੱਗਦਾ ਕੋਈ ਵੀ ਤੁਹਾਨੂੰ ਥਾਂ ਵਿਖ ਰਹੀ ਹੈ ਵੀ ਜਿੱਥੇ ਆਪਾਂ ਹਸਪੀਟਲ ਤੇ ਲੈ ਕੇ ਜਾਣਾ ਹੈ ਉੱਥੇ ਆਪਾਂ ਜੇ ਪਹੁੰਚਣ ਲਈ ਬਹੁਤ ਜ਼ਰੂਰੀ ਹੈ ਵੀ ਆਪਾਂ ਜਿਹੜੀ ਵੀ ਟਰਾਂਸਪੋਰਟੇਸ਼ਨ ਹੈ ਉਹਨੂੰ ਆਪਾਂ ਥੋੜਾ ਜਿਹਾ ਸੌਖਾ ਕਰ ਦਈਏ ਵੀ ਉਹ ਪਰਸਨ ਨੂੰ ਆਪਾਂ ਸੌਖਾ ਕਰਕੇ ਵੀ ਉੱਥੇ ਲਿਆ ਸਕਦੇ ਆ ਵੀ ਇਨਸ਼ੋਰਟ ਸੇਫ ਟਰਾਂਸਪੋਰਟੇਸ਼ਨ ਉਹਦੀ ਹੋ ਸਕੇ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਆਪਣੇ ਸਗੇ ਏਮ ਸੋ ਵੀ ਫਰਸਟ ਏਡ ਜਿਹੜੀ ਮੋਡਲੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਉਹਦੇ ਇਹ ਸਾਰੇ ਜਿਹੜੇ ਆਪਾਂ ਪੁਆਇੰਟਸ ਪੜ੍ਹਿਆ ਇਹ ਤਾਂ ਹੋ ਗਏ ਆ ਉਹਦੀਆਂ ਏਮਸ ਸੋ ਆਪਾਂ ਹੁਣ ਅੱਗੇ ਗੱਲ ਕਰਦੇ ਆ ਹੁਣ ਆਪਣਾ ਜਿਹੜਾ ਨੈਕਸਟ ਟਾਪਿਕ ਹੈ ਉਹ ਆ ਗਿਆ ਦਾ ਫਰਸਟ ਏਡਰ ਠੀਕ ਹੈ ਨਾ ਜੀ ਹੁਣ ਆਪਾਂ ਇਹ ਗੱਲ ਤਾਂ ਕਰ ਲਈ ਵੀ ਫਰਸਟ ਏਡ ਹੁੰਦੀ ਕੀ ਹੈ ਵੀ ਇਹਦੀ ਏਮਸ ਕੀ ਹੈਗੀਆਂ ਹਨਾ ਹੁਣ ਆਪਾਂ ਗੱਲ ਕਰਦੇ ਆ ਫਰਸਟ ਏਡਰ ਵੀ ਦੇਣ ਵਾਲਾ ਕੌਣ ਪਰਸਨ ਹੋਣਾ ਚਾਹੀਦਾ ਠੀਕ ਹੈ ਨਾ ਜੇ ਆਪਾਂ ਗੱਲ ਕਰੀਏ ਫਰਸਟ ਏਡਰ ਦੀ ਤੋ ਤੁਹਾਨੂੰ ਲੱਗਦਾ ਵੀ ਕੋਈ ਵੀ ਰੈਂਡਮ ਕੋਈ ਵੀ ਪਰਸਨ ਆਊਗਾ ਤੇ ਉਹਨੂੰ ਫਰਸਟ ਜਿਹੜੀ ਮੋਡਲ ਹਸਾਇਤਾ ਹੈ ਉਹ ਦੇ ਦੇਊਗਾ ਐਵੇਂ ਨਹੀਂ ਪੋਸਿਬਲ ਵੀ ਇਹਦੇ ਲਈ ਕੀ ਕਰਨਾ ਪੈਂਦਾ ਆਪਾਂ ਇਹਦੇ ਬਾਰੇ ਵਿੱਚ ਡਿਸਕਸ ਕਰ ਲੈਣੇ ਆ ਆ ਫਰਸਟ ਏਡਰ ਇਜ਼ ਅ ਮੇਨ ਟਰਮ ਡਿਸਕ੍ਰਾਈਵਿੰਗ ਐਨੀ ਪਰਸਨ ਹੂ ਹੈਜ਼ ਰੀਸੀਵਡ ਅ ਸਰਟੀਫਿਕੇਟ ਫ੍ਰੋਮ ਐਨ ਅਥੋਰਾਈਜ਼ਡ ਟ੍ਰੇਨਿੰਗ ਬੋਡੀ ਇੰਡੀਕੇਟਿੰਗ ਥੈਟ ਹੀ অর ਸ਼ੀ ਇਜ਼ ਕੁਆਲੀਫਾਈਡ ਟੂ ਰੈਂਡਰ ਫਰਸਟ ਏਡ ਕੈਨ ਦਾ ਭਾਵ ਇਹ ਵੀ ਜਿਹੜਾ ਪਰਸਨ ਹੈ ਠੀਕ ਹੈ ਨਾ ਜੀ ਉਹਨੂੰ ਇੱਕ ਅਥੋਰਾਈਜ਼ਡ ਬੋਡੀ ਹੋਊਗੀ ਜਿਵੇਂ ਕਿ ਆਪਣੇ ਸਕੂਲ ਕਾਲਜ ਹੁੰਦੇ ਹਨ ਨਾ ਜੀ ਜਿਵੇਂ ਹੁਣ ਤੁਸੀਂ ਐਗਜ਼ਾਮ ਦੇਣਾ ਹੈ ਇਹ ਵੈਸੇ ਤੋਂ ਉਹਨਾਂ ਨੇ 8th ਪਾਸ ਮੰਗਿਆ ਹੋਇਆ ਬਟ ਉਹਨਾਂ ਨੇ ਕਿਹਾ ਨਾ ਕਿਤੇ 10th ਦਾ ਸਰਟੀਫਿਕੇਟ ਤੇ 12th ਦਾ ਸਰਟੀਫਿਕੇਟ ਵੀ ਜਦੋਂ ਤੁਸੀਂ ਆਪਣਾ ਇਹ ਫਾਰਮ ਭਰਿਆ ਹੋਣਾ ਵੀ ਉਹ ਸ਼ਾਇਦ ਮੰਗਿਆ ਹੋਵੇ ਸੋ ਜਿਹੜਾ ਵੀ ਤੁਹਾਨੂੰ ਸਰਟੀਫਿਕੇਟ ਮਿਲਿਆ ਹੋਊਗਾ 10ਵੀਂ ਦਾ ਆਪਾਂ 12ਵੀਂ ਦਾ ਉਹ ਕਿਸੇ ਨਾ ਕਿਸੇ ਨੇ ਇਹਦਾ ਪ੍ਰੋਵਾਈਡ ਕੀਤਾ ਹੈ ਨਾ ਜੀ ਉਹ ਕੋਈ ਅਥੋਰਾਈਜ਼ਡ ਇੰਸਟੀਚਿਊਟ ਹੈ ਜਿਵੇਂ ਕਿ PSE ਜਿਹੜਾ ਵੀ ਪੰਜਾਬ ਐਜੂਕੇਸ਼ਨ ਬੋਰਡ ਹੈ ਉਹਨਾਂ ਨੇ ਉਹ ਪ੍ਰੋਵਾਈਡ ਕੀਤਾ ਹੈ ਠੀਕ ਹੈ ਨਾ ਜੀ ਤੇ ਉਹ ਜਿਹੜਾ ਵੀ ਤੁਹਾਨੂੰ ਸਰਟੀਫਿਕੇਟ ਮਿਲਿਆ ਹੈ ਉਹ ਇੱਕ অথੋਰਾਇਜ਼ਡ ਬਾਡੀ ਹੈ ਠੀਕ ਹੈ ਨਾ ਜੀ অথੋਰਾਇਜ਼ਡ ਇਕ ਟ੍ਰੇਨਿੰਗ ਸੋ ਇਸ ਤਰ੍ਹਾਂ ਹੀ ਜਿਹੜਾ ਫਰਸਟ ਐਡਰ ਹੈ ਉਹ অথੋਰਾਇਜ਼ਡ ਟ੍ਰੇਨਿੰਗ ਬਾਡੀ ਤੋਂ ਤੁਹਾਨੂੰ ਮਿਲੇਗਾ ਜਿੱਥੇ ਤੁਹਾਡੇ ਤੋਂ ਕੁਝ ਪ੍ਰੈਕਟੀਕਲ ਵਰਕ ਕੁਝ ਥਿਊਰੀਟਕਲ ਵਰਕ ਵੀ ਕਰਵਾਇਆ ਜਾਏਗਾ ਥਿਊਰੀਟਕਲ ਵਰਕ ਕਹਿਣ ਦਾ ਭਾਵ ਵੀ ਤੁਹਾਡੇ ਕੋਲੋਂ ਕੋਈ ਥਿਊਰੀਆਂ ਪੜਵਾਈਆਂ ਜਾ ਸਕਦੀਆਂ ਤੇ ਇੱਥੇ ਹੋਰ ਵੀ ਬਹੁਤ ਕੁਝ ਹੁੰਦਾ ਸੋ ਇਹ ਤੁਹਾਡਾ ਵੀ ਜਿਹੜਾ ਹੈ ਨਾ ਉੱਥੇ ਪਕੜ ਹੋਣੀ ਚਾਹੀਦੀ ਹੈ ਵੀ ਜਿਹੜੀਆਂ ਬੇਸਿਕ ਗੱਲਾਂ ਹੁੰਦੀਆਂ ਵੀ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਇੱਥੇ ਹੋਰ ਕੀ ਗੱਲ ਕੀਤੀ ਜਾ ਰਹੀ ਹੈ ਵੀ ਫਰਸਟ ਏਡ ਸਰਟੀਫਿਕੇਟਸ ਹੈ ਇਹ ਨਾ ਤੁਹਾਨੂੰ ਸੈਂਟ ਜੋਨ ਐਮਬੂਲੈਂਸ ਐਸੋਸੀਏਸ਼ਨ ਤੁਹਾਨੂੰ ਦੋ ਐਸੋਸੀਏਸ਼ਨ ਵਖਣ ਨੂੰ ਮਿਲਦੀਆਂ ਇੱਕ ਸੈਂਟ ਜੋਨ ਐਮਬੂਲੈਂਸ ਐਸੋਸੀਏਸ਼ਨ ਇੱਕ ਹੈ ਇੰਡੀਅਨ ਰੈੱਡ ਕਰਾਸ ਸੁਸਾਇਟੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਸੋ ਇਹ ਜਿਹੜੇ ਹੁੰਦੇ ਆ ਨਾ ਜੀ ਆ ਦੋ ਸੰਸਥਾਵਾਂ ਦੇ ਜਿਹੜੇ ਮੈਂ ਤੁਹਾਡੇ ਕੋਲੋਂ ਨਾਮ ਲਏ ਆ ਤੁਹਾਨੂੰ ਦੱਸਿਆ ਨਾਮ ਇੱਕ ਹੀ ਕਰਦੇ ਆ ਵੀ ਇਹ ਤੁਹਾਨੂੰ ਸਰਟੀਫିକੇਟ ਪ੍ਰੋਵਾਈਡ ਕਰਾਉਂਦੇ ਆ ਐਵੇਂ ਨਹੀਂ ਹਾਂ ਵੀ ਤੁਸੀਂ ਐਵੇਂ ਖਰੀਦ ਲਿਆਉਣਾ ਕੋ ਸਰਟੀਫିକੇਟ ਫੀਸ ਭਾਵੇਂ ਐਵੇਂ ਭਰਨੀ ਪੈਂਦੀ ਹੋਵੇ ਬਟ ਇਹਨਾਂ ਵਿੱਚ ਕੀ ਕੀਤਾ ਜਾਂਦਾ ਵੀ ਤੁਹਾਡੇ ਤੋਂ ਉਹਨਾਂ ਕੋਈ ਕੰਮ ਕਰਵਾਇਆ ਜਾਂਦਾ ਠੀਕ ਹੈ ਨਾ ਇਹ ਕੰਮ ਕਹਿਣ ਦਾ ਭਾਵ ਵੀ ਤੁਹਾਡੇ ਤੁਹਾਡੇ ਕੋਲੋਂ ਵੀ ਕੋਈ ਪ੍ਰੈਕਟੀਕਲ ਵਰਕ ਥ੍ਰੈਟਿਕਲ ਤੁਹਾਡੀਆਂ ਕਲਾਸਾਂ ਵੀ ਲਈਆਂ ਜਾਣਗੀਆਂ ਵੀ ਤੁਹਾਨੂੰ ਸਮਝਾਇਆ ਜਾਵੇਗਾ ਕਿ ਹਾਂ ਵੀ ਜੇ ਕੋਈ ਪਰਸਨ ਐਹੋ ਦੀ ਸਿਚੁਏਸ਼ਨ ਦੇ ਵਿੱਚ ਆਉਂਦਾ ਹੈ ਵੀ ਤੁਸੀਂ ਕੀ ਕਰਨਾ ਹੈ ਉੱਥੇ ਤੁਸੀਂ ਆਪਦਾ ਬੈਸਟ ਉੱਥੇ ਕੀ ਕਰ ਸਕਦੇ ਆ ਸੋ ਉੱਥੇ ਬਾਅਦ ਚ ਉਸ ਪਰਸਨ ਨੂੰ ਥ੍ਰੈਟਿਕਲ ਤੇ ਪ੍ਰੈਕਟੀਕਲ ਵਰਕ ਲਈ ਕੀ ਦਿੱਤਾ ਜਾਂਦਾ ਹੈ ਉਹਨੂੰ ਇੱਕ ਸਰਟੀਫਿਕੇਟ ਉਹਨੂੰ ਦੇ ਦਿੱਤਾ ਜਾਂਦਾ ਹੈ ਸੋ ਪਰਸਨ ਕੀ ਬਣ ਜਾਂਦਾ ਹੈ ਦਾ ਫਰਸਟ ਐਡਰ ਸੋ ਇਹ ਫਰਸਟ ਐਡਰ ਉਹੀ ਪਰਸਨ ਆ ਹੈ ਵੀ ਜਿਹੜਾ ਤੁਹਾਨੂੰ ਫਰਸਟ ਐਡ ਪ੍ਰੋਵਾਈਡ ਕਰੇਗਾ ਕਿਸੇ ਵੀ ਸੀਰੀਅਸ ਸਿਚੁਏਸ਼ਨ ਦੇ ਵਿੱਚ ਹੁਣ ਆਪਾਂ ਅੱਗੇ ਚੱਲਦੇ ਹਾਂ ਫਰਸਟ ਐਡ ਐਂਡ ਦਾ ਲਾ ਵੀ ਹੁਣ ਇਹ ਕਾਨੂੰਨ ਦੇ ਵਿੱਚ ਵੀ ਆਪਣਾ ਜਿਹੜਾ ਸੰਵਿਧਾਨ ਹੈ ਵੀ ਇਹਦੇ ਵਿੱਚ ਵੀ ਕੁਝ ਇੰਟਰੋਡਿਊਸ ਕੀਤਾ ਗਿਆ ਹੈ ਸੋ ਆਪਣੇ ਕਾਨੂੰਨ ਜਿਹੜਾ ਵੀ ਆਪਣਾ ਸੰਵਿਧਾਨ ਹੈ ਵੀ ਇਹ ਫਰਸਟ ਐਡ ਨੂੰ ਲੈ ਕੇ ਕਿਹੜੀ ਗੱਲ ਕੀਤੀ ਗਈ ਹੈ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਸੋ ਤੁਹਾਨੂੰ ਜੇ ਲੈਕਚਰ ਬੋਰਿੰਗ ਲੱਗ ਰਿਹਾ ਹੋਵੇਗਾ ਤਾਂ ਤੁਸੀਂ ਵੀ ਫਿਰ ਵੀ ਸਾਡੇ ਨਾਲ ਬਨੇ ਰਹਿਣਾ ਹੈ ਬਿਕੋਜ਼ ਜਿਹੜਾ ਤੁਸੀਂ ਐਗਜ਼ਾਮ ਦੇਣਾ ਹੈ ਨਾ ਵੀ ਆ ਸਾਰੀਆਂ ਚੀਜ਼ਾਂ ਹੀ ਪੁੱਛੀਆਂ ਜਾਣਗੀਆਂ ਉੱਥੇ ਜੇਕਰ ਤੁਸੀਂ ਸੋਚਦੇ ਹੋ ਵੀ ਹਾਂ ਵੀ ਚਲੋ ਸੌਖਾ ਹੀ ਆ ਵੀ ਆਪਾਂ ਐਗਜ਼ਾਮ ਐਵੇਂ ਦੇ ਦਾਂਗੇ ਬਟ ਐ ਪੋਸੀਬਲ ਨਹੀਂ ਹੈ ਵੀ ਤੁਹਾਨੂੰ ਇਹ ਸਾਰਾ ਕੁਝ ਪੜ੍ਹਨਾ ਹੀ ਪਵੇਗਾ ਆਪਣੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ 30 ਤੋਂ 35 ਕਲਾਸਾਂ ਲੱਗਣਗੀਆਂ ਇਹਦੀਆਂ ਜਿੱਥੇ ਮੈਂ ਤੁਹਾਨੂੰ ਸਾਰਾ ਕੁਝ ਕਵਰ ਵੀ ਕਰਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵੀ ਤੁਹਾਡਾ ਇੱਕ ਵੀ ਕੁਐਸਚਨ ਨਾ ਰਹਿ ਜਾਏ ਐਗਜ਼ਾਮ 'ਚ ਜਿਹੜਾ ਵੀ ਕੁਐਸਚਨ ਆਉਂਦਾ ਸੋ ਆਪਾਂ ਹੁਣ ਆਪਣੇ ਟੌਪਿਕ ਨੂੰ ਤੁਹਾਡਾ ਟਾਈਮ ਬਹੁਤਾ ਨਾ ਖਰਾਬ ਕਰਦਾ ਹੋਇਆ ਵੀ ਅੱਗੇ ਆਪਾਂ ਸ਼ੁਰੂ ਕਰਦੇ ਆਂ ਸੋ ਵੇਖਦੇ ਆਂ ਵੀ ਜਿਹੜਾ ਆਪਣਾ ਸੰਵਿਧਾਨ ਹੈ ਵੀ ਉਹਦੇ ਬਾਰੇ ਕੀ ਗੱਲ ਕੀਤੀ ਗਈ ਹੈ ਇੰਡੀਅਨ ਗੁੱਡ ਸਮਟੇਰੀਅਨ ਇਹ ਸਮਾ ਸਮਟੇਰੀਅਨ ਵੀ ਸਮਾਰਿਟਨ ਠੀਕ ਹੈ ਨਾ ਇਹ ਸਮਾਰਿਟਨ ਪ੍ਰੋਟੈਕਸ਼ਨ ਗਾਈਡਲਾਈਨਸ ਵੀ ਇਹਦੇ ਵਿੱਚ ਕੀ ਗੱਲ ਕਹੀ ਗਈ ਹੈ ਵੀ ਸਮਾਰਿਟਨ ਵੈਸੇ ਹੁੰਦਾ ਕੀ ਹੈ ਠੀਕ ਹੈ ਨਾ ਜੀ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਮਾਰਿਟਨ ਉਹ ਪਰਸਨ ਹੁੰਦਾ ਵੀ ਇੱਕ ਗੁੱਡ ਪਰਸਨ ਆਪਾਂ ਕਹਿ ਸਕਦੇ ਆਂ ਸੋ ਇੱਥੇ ਤੁਹਾਡੇ ਨਾ ਸੰਵਿਧਾਨ ਦੇ ਵਿੱਚ ਇੰਡੀਅਨ ਗੁੱਡ ਸਮੈਰੀਟਨ ਪ੍ਰੋਟੈਕਸ਼ਨ ਗਾਈਡਲਾਈਨਸ ਦਿੱਤੀਆਂ ਹੋਈਆਂ ਵੀ ਆਪਾਂ ਉਹਦੇ ਬਾਰੇ ਵੀ ਡਿਸਕਸ ਕਰ ਲੈਣੇ ਆ ਸਮੈਰੀਟਨ ਠੀਕ ਹੈ ਨਾ ਜੀ ਇਹਦੀ ਪ੍ਰੋਨਨਸੀਏਸ਼ਨ ਸਮੈਰੀਟਨ ਬਣਦੀ ਹੈ ਮੈਂ ਥੋੜਾ ਜਿਹਾ ਸ਼ਾਇਦ ਪਹਿਲਾਂ ਕੁਝ ਗਲਤ ਕਹਤਾ ਸੀ ਸੋ ਤੁਸੀਂ ਉਹਨਾਂ ਥੋੜਾ ਜਿਹਾ ਕਰੈਕਟ ਕਰ ਲੈਣਾ ਹੈ ਆ ਗੁੱਡ ਸਮੈਰੀਟਨ ਇਨ ਲੀਗਲ ਟਰਮਸ ਰੈਫਰਡ ਟੂ ਸਮਨ ਹੂ ਰੈਂਡਰਸ ਏਡ ਇਨ ਐਨ ਐਮਰਜੈਂਸੀ ਵੀ ਤੁਸੀਂ ਐਂ ਕਾ ਕੇ ਕਹਿ ਸਕਦੇ ਹੋ ਵੀ ਜਿਹੜਾ ਸਮੈਰੀਟਨ ਪਰਸਨ ਹੁੰਦਾ ਨਾ ਜੀ ਇੱਕ ਗੁੱਡ ਵਧੀਆ ਪਰਸਨ ਹੁੰਦਾ ਜਿਵੇਂ ਕਿ ਕੋਈ ਸੜਕ ਤੇ ਕੋਈ ਹਾਦਸਾ ਹੋ ਜਾਂਦਾ ਰੱਬ ਕਰੇ ਨਾ ਹੋਵੇ ਬਾਈ ਬਾਈ ਚਾਂਸ ਹੋ ਜਾਂਦਾ ਫਿਰ ਉਹਨੂੰ ਪਰਸਨ ਨੂੰ ਹਸਪਤਾਲ ਲੈ ਜਾਂਦਾ ਠੀਕ ਹੈ ਨਾ ਜੀ ਉਹ ਕੀ ਹੈ ਇੱਕ ਸਮੈਰਟਨ ਹੈ ਆਪਾਂ ਉਹਨੂੰ ਕੀ ਕਹਿੰਦੇ ਆ ਸਮੈਰਟਨ ਫਿਰ ਸਮੈਰਟਨ ਇੰਡੀਅਨ ਗੁੱਡ ਸਮੈਰਟਨਿਕ ਕਾਨੂੰਨ ਹੈ ਵੀ ਇਹਦੇ ਬਾਰੇ ਨਾ ਇੱਕ ਗਾਈਡਲਾਈਨਸ ਠੀਕ ਹੈ ਨਾ ਜੀ ਗਾਈਡਲਾਈਨਸ ਆਪਣੇ ਸੰਵਿਧਾਨ ਦੇ ਵਿੱਚ ਦਿੱਤੀਆਂ ਗਈਆਂ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਵੀ ਇਹ ਵੌਲੰਟਰੀ ਬੇਸਿਸ ਹੁੰਦਾ ਵੀ ਪਰਸਨ ਹੈ ਨਾ ਵੌਲੰਟਰੀ ਕੀ ਹੁੰਦਾ ਵੀ ਜਿਹੜੀ ਆਪ ਦੀ ਇੱਛਾ ਨਾਲ ਵੀ ਆਪ ਦੀ ਵਿਲ ਨਾਲ ਸਾਹਮਣੇ ਆਉਂਦਾ ਪਰਸਨ ਜੇ ਉੱਥੇ ਦਾ ਪਰਸਨ ਤੁਹਾਨੂੰ ਸ਼ੱਤੀ ਵੇਖਣ ਨੂੰ ਮਿਲ ਜਾਣਗੇ ਕਿ ਹਾਂ ਵੀ ਜਿਹੜੇ ਵੀ ਕੋਈ ਇੱਥੇ ਹਾਦਸਾ ਹੋ ਜਾਂਦਾ ਤੇ ਉਹ ਖੜ ਕੇ ਵੇਖਣਗੇ ਵੀ ਹਾਂ ਹੋ ਕੀ ਰਿਹਾ ਬਟ ਉੱਥੇ ਕੋਈ ਵਿਰਲਾ ਹੀ ਹੋਊਗਾ ਵੀ ਜਿਹੜੀ ਵੀ ਤੁਹਾਡੀ ਹੈਲਪ ਕਰਨ ਲਈ ਸਾਹਮਣੇ ਆਉਂਦਾ ਹੁੰਦਾ ਠੀਕ ਹੈ ਨਾ ਜੀ ਉਹਨੂੰ ਆਪਾਂ ਕੀ ਕਹਿੰਦੇ ਆ ਉਹਨੂੰ ਹੀ ਆਪਾਂ ਸਮੈਰੀਟਨ ਕਹਿੰਦੇ ਆ ਠੀਕ ਹੈ ਨਾ ਜੀ ਤੇ ਆਪਣੇ ਸੰਵਿਧਾਨ ਬਾਰੇ ਕੀ ਗੱਲ ਕੀਤੀ ਗਈ ਹੈ ਦਾ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟੇਸ਼ਨ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਹੈਜ਼ ਪਬਲਿ バイ ஸ்டੈਂਡਰਡਸ プロテクション ガイドライン्स इन द गेステड ऑफ इंडिया इन மே 2015 সো ਮੈਂ ਤੁਹਾਨੂੰ ਡੇਟ ਵੀ ਦੱਸ ਦਿੰਨਾ ਵੀ ਇੱਕ ਨਾ ਆਪਣੇ ਸੰਵਿਧਾਨ ਦੇ ਵਿੱਚ ਇੱਕ 12 ਮਈ 2015 ਦੇ ਵਿੱਚ ਇੱਕ ਨਾ ਇੱਕ ਕਹਿ ਸਕਦੇ ਹਾਂ ਕਿ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਸੀ ਕਿ ਨਾ ਦੇ ਦੁਆਰਾ ਦਾ মিনিਸਟਰੀ ਆਫ ਜਿਹੜਾ ਵੀ ਆਪਣਾ ਪਰਿਵਹਨ ਜਾਂ ਤਾਂ ਫਿਰ ਜਿਹੜਾ ਵੀ ਹਾਈਵੇ ਹੈ ਨਾ ਠੀਕ ਹੈ ਨਾ ਜੀ ਉਹਨਾਂ ਨੇ ਨਾ ਆਪਣਾ ਜਿਹੜੀ ਵੀ ਮਿਨਿਸਟਰੀ ਜਾਂ ਮੰਤਰਾਲਾ ਆ ਇਹਨਾਂ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਆ ਸੀ ਵੀ ਜਿਹੜਾ ਵੀ ਬਾਇਸਟੈਂਡਰ ਕੋਣ ਹੁੰਦਾ ਆ ਵੀ ਜਿਹੜੇ ਵੀ ਸੜਕ ਤੇ ਆਂਦੇ ਜਾਂਦੇ ਲੋਕ ਹੁੰਦੇ ਆ ਬਾਇਸਟੈਂਡਰ ਤੇ ਇੱਕ ਗੁੱਡ ਸਮੈਰੀਟਨ ਸਮੈਰੀਟਨ ਕਹਿੰਦਾ ਭਾਵ ਉਹ ਚੰਗਾ ਵਿਅਕਤੀ ਠੀਕ ਹੈ ਨਾ ਜੀ ਤੇ ਇਹਨਾਂ ਇਹਨਾਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਆ ਹਾਂ ਜੀ ਇਸੇ ਬਾਰੇ ਵੀ ਅਪ ਹੁਣ ਆਪਾਂ ਨਾ ਚੰਗੀ ਤਰ੍ਹਾਂ ਡਿਸਕਸ ਕਰਾਂਗੇ ਸੋ ਇਹ ਜਿਹੜੀਆਂ ਆਪਾਂ ਨੂੰ ਗੋਟ ਸਮੈਰੀਟਨ ਜਿਹੜਾ ਵੀ ਇਹ ਗਾਈਡਲਾਈਨਸ ਆ ਰਹੀਆਂ ਕਿਤੀਆਂ ਗਈਆਂ ਸੀਗੀਆਂ ਇਹ ਆਪਾਂ ਨੂੰ 12 ਮਈ 2015 ਦੇ ਵਿੱਚ ਇਹ ਕੁਐਸਚਨ ਵੀ ਤੁਹਾਡੇ ਐਗਜ਼ਾਮ ਦਾ ਪਾਰਟ ਹੋ ਸਕਦਾ ਹੈ ਮੈਂ ਤੁਹਾਨੂੰ ਵੀ ਪਹਿਲਾਂ ਦੱਸ ਦਿਆਂ ਵੀ ਇਹ ਵੀ ਤੁਹਾਡੇ ਕੁਐਸਚਨ ਐਗਜ਼ਾਮ ਦਾ ਪਾਰਟ ਹੋ ਸਕਦਾ ਹੈ ਵੀ ਇਹਦੇ ਵਿੱਚ ਗੱਲ ਕੀ ਕੀਤੀ ਗਈ ਹੈ ਦ ਗਾਈਡਲਾਈਨਸ ਆਰ ਟੂ ਵੀ ਫਾਲੋਡ ਬਾਏ ਹਸਪੀਟਲਸ ਵੀ ਇਹਨਾਂ ਗਾਈਡਲਾਈਨਸ ਨੂੰ ਸਾਰਿਆਂ ਨੂੰ ਭਾਵੇਂ ਕੋਈ ਵੀ ਹਸਪੀਟਲ ਹੋਵੇ ਪੁਲਿਸ ਹੋਵੇ ਜਾਂ ਤਾਂ ਕੋਈ ਵੀ ਅਥਾਰਟੀ ਹੋਵੇ ਠੀਕ ਹੈ ਨਾ ਜੀ ਕੋਈ ਵੀ ਅਥਾਰਟੀ ਹੋਵੇ ਉਹਨਾਂ ਨੂੰ ਇਹ ਸਾਰੇ ਜਿਹੜੇ ਵੀ ਗਾਈਡਲਾਈਨ ਦਿੱਤੀਆਂ ਗਈਆਂ ਗਾਈਡਲਾਈਨਸ ਬਾਰੇ ਵੀ ਆਪਾਂ ਡਿਸਕਸ ਕਰ ਲਾਂਗੇ ਵੀ ਇਹਨਾਂ ਨੂੰ ਇਹ ਫਾਲੋ ਕਰਨੀਆਂ ਹੀ ਪੈਣਗੀਆਂ ਜੇ ਉਹ ਨਹੀਂ ਫਾਲੋ ਕਰਦੇ ਤੇ ਉਹਨਾਂ ਤੇ ਸ਼ਾਇਦ ਕੋਈ ਕੇਸ ਵੀ ਇੱਥੇ ਬਣ ਸਕਦਾ ਹੈ ਚੋ ਸੋ ਚਲੋ ਚੱਲਦੇ ਆਂ ਕੇਸ ਬਾਰੇ ਵੀ ਡਿਸਕਸ ਕਰ ਲੈਣੇ ਆ ਵੀ ਕਿਹੜੇ-ਕਿਹੜੇ ਇੱਥੇ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਇਹਨਾਂ ਨੇ ਵੀ ਬਾਇ ਸਟੈਂਡਰਡ ਫਰਸਟ ਗਾਈਡਲਾਈਨਸ ਜਿਓ ਤੁਸੀਂ ਧਿਆਨ ਨਾਲ ਸੁਣਨਾ ਹੈ ਫਰਸਟ ਗਾਈਡਲਾਈਨਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਵੀ ਜਿਹੜਾ ਬਾਇ ਸਟੈਂਡਰਡ ਹੋਊਗਾ ਜਾਂ ਫਿਰ ਗੁੱਡ ਸਮੈਰੀਟਨ ਹੋਊਗਾ ਜਿਹੜਾ ਵੀ ਪਰਸਨ ਹੋਊਗਾ ਤੇ ਕੋਈ ਜੇ ਉਥੇ ਪਰਸਨ ਕਿਸੇ ਨੇ ਵੀ ਐਕਸੀਡੈਂਟ ਵੇਖਿਆ ਵੀ ਹੈ ਨਾ ਨਾ ਜੀ ਕੋਈ ਵੀ ਪਰਸਨ ਹੈ ਉਹਨੇ ਐਕਸੀਡੈਂਟ ਵੇਖ ਲਿਆ ਠੀਕ ਹੈ ਜੀ ਕਿ ਹਾਂ ਵੀ ਇਹ ਹਾਸਾ ਹੋ ਗਿਆ ਤੇ ਉਹ ਕੀ ਹੈ ਉਹ ਆਈ ਵਿਟਨੈਸ ਹੈ ਉਸ ਰੋਡ ਦਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਉਹਦਾ ਕੀ ਕੰਮ ਹੈ ਵੀ ਉਹਨੇ ਨਾ ਜਿਹੜਾ ਵੀ ਉਹ ਪਰਸਨ ਐਕਸੀਡੈਂਟ ਹੋ ਗਿਆ ਜਿਹਦਾ ਵੀ ਠੀਕ ਹੈ ਜਿਹੜਾ ਵੀ ਘਾਇਲ ਪਰਸਨ ਹੈ ਜਾਂ ਫਿਰ ਉਹ ਜ਼ਖਮੀ ਪਰਸਨ ਹੈ ਉਹਨੂੰ ਕੀ ਕਰਨਾ ਉਹਨੇ ਕੋਈ ਨੇੜੇ ਵਾਲਾ ਜਿਹੜਾ ਵੀ ਹਸਪਤਾਲ ਉਹਨੂੰ ਅਵੇਲੇਬਲ ਹੈ ਉਸ ਟਾਈਮ ਦੇ ਵਿੱਚ ਉਹਨੂੰ ਉੱਥੇ ਲੈ ਕੇ ਜਾਣ ਦੀ ਉਹਨੇ ਕੋਸ਼ਿਸ਼ ਕਰਨੀ ਹੈ ਵੀ ਨਾਲ ਦੀ ਨਾਲ ਵੀ ਲੀਵ ਇਮੀਡੀਏਟਲੀ ਵੀ ਐਸ ਸੂਨ ਐਸ ਪੋਸਿਬਲ ਵੀ ਜਿੰਨੇ ਛੇਤੀ ਪੋਸਿਬਲ ਹੋ ਸਕਦਾ ਉਸ ਪਰਸਨ ਨੂੰ ਕੋਸ਼ਿਸ਼ ਤਾਂ ਇਹ ਕਰਨੀ ਪੈਣੀ ਹੈ ਵੀ ਨਾਲ ਦੇ ਹਸਪੀਟਲ ਸੇ ਲੈ ਕੇ ਜਾਇਆ ਜਾਇਆ ਜਾਵੇ ਤੇ ਗੱਲ ਇਹ ਕੀਤੀ ਗਈ ਹੈ ਵੀ ਜਿਹੜਾ ਪਰਸਨ ਉਹਨੂੰ ਲੈ ਕੇ ਜਾ ਰਿਹਾ ਠੀਕ ਹੈ ਨਾ ਜੀ ਜਿਹੜਾ ਪਰਸਨ ਉਹਨੂੰ ਲੈ ਕੇ ਜਾ ਰਿਹਾ ਵੀ ਕਿਸੇ ਦਾ ਇਹ ਹੱਕ ਹੈ ਨਹੀਂ ਵੀ ਭਾਵੇਂ ਉੱਥੇ ਪੁਲਿਸ ਆ ਜੇ ਹਨਾ ਵੀ ਪਹਿਲਾਂ ਤੁਸੀਂ ਬਹੁਤ ਮਾਮਲੇ ਵੇਖੇ ਹੋਣੇ ਆ ਵੀ ਤੁਸੀਂ ਆਪ ਦਾ ਪਹਿਲਾਂ ਵੀ ਦੂਜਾ ਦੱਸੋ ਵੀ ਕਿੱਥੇ ਰਹਿੰਦੇ ਹੋ ਤੁਸੀਂ ਆਪ ਦਾ ਨਾਮ ਦੱਸੋ ਆਪ ਦਾ ਨੰਬਰ ਦੱਸੋ ਹੁਣ ਇਹ ਉਹਨਾਂ ਨੇ ਕਿਹਾ ਵੀ ਤੂੰ ਤੁਸੀਂ ਨਾ ਉਹਨੂੰ ਕੋਈ ਵੀ ਕੁਐਸਚਨ ਨਹੀਂ ਪੁੱਛ ਸਕਦੇ ਠੀਕ ਹੈ ਨਾ ਜੀ ਵੈਸੇ ਉਹਨਾਂ ਨੇ ਵੈਸੇ ਕਿਹਾ ਵੀ ਤੁਸੀਂ ਐਡਰੈਸ ਉਹਨੂੰ ਦੱਸ ਦੇਣਾ ਹੈ ਬਟ ਵੈਸੇ ਇਹ ਇਹਨਾਂ ਨੇ ਜਿਹੜਾ ਵੀ ਕਾਨੂੰਨ ਇਹਨਾਂ ਨੇ ਲਿਆਂਦਾ ਹੈ ਕਾਨੂੰਨ ਜਾਂ ਬਾਇ ਗਾਈਡਲਾਈਨਸ ਹੀ ਕਮਾਂਗੇ ਵੀ ਤੁਸੀਂ ਉਹ ਤੋਂ ਕੋਈ ਵੀ ਕੀ ਕਹਿ ਸਕਦੇਵੇਂ ਤੰਗ ਨਹੀਂ ਕਰਨਾ ਜਿਹੜਾ ਵੀ ਪਰਸਨ ਇਹ ਸਮਾਟੇਰੀਅਨ ਜਾਂ ਫਿਰ ਬਾਇਸਟੈਂਡਰ ਜਿਹੜਾ ਵੀ ਜ਼ਖਮੀ ਪਰਸਨ ਨੂੰ ਲੈ ਕੇ ਆਇਆ ਠੀਕ ਹੈ ਨਾ ਜੀ ਉਹਨੂੰ ਉਹਦੇ ਤੋਂ ਤੁਸੀਂ ਕੋਈ ਵੀ ਐਡਰੈਸ ਨਹੀਂ ਪੁੱਛਣਾ ਹੈ ਨਾ ਤਾਂ ਕੋਈ ਉਹਨੂੰ ਪਰੇਸ਼ਾਨ ਕਰਨ ਦੀ ਇੱਥੇ ਗੱਲ ਕੀਤੀ ਗਈ ਹੈ ਜੇ ਆਪਾਂ ਦੂਜੇ ਪੁਆਇੰਟ ਦੀ ਗੱਲ ਕਰੀਏ ਇੱਥੇ ਕੀ ਲਿਖਿਆ ਹੋਇਆ ਹੈ ਵੀ ਦਾ ਬਾਇ ਸਟੈਂਡਰਡ ਔਰ ਅ ਗੁੱਡ ਸਮੈਟੇਰੀਅਨ ਸ਼ਲ ਨਾਟ ਬੀ ਲਾਇਅਬਲ ਫਾਰ ਐਨੀ ਸਿਵਲ ਔਰ ਅ ਕ੍ਰਿਮੀਨਲ ਲਾਇਅਬਿਲਟੀ ਵੀ ਕੋਈ ਐਨੀ ਵੀ ਹਾਂ ਵੀ ਜੇ ਪਰਸਨ ਨੂੰ ਕੁਝ ਹੋ ਜਾਂਦਾ ਕਹਿਣ ਦਾ ਭਾਵ ਇਹ ਵੀ ਜਿਹੜਾ ਪਰਸਨ ਜਿਹੜੇ ਪਰਸਨ ਨੂੰ ਤੁਸੀਂ ਐਡਮਿਟ ਕਰਾਤਾ ਹਸਪੀਟਲ ਦੇ ਵਿੱਚ ਵੀ ਕੱਲ ਨੂੰ ਉਹਦੇ ਉਹਨੂੰ ਕੁਝ ਹੋ ਜੇ ਤੇ ਤੁਸੀਂ ਉਹਦੇ ਤੇ ਵੀ ਸਿਵਲ ਠੀਕ ਹੈ ਨਾ ਜੀ ਸਿਵਲ دیਵਾਨੀ ਕਾਨੂੰਨ ਹੁੰਦੇ ਆ ਤੇ ਕ੍ਰਿਮੀਨਲ ਦੂਜੇ ਵੀ ਕਹਿ ਸਕਦੇ ਆ ਵੀ ਜਿਹੜੇ ਵੀ ਮੋਜਰਮ ਵਗੈਰਾ ਜਿਹੜੇ ਕਾਨੂੰਨ ਹੁੰਦੇ ਆ ਦੂਜੇ ਠੀਕ ਹੈ ਨਾ ਜੀ ਉੱਥੇ ਤੁਸੀਂ ਦੂਜੇ ਉਹਨੂੰ ਕੋਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਵੀ ਕੱਲ ਨੂੰ ਵੀ ਹਾਂ ਵੀ ਕਹਿ ਦੋ ਤੁਸੀਂ ਕਿ ਹਾਂ ਵੀ ਉਹ ਪਰਸਨ ਲੇ ਕੇ ਆਇਆ ਸੀ ਠੀਕ ਹੈ ਨਾ ਜੀ ਤੇ ਤੁਸੀਂ ਇਹਦੇ ਤੇ ਕਾਰਵਾਈ ਕਰਾਓ ਠੀਕ ਹੈ ਨਾ ਜੀ ਐਵੇਂ ਨਹੀਂ ਤੁਸੀਂ ਕਰ ਸਕਦੇ ਤਾਂ ਇਹ ਸੋ ਇਹ ਇਹ ਵੀ ਇਹਨਾਂ ਨੇ ਗਾਈਡਲਾਈਨਸ ਵਿੱਚ ਬਹੁਤ ਸੰਗੀਤ ਤਰ੍ਹਾਂ ਮੈਂਸ਼ਨ ਕੀਤਾ ਹੋਇਆ ਸੋ ਆਪਾਂ ਹੁਣ ਇਹ ਗੱਲ ਕਰੀਏ ਥਰਡ ਪੁਆਇੰਟ ਦੀ ਥਰਡ ਪੁਆਇੰਟ ਦੇ ਵਿੱਚ ਇਹਨਾਂ ਨੇ ਕੀ ਗੱਲ ਕੀਤੀ ਆ ਆ ਬ who makes a phone call to inform the police or a emergency service for the person lying injured on the road cannot be compelled ਕਹਿਣ ਦਾ ਭਾਵ ਇਹ ਵੀ ਜਿਹੜਾ ਪਰਸਨ ਫੋਨ ਕਰ ਰਿਹਾ ਠੀਕ ਹੈ ਨਾ ਜੀ ਪੁਲਿਸ ਵਾਲੇ ਨੂੰ ਵੀ ਕੀ ਹਾਂ ਵੀ ਤੁਸੀਂ ਆਪ ਦਾ ਵੀ ਆਪ ਦਾ ਨਾਮ ਦੱਸੋ ਤੁਸੀਂ ਰਹਿੰਦੇ ਕਿੱਥੋਂ ਇਹ ਦੱਸੋ ਤੁਸੀਂ ਐ ਉਹ ਪੁਲਿਸ ਵਾਲੇ ਨਾ ਉਹਨੂੰ ਫੋਰਸ ਨਹੀਂ ਕਰ ਸਕਦੇ ਜਾਂ ਤਾਂ ਕੋਈ ਵੀ ਹੈ ਨਾ ਵੀ ਉਹਨੂੰ ਕਿ ਹਾਂ ਵੀ ਦੱਸੋ ਤੁਸੀਂ ਕੌਣ ਹੋ ਤੁਸੀਂ ਫੋਨ ਕਿੱਥੇ ਲਾਇਆ ਵੀ ਹਾਂ ਵੀ ਜਿਵੇਂ ਕਿ ਫਾਲਤੂ ਦੇ ਜਿਹੜੇ ਕੁਐਸਚਨ ਹਨਾ ਤੁਸੀਂ ਉਹ ਨਹੀਂ ਕਰਨੇ ਕੜੇ ਪਰਸਨ ਨੂੰ ਜਿਹੜਾ ਵੀ ਪਰਸਨ ਆ ਨਾ ਜਿਹੜਾ ਵੀ ਉਹ ਹੈਲਪ ਕਰ ਰਿਹਾ ਠੀਕ ਹੈ ਨਾ ਜਿਹੜਾ ਵੀ ਇੰਜਰਡ ਇੰਜਰਡ ਪਰਸਨ ਆ ਵੀ ਜਿਹੜਾ ਵੀ ਜ਼ਖਮੀ ਪਰਸਨ ਆ ਉਹਦੀ ਜਿਹੜੇ ਹੈਲਪ ਕਰ ਰਿਹਾ ਪਰਸਨ ਵੀ ਤੁਸੀਂ ਉਹਦੇ ਤੋਂ ਕੁਐਸਚਨ ਨਹੀਂ ਕਰਨੇ ਤੇ ਉੱਥੇ ਇਹ ਵੀ ਦੱਸਿਆ ਹੋਇਆ ਹੈ ਵੀ ਡਿਸਕਲੋਜ਼ਰ ਆ ਨਾ ਜਿਹੜਾ ਵੀ ਜਿਹੜੇ ਵੀ ਤੁਸੀਂ ਨਾਮ ਦੱਸਿਆ ਹੈ ਜਾਂ ਫਿਰ ਨਾਮ ਨਹੀਂ ਵੀ ਦੱਸਣਾ ਚਾਹੁੰਦੇ ਤੁਹਾਡੀ ਆਪ ਦੀ ਮਰਜ਼ੀ ਹੈ ਠੀਕ ਹੈ ਨਾ ਜੀ ਇਹ ਵੋਲੰਟਰੀ ਹੈ ਵੀ ਤੁਸੀਂ ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਦਿਓ ਨਹੀਂ ਦੱਸਣਾ ਤਾਂ ਵੀ ਕੋਈ ਚੱਕਰ ਨਹੀਂ ਜੇ ਆਪਾਂ ਗੱਲ ਕਰੀਏ ਇੱਥੇ 4th ਪੁਆਇੰਟ ਦੀ 4th ਪੁਆਇੰਟ ਦੇ ਵਿੱਚ ਇੱਥੇ ਕੀ ਗੱਲ ਕੀਤੀ ਵੀ ਲੈਕ ਆਫ ਰਿਸਪਾਂਸਿਬਲ ਬਾਇ ਐ ਮੈਡੀਕਲ ਡਾਕਟਰ ਵੀ ਕਹਿਣ ਦਾ ਭਾਵੇਂ ਵੀ ਬਾਈ ਚਾਂਸ ਕਦੇ-ਕਦਾਈ ਤੁਸੀਂ ਟੀਵੀ 'ਚ ਵੀ ਵੇਖਿਆ ਹੋਣਾ ਵੀ ਜਿਹੜਾ ਵੀ ਪਰਸਨ ਹੁੰਦਾ ਜ਼ਖਮੀ ਪਰਸਨ ਨੂੰ ਜਦੋਂ ਵੀ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਫਿਰ ਡਾਕਟਰ ਕਹਿਣ ਲੱਗ ਜਾਂਦੇ ਆ ਵੀ ਨਹੀਂ ਨਹੀਂ ਪਹਿਲਾਂ ਤੁਸੀਂ ਪਾਲਿਸੀ ਨੂੰ ਦੱਸੋ ਐ ਕਰੋ ਵੀ ਉਹ ਕਰੋ ਤੇ ਇਹਦੇ ਕਰਕੇ ਕੀ ਹੁੰਦਾ ਵੀ ਕਈ ਵਾਰ ਜਿਹੜਾ ਪੇਸ਼ੈਂਟ ਹੁੰਦਾ ਉਹਦੀ ਡੈਥ ਹੋ ਜਾਂਦੀ ਆ ਵੀ ਬਹੁਤ ਟਾਈਮ ਉਹ ਲਗਾ ਦਿੰਦੇ ਆ ਡਾਕਟਰ ਵਾਲੇ ਤੇ ਇਹਨਾਂ ਨੇ ਇਹੀ ਕਿਹਾ ਇਹੀ ਗੱਲ ਕਹੀ ਹੈ ਵੀ ਜੇ ਕਿਤੇ ਕੋਈ ਡਾਕਟਰ ਐਨਗੈਲੀ ਕਰਦਾ ਵੀ ਉਹ ਕਿਤੇ ਗੱਲ ਨਹੀਂ ਸੁਣਦਾ ਦੂਜੇ ਪਰਸਨ ਦੀ ਸੋ ਉਸ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪ੍ਰੋਫੈਸ਼ਨਲ ਮਿਸਕੰਡਕਟ ਇਹਨੂੰ ਮੰਨਿਆ ਜਾਏਗਾ ਸੋ ਇੱਥੇ ਤੁਸੀਂ ਵੇਖ ਸਕਦੇ ਹੋ ਪ੍ਰੋਫੈਸ਼ਨਲ ਮਿਸਕੰਡਕਟ ਇੱਥੇ ਬਹੁਤ ਹੀ ਚੰਗੀ ਤਰ੍ਹਾਂ ਮੈਂਸ਼ਨ ਕੀਤਾ ਹੋਇਆ ਵੀ ਇਹ ਆਪਣੇ ਸੰਵਿਧਾਨ ਦੇ ਵਿੱਚ ਰਿਟਨ ਵੀ ਹੈ ਠੀਕ ਹੈ ਨਾ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਡਿਊਟੀ ਆਫ ਗਿਵਿੰਗ ਕੇਅਰ ਇਹ ਕੀ ਹੈ ਡਿਊਟੀ ਆਫ ਗਿਵਿੰਗ ਕੇਅਰ ਵੀ ਜਿਹੜੀ ਤੁਸੀਂ ਇਹ ਡਿਊਟੀ ਹੈ ਠੀਕ ਹੈ ਨਾ ਜੀ ਗਿਵਿੰਗ ਕੇਅਰ ਦੀ ਵੀ ਦੇਖਭਾਲ ਕਰਨੀ ਹੈ ਵੀ ਇਹ ਇਹ ਦੇ ਅੰਡਰ ਕੀ ਕੋ ਜਾਂਦਾ ਇਹਦੇ ਵੀ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਯੂਸੂਅਲੀ ਇਫ ਅ ਵੋਲੰਟੇਰ ਕਮ ਟੂ ਦਾ ਏਡ ਆਫ ਐਨ ਇੰਜਰਡ অর ਅ ਸਿਕ ਪਰਸਨ ਹੂ ਇਜ਼ ਅ ਸਟ੍ਰੇਂਜਰ ਕਹਿਣ ਦਾ ਭਾਵ ਇਹ ਵੀ ਕੋਈ ਸਟ੍ਰੇਂਜਰ ਆ ਠੀਕ ਹੈ ਨਾ ਜੀ ਤੁਹਾਨੂੰ ਕੋਈ ਰਾਹ ਜਾਂਦਾ ਵੀ ਪਰਸਨ ਮਿਲ ਜਾਂਦਾ ਜਾਂ ਤਾਂ ਫਿਰ ਕੋਈ ਵੀ ਸਿਚੁਏਸ਼ਨ ਹੋ ਸਕਦੀ ਆ ਵੀ ਉੱਥੇ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਹਾਦਸਾ ਹੋ ਗਿਆ ਤੇ ਉਹ ਪਰਸਨ ਹੈ ਨਾ ਜੀ ਬਹੁਤ ਜ਼ਿਆਦਾ ਜ਼ਖਮੀ ਹੈ ਤੁਸੀਂ ਹੈਗੇ ਆ ਸਟ੍ਰੇਂਜਰ ਵੀ ਤੁਸੀਂ ਉਹਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਸੋ ਤੁਸੀਂ ਉਹਨੂੰ ਜਿਹੜੇ ਵੀ ਏਡ ਦੇਣੀ ਆ ਨਾ ਜੀ ਜਿਹੜੀਆਂ ਨੂੰ ਮੋਢਲੀ ਸਹਾਇਤਾ ਦੇਣੀ ਆ ਉਹ ਤੁਸੀਂ ਬੜੇ ਧਿਆਨ ਨਾਲ ਦੇਣੀ ਆ ਤੇ ਇੱਥੇ ਲਿਖਿਆ ਹੋਇਆ ਰੀਜ਼ਨਲੀ ਕੇਅਰਫੁਲ ਵੀ ਬੜੇ ਧਿਆਨ ਨਾਲ ਦੇਣੀ ਆ ਜੇ ਆਪਾਂ ਗੱਲ ਕਰੀਏ ਡਿਊਟੀ ਆਫ ਗਿਵਿੰਗ ਕੇਅਰ ਠੀਕ ਹੈ ਨਾ ਜੀ ਥੇਰ ਇਜ਼ ਕਰੰਟਲੀ 2015 ਵੀ 2015 ਦੇ ਵਿੱਚ ਇੱਕ ਕਾਨੂੰਨ ਹੈ ਵੀ ਉਹਦੇ ਹਿਸਾਬ ਨਾਲ ਵੀ ਤੁਹਾਡੇ ਤੇ ਕੋਈ ਲੀਗਲ ਆਬਲੀਗੇਸ਼ਨ ਹੈ ਨਹੀਂ ਕਹਿਣ ਦਾ ਭਾਵ ਇਹ ਵੀ ਜੇ ਤੁਸੀਂ ਕਿਸੇ ਪਰਸਨ ਨੂੰ ਮੁਢਲੀ ਸਹਾਇਤਾ ਨਹੀਂ ਦਿੰਦੇ ਐ ਨਹੀਂ ਵੀ ਤੁਹਾਨੂੰ ਜੇਲ੍ਹ ਦੇ ਵਿੱਚ ਪਾ ਦੇਣਗੇ ਬਟ ਗੱਲ ਐਵੇਂ ਨਹੀਂ ਵੀ ਜੇ ਤੁਸੀਂ ਕੋਈ ਬੰਦਾ ਮਰਦਾ ਵੇਖ ਰਹੇ ਹੋ ਠੀਕ ਹੈ ਨਾ ਜੀ ਉਹਦੀ ਹਾਲਤ ਬਹੁਤ ਗੰਭੀਰ ਹੈ ਵੀ ਤੁਸੀਂ ਉਹਨੂੰ ਛੱਡ ਕੇ ਜਾੜੋ ਵੈਸੇ ਕੋਈ ਕਾਨੂੰਨਨ ਦੇ ਹਸਾਬ ਨਾਲ ਤਾਂ ਵੀ ਤੁਹਾਨੂੰ ਕੋਈ ਜੁਰਮਾਨਾ ਨਹੀਂ ਪਹਿਣਾ ਠੀਕ ਹੈ ਨਾ ਨਾ ਤੇ ਕੋ ਤੁਹਾਨੂੰ ਕੋਈ ਸਜ਼ਾ ਹੋਏਗੀ ਬਟ ਤੁਸੀਂ ਵੈਸੇ ਐਜ਼ ਆ ਵੀ ਮੋਰਲ ਡਿਊਟੀ ਹੈ ਵੀ ਤੁਹਾਡੀ ਵੀ ਤੁਸੀਂ ਇਹ ਕੰਮ ਕਰਨਾ ਹੀ ਹੈ ਠੀਕ ਹੈ ਨਾ ਜੀ ਤੇ ਇੱਥੇ ਹੋਰ ਕੀ ਗੱਲ ਕੀਤੀ ਜਾ ਰਹੀ ਹੈ ਵੀ ਫਰਸਟ ਐਡ ਹੈ ਟੂ ਪ੍ਰੋਵਾਈਡ ਫਰਸਟ ਐਡ ਇਨ ਜਰਨਲ ਪਬਲਿਕ ਕੰਟੈਕਸਟ ਨਾਟ ਓਨਲੀ ਇਟਸ ਆ ਪਾਰਟ ਆਫ ਅ ਜ ਕਹਤੇ ਇਹ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਫਰਸਟ ایڈ ਆਫਸਰ ਹੋਏਗਾ ਨਾ ਜੀ ਫਰਸਟ ایڈ ਆਫਸਰ ਇਨ ਵਰਕ প্লেਸਸ ਐਂਡ ਸਕੂਲ ਟੀਚਰ ਜਿਹੜੇ ਵੀ ਜਿਵੇਂ ਕਿ ਕਹਿ ਸਕਦੇ ਆ ਵੀ ਜਿਹੜੇ ਫਰਸਟ ایڈ ਆਫਸਰ ਆ ਜਿਵੇਂ ਕਿ ਸਕੂਲ ਟੀਚਰ ਵੀ ਹੋ ਸਕਦੇ ਆ ਉਹ ਜਾਂ ਫਿਰ ਹੋਰ ਵੀ ਪਰਸਨ ਜਿਵੇਂ ਕਿ ਵਰਕਪਲੇਸ ਆਫਸਰਸ ਵਗੈਰਾ ਦੀ ਗੱਲ ਕੀਤੀ ਗਈ ਆ ਤੇ ਇਹਨਾਂ ਦੀ ਇਹ ਡਿਊਟੀ ਹੈ ਠੀਕ ਹੈ ਨਾ ਜੀ ਕਿ ਜੇ ਤੁਸੀਂ ਇੱਕ ਵਾਰ ਜਿਵੇਂ ਬਾਈ ਚਾਂਸ ਮੰਨ ਕੇ ਚੱਲੋ ਵੀ ਹੈ ਨਾ ਕੋਈ ਪਰਸਨ ਨੂੰ ਸੀਪੀਆਰ ਦੀ ਲੋੜ ਪੈ ਜਾਂਦੀ ਹੈ ਠੀਕ ਹੈ ਨਾ ਜੀ ਜੇ ਤੁਸੀਂ ਉਹਨੂੰ ਸੀਪੀਆਰ یا پھر انو سا لینڈ ਦੇ ਵਿੱਚ ਬਰੀਤ ਕਰਨ ਚ ਸਮੱਸਿਆ ਆ ਰਹੀ ਐ سو ਇੱਕ ਵਾਰ ਜੇ ਤੁਸੀਂ سٹارਟ ਕਰਤਾ ਨਾ ਵੀ ਹਾਂ ਵੀ ਉਹਨੂੰ ਹੈਲਪ ਦੇਣੀ ਸ਼ੁਰੂ ਕਰਤੀ ਤੁਸੀਂ ਫਿਰ ਉਹਨੂੰ ਵਿੱਚ ਛੱਡ ਕੇ ਨਹੀਂ ਜਾ ਸਕਦੇ ਫਿਰ ਤੁਹਾਨੂੰ ਪੂਰੀ ਜਿਹੜੀ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਨਾ ਗਿਵਿੰਗ ਕੇਅਰ ਕਹਿਣ ਦਾ ਭਾਵੇਂ ਵੀ ਜਿਹੜੇ ਵੀ ਤੁਸੀਂ ਜਰਨਲ ایڈ ਇੱਕ حساب ਦੀ ਫਰਸਟ ایڈ ਸ਼ੁਰੂ ਕਰ ਦਿੱਤੀ ਹੈ ਤੁਸੀਂ ਉਹਨੂੰ ਵਿੱਚ ਕੇ ਛੱਡ ਕੇ ਨਹੀਂ ਜਾਣਾ ਫਿਰ ਤਾਂ ਇਹ ਤੁਹਾਡੀ ਆਬਲੀਗੇਸ਼ਨ ਹੈ ਵੀ ਇਹ ਤੁਹਾਡੀ ਆਪ ਦੀ ਡਿਊਟੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਨਿਭਾਓ ਫਿਰ ਅਤੇ ਹੋਰ ਕੀ ਗੱਲ ਕੀਤੀ ਜਾ ਰਹੀ ਆ ਇਫ ਆ ਰੋਡ ਯੂਜ਼ਰ ਇਨ ਇਨਵਾਲਵ ਇਨ ਅ ਐਕਸੀਡੈਂਟ ਕਹਿਣ ਦਾ ਭਾਵੇਂ ਵੀ ਕਿਸੇ ਤੋਂ ਐਕਸੀਡੈਂਟ ਹੋ ਜਾਂਦਾ ਠੀਕ ਹੈ ਨਾ ਜੀ ਐਕਸੀਡੈਂਟ ਹੋਣ ਦਾ ਭਾਵੇਂ ਵੀ ਜਿਹੜਾ ਪਰਸਨ ਹੈ ਉਹਦੇ ਤੋਂ ਐਕਸੀਡੈਂਟ ਹੋ ਗਿਆ ਸੋ ਹੁਣ ਇਹ ਉਹਦੀ ਡਿਊਟੀ ਹੈ ਵੀ ਉਹ ਪਰਸਨ ਨੂੰ ਕੀ ਕਰੇ ਉੱਥੇ ਹਸਪੀਟਲ ਲੈ ਕੇ ਜਾਵੇ ਪੁਲਿਸ ਨੂੰ ਇਨਫਾਰਮ ਕਰੇ ਠੀਕ ਹੈ ਨਾ ਜੀ ਨਹੀਂ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਫਿਰ ਤੁਹਾਡੇ ਤੇ ਹਿੱਟ ਐਂਡ ਰਨ ਦਾ ਕੇਸ ਵੀ ਬਣ ਸਕਦਾ ਹੈ ਸੋ ਤੇ ਇਹੀ ਗੱਲ ਇਹਨਾਂ ਨੇ ਕਹੀ ਹੋਈ ਹੈ ਵੀ देयर इज ਅ ਲੀਗਲ ਰਿਕੁਆਇਰਮੈਂਟ ਟੂ ਸਟੇ ਐਟ ਦਾ ਸੀਨ ਵੀ ਇਹ ਲੀਗਲ ਰਿਕੁਆਇਰਮੈਂਟ ਹੈ ਵੀ ਜੇ ਤੁਹਾਡੇ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਠੀਕ ਹੈ ਨਾ ਇਹ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਉਹਨੂੰ ਲੀਗਲ ਕਹਿ ਸਕਦੇ ਆਂ ਵੀ ਉੱਥੇ ਨਾ ਉਹਨੂੰ ਅਸਿਸਟ ਕਰਨਾ ਹੈ ਪੁਲਿਸ ਵਾਲੇ ਨੂੰ ਵੀ ਦੱਸਣਾ ਹੈ ਜਿਹੜੀ ਵੀ ਵਾਰਦਾਤ ਹੋਈ ਹੈ ਵੀ ਸਾਰਾ ਬਿਆਨ ਕਰਨਾ ਹੈ ਠੀਕ ਹੈ ਨਾ ਇਹ ਸਾਰਿਆਂ ਨੂੰ ਦੱਸਣਾ ਹੈ ਹੁਣ ਜੇ ਆਪਾਂ ਗੱਲ ਕਰੀਏ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਨਾਟ ਫੁੱਲਫਿਲਿੰਗ ਅ ਡਿਊਟੀ ਆਫ ਅ ਗੇਵਿੰਗ ਕੇਅਰ ਲੀਵ ધ ਫਰਸਟ ਐਡਰ ਓਪਨ ਟੂ ਕੁਐਸ਼ਨ ਆਫ ਨੈਗਲੀਜੈਂਸ ਇਹ ਨੈਗਲੀਜੈਂਸ ਦਾ ਕੁਐਸ਼ਨ ਬਣ ਜਾਏਗਾ ਕੀ ਕਹਿਆ ਜਾ ਰਿਹਾ ਵੀ ਨੈਗਲੀਜੈਂਸ ਵੀ ਤੁਸੀਂ ਅਣਗਹਿਲੀ ਕੀਤੀ ਹੈ ਤੇ ਤੁਹਾਨੂੰ ਇੱਥੇ ਵੀ ਕੇਸ ਵੀ ਤੁਹਾਡੇ ਤੇ ਲਗਾਇਆ ਜਾ ਸਕਦਾ ਹੈ ਐ ਨਹੀਂ ਜੇ ਤੁਸੀਂ ਐਕਸੀਡੈਂਟ ਕੀਤਾ ਤੇ ਤੁਸੀਂ ਭੱਜ ਜਿਓ ਐ ਨਹੀਂ ਕਰਨਾ ਚਾਹਾਂ ਵੀ ਠੀਕ ਹੈ ਤੇ ਹੋਰ ਇੱਥੇ ਗੱਲ ਕੀ ਕੀਤੀ ਜਾ ਰਹੀ ਹੈ ਵੈਲਸ देयर इज नो ਲਾ ਬਟ ਇੱਥੇ ਕੋਈ ਕਾਨੂੰਨ ਹੈ ਨਹੀਂ ਜਿੱਤੇ ਫੋਰਸ ਕਰੇ ਕਿਸੇ ਨੂੰ ਵੀ ਤੁਸੀਂ ਜਿਹੜੀ ਵੀ ਇੱਥੇ ਸਮੱਸਿਆ ਆ ਗਈ ਆ ਪਰਸਨ ਨੂੰ ਕੈਜੂਐਲਟੀ ਜਿਹੜੀ ਹੋਈ ਆ ਵੀ ਜਿਹੜੇ ਵੀ ਪਰਸਨ ਆ ਉਹਨੂੰ ਕੋਈ ਨੁਕਸਾਨ ਹੋ ਗਿਆ ਤੇ ਤੁਸੀਂ ਉਹਨੂੰ ਐਵੇਂ ਛੱਡ ਵੀ ਤੁਸੀਂ ਵੀ ਕੋਈ ਜ਼ਰੂਰੀ ਨਹੀਂ ਕਿ ਹਾਂ ਵੀ ਤੁਸੀਂ ਉਹਦੀ ਹੈਲਪ ਹੀ ਕਰਨੀ ਆ ਵੀ ਇਹ ਇਹਦਾ ਕੋਈ ਕਾਨੂੰਨ ਨਹੀਂ ਬਣਿਆ ਬਟ ਗੱਲ ਇਹ ਵੀ ਆ ਵੀ ਤੁਸੀਂ ਉਹਨੂੰ ਛੱਡ ਵੀ ਨਹੀਂ ਸਕਦੇ ਠੀਕ ਹੈ ਨਾ ਜੀ ਸੋ ਇੱਥੇ ਹੋਰ ਕੀ ਗੱਲ ਕੀਤੀ ਜਾ ਰਹੀ ਹੈ ਟੂ డు ਸੋ ਮੇ ਯੂ ਮੇ ਲਾਇਅਬਲ ਥਰੂ ਯੋਰ ਅਮੀਸ਼ਨ ਟੂ ਐਕਟ ਵੀ ਤੁਸੀਂ ਕੀ ਕਰਨਾ ਹੈ ਵੀ ਤੁਸੀਂ ਆਪਦੇ ਸਿਚੁਏਸ਼ਨ ਦੇ ਅਕੋਰਡਿੰਗ ਉੱਥੇ ਜੋ ਤੁਹਾਨੂੰ ਲੱਗਦਾ ਵੀ ਬੈਸਟ ਇੱਥੇ ਕੰਮ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਉਹ ਜ਼ਰੂਰ ਤੋਂ ਕਰਨਾ ਹੈ ਇਫ ਯੂ ਆਰ ਨਾਟ ਹੈਪੀ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਨਾ ਇਸ ਪਰਸਨ ਦੀ ਹੈਲਪ ਨਹੀਂ ਕਰਨੀ ਚਾਹੀਦੀ ਵੀ ਤੁਸੀਂ ਯਾਦ ਆ ਫਿਰ ਐ ਕਹਿ ਲੋ ਵੀ ਉੱਥੇ ਬਲੀਡਿੰਗ ਹੋ ਰਹੀ ਹੈ ਜਾਂ ਫਿਰ ਐਹੋ ਜੀ ਸਿਚੁਏਸ਼ਨ ਬਣ ਗਈ ਵੀ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਮੇਰੇ ਤੋਂ ਨਹੀਂ ਹੈਲਪ ਹੋ ਸਕਦੀ ਫਿਰ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਹੋਰ ਕੰਮ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਕਿਸੇ ਪਰਸਨ ਨੂੰ ਇਨਫੋਰਮ ਕਰ ਦੋ ਐਂਬੂਲੈਂਸ ਵਾਲਿਆਂ ਨੂੰ ਫੋਨ ਕਰ ਦੋ ਪੁਲਿਸ ਵਾਲਿਆਂ ਨੂੰ ਦੱਸ ਦੋ ਕਿ ਹਾਂ ਵੀ ਇਹ ਵਜੇ ਗੱਲ ਹੋ ਗਈ ਵੀ ਮੈਂ ਇੱਥੇ ਹੈਲਪਲੈਸ ਆ ਵੀ ਮੈਂ ਮੇਰੇ ਤੋਂ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ ਜਾਂ ਤਾਂ ਫਿਰ ਤੁਸੀਂ ਐਂ ਕਰੋ ਵੀ ਜਿਹੜਾ ਪਰਸਨ ਜ਼ਖਮੀ ਹੈ ਠੀਕ ਹੈ ਨਾ ਜੀ ਉਹਨੂੰ ਤੁਸੀਂ ਮਾਨੀਟਰ ਵੀ ਕਰ ਸਕਦੇ ਹੋ ਕਿ ਹਾਂ ਵੀ ਆਹ ਪਰਸਨ ਹੈ ਵੀ ਉਹਨੂੰ ਥੋੜਾ ਜਿਹਾ ਵੀ ਹਾਂ ਇੱਥੇ ਸੱਟ ਲੱਗੀ ਆ ਵੀ ਤੁਸੀਂ ਇਹਨੂੰ ਮਾਨੀਟਰ ਕਰੋ ਵੀ ਜਿਹੜੀ ਹਾਲਤ ਹੈ ਉਹਦੀ ਹੋਰ ਗੰਭੀਰ ਨਾ ਹੋ ਜਾਵੇ ਹੁਣ ਜੇ ਆਪਾਂ ਅੱਗੇ ਚੱਲਦੇ ਹਾਂ ਕੌਨਸੈਂਟ ਆਫ ਦਾ ਪਰਸਨ ਇਨ ਨੀਡ ਕੌਨਸੈਂਟ ਕਹਿਣ ਦਾ ਭਾਵ ਇਹ ਵੀ ਸਹਿਮਤੀ ਸਹਿਮਤੀ ਕਿਸ ਪਰਸਨ ਦੀ ਸਹਿਮਤੀ ਲੈਣੀ ਹੈ ਵੀ ਜਿਹੜੇ ਪਰਸਨ ਨੂੰ ਜਿਹੜਾ ਪਰਸਨ ਜ਼ਖਮੀ ਹੋ ਗਿਆ ਹੈ ਠੀਕ ਹੈ ਨਾ ਜਿਹੜਾ ਵੀ ਤੁਹਾਨੂੰ ਰਾਹ ਪਿਆ ਪਰਸਨ ਉਹਨੂੰ ਛੱਟ ਸੁੱਟ ਲੱਗ ਗਈ ਸੋ ਤੁਸੀਂ ਉਹਦੀ ਨਾ ਕੀ ਕਰਨੀ ਹੈ ਵੀ ਤੁਸੀਂ ਉਸ ਪਰਸਨ ਦੀ ਸਹਿਮਤੀ ਵੀ ਲੈਣੀ ਹੈ ਵੀ ਐ ਨਹੀਂ ਵੀ ਤੁਸੀਂ ਉਹਨੂੰ ਸਿੱਧਾ ਜਾ ਕੇ ਵੀ ਟੈਂਪਰੇਰੀ ਦੀ ਹੈਲਪ ਦੇਣ ਲੱਗ ਜਾਓ ਬਾਈ ਚਾਂਸ ਮੰਨ ਲਓ ਕਿ ਉਹਦੀ ਆਰਮ ਹੈ ਠੀਕ ਹੈ ਨਾ ਜਾਂ ਫਿਰ ਬਾਹ ਹੈ ਉਹ ਮੁੜ ਗਈ ਜਾਂ ਫਿਰ ਕੋਈ ਹੱਡੀ ਹੈ ਉਹ ਲੱਗਦਾ ਵੀ ਤੁਹਾਨੂੰ ਹਾਂ ਵੀ ਟੁੱਟ ਗਈ ਹੈ ਵੀ ਕਈ ਵਾਰ ਵੇਖਿਆ ਹੋਣਾ ਨਾ ਵੀ ਕਿ ਜਿਹੜੇ ਡਾਕਟਰ ਹੁੰਦੇ ਆ ਉਹ ਸਿੱਧਾ ਕਰ ਦਿੰਦੇ ਹੁੰਦੇ ਆ ਤੁਹਾਨੂੰ ਕੋਈ ਨੌਲੇਜ ਹੈ ਨਹੀਂ ਤੇ ਤੁਸੀਂ ਉਹਦੀ ਪਰਸਨ ਨੂੰ ਪਹਿਲਾਂ ਪੁੱਛੋ ਜੇ ਉਹ ਕੌਨਸ਼ੀਅਸ ਹੈ ਤਾਂ ਕਰਕੇ ਜੇ ਕੌਨਸ਼ੀਅਸ ਕੌਨਸ਼ੀਅਸ ਕਹਿਣ ਦਾ ਭਾਵ ਵੀ ਜੋ ਹੋਸ਼ ਦੇ ਵਿੱਚ ਹੈ ਸੋ ਉਹਦੀ ਪਰਮਿਸ਼ਨ ਲਓ ਕਿ ਹਾਂ ਵੀ ਮੈਂ ਇਹ ਕੰਮ ਕਰਨ ਲੱਗਿਆ ਤੇਰੇ ਨਾਲ ਤੇਰੀ ਜਾਨ ਬਚਾਉਣ ਲਈ ਕੀ ਮੈਂ ਕਰ ਸਕਦਾ ਜੋ ਪਰਮਿਸ਼ਨ ਦਿੰਦਾ ਕਿ ਹਾਂ ਜੀ ਤੁਸੀਂ ਕਰ ਸਕਦੇ ਹੋ ਫਿਰ ਵੀ ਤੁਸੀਂ ਉਹਦੀ ਹੈਲਪ ਕਰਨੀ ਹੈ ਅਦਰਵਾਇਜ਼ ਨਹੀਂ ਠੀਕ ਹੈ ਨਾ ਜੀ ਜੇ ਅਨਕੌਂਸ਼ੀਅਸ ਆ ਫਿਰ ਤਾਂ ਉਹਦੀ ਗੱਲ ਹੋ ਰਹਾ ਉਹਦੇ ਬਾਰੇ ਵੀ ਆਪਾਂ ਡਿਸਕਸ ਕਰ ਲਾਂਗੇ ਇੱਥੇ ਵੀ ਇਹੀ ਗੱਲ ਲਿਖੀ ਹੋਈ ਆ ਅ ਕੌਂਸ਼ੀਅਸ ਪਰਸਨ ਹੈਜ਼ ਅ ਰਾਈਟ ਟੂ ਆਈਦਰ ਰਿਫਿਊਜ਼ অর ਅਸੈਪਟ ਕੇਅਰ ਵੀ ਉਹਦੇ ਕੋਲ ਪੂਰਾ ਪੂਰਾ ਰਾਈਟ ਹੈ ਵੀ ਉਹ ਤੁਹਾਡੀ ਹੈਲਪ ਨੂੰ ਅਸੈਪਟ ਕਰੇ ਜਾਂ ਫਿਰ ਰਿਜੈਕਟ ਕਰੇ ਇਫ ਦਾ ਪਰਸਨ ਇਜ਼ ਕੌਂਸ਼ੀਅਸ ਉਹੀ ਮੈਂ ਗੱਲ ਜਿਹੜੀ ਸਮਝਾਈ ਤੁਹਾਨੂੰ ਵੀ ਜੇ ਪਰਸਨ ਹੋਸ਼ ਹੋਸ਼ ਦੇ ਵਿੱਚ ਹੈ ਸੋ ਤੁਸੀਂ ਉਹਦੀ ਸਹਿਮਤੀ ਲੈਣੀ ਹੈ ਵੀ ਹਾਂ ਵੀ ਮੈਂ ਇਹ ਫਰਸਟ ایڈ ਦੇਣੀ ਹੈ ਕਿ ਮੈਂ ਦੇ ਸਕਦਾ ਜੇ ਉਹ ਕਹਿੰਦਾ ਕਿ ਹਾਂ ਠੀਕ ਹੈ ਫਿਰ ਤਾਂ ਤੁਸੀਂ ਉਹਦੀ ਹੈਲਪ ਕਰਨੀ ਹੈ ਜੇ ਉਹ ਕਹਿੰਦਾ ਨਹੀਂ ਫਿਰ ਤਾਂ ਤੁਸੀਂ ਕਿਸੇ ਪੁਲਿਸ ਵਾਲੇ ਨੂੰ ਫੋਨ ਕਰੋ ਜਾਂ ਤਾਂ ਫਿਰ ਕਿਸੇ ਐਮਰਜੈਂਸੀ ਜਿਹੜੀ ਸਰਵਿਸੇਸ ਹੈ ਉਹਨਾਂ ਨੂੰ ਤੁਸੀਂ ਫੋਨ ਕਰਨਾ ਹੈ ਜੇ ਆਪਾਂ ਗੱਲ ਕਰੀਏ ਵੀ ਸਿਚੁਏਸ਼ਨ ਦੇ ਹਿਸਾਬ ਨਾਲ ਕਿ ਜੇ ਉਹ ਪਰਸਨ 18 ਸਾਲ ਤੋਂ ਘੱਟ ਦਾ ਹੈ ਠੀਕ ਹੈ ਨਾ ਜੀ ਮੰਨ ਕੇ ਚੱਲੋ ਉਹ ਮਾਈਨਰ ਹੈ ਪਰਸਨ ਸੋ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਕੀ ਕਰ ਸਕਦੇ ਹੋ ਫਿਰ ਆਪਾਂ ਉਹਦੇ ਪੇਰੈਂਟਸ ਨੂੰ ਬੁਲਾ ਕੇ ਜਾਂ ਤਾਂ ਜੇ ਉਹਦੇ ਪੇਰੈਂਟਸ ਹੈਗੇ ਆ ਨੇੜੇ ਯਾ ਤਾਂ ਗਾਰਡੀਅਨ ਕਹਿ ਸਕਦੇ ਆ ਵੀ ਉਹਨਾਂ ਦੀ ਸਹਿਮਤੀ ਲੈਣੀ ਹੈ ਤੁਸੀਂ ਕਿ ਹਾਂ ਵੀ ਤੁਹਾਡੇ ਬੱਚੇ ਨੂੰ ਇੱਥੇ ਸੱਟ ਲੱਗੀ ਹੈ ਆਪਾਂ ਇਹਨੂੰ ਆ ਇਹ ਹੈਲਪ ਦੀ ਨੀਡ ਹੈ ਵੀ ਕੀ ਆਪਾਂ ਇਹ ਕਰ ਸਕਦੇ ਆ ਜੇ ਉਹਦੇ ਪੇਰੈਂਟਸ ਕਹਿੰਦੇ ਆ ਹਾਂ ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਉਹਦੀ ਹੈਲਪ ਕਰ ਦੇਣੀ ਹੈ ਹੈਲਪ ਕਰਨ ਦਾ ਭਾਅ ਵੀ ਜਿਹੜੀ ਉਹਨੂੰ ਟੈਂਪਰਰੀ ਹੈਲਪ ਦੀ ਜਿਹੜੀ ਲੋੜ ਹੈ ਉਹ ਤੁਸੀਂ ਕਰਨੀ ਹੈ ਸੋ ਹੁਣ ਆਪਾਂ ਜੇ ਗੱਲ ਕਰੀਏ ਜੇ ਉਹ ਫੇਰ ਵੀ ਸਿਚੁਏਸ਼ਨ ਹੱਥ ਦੇ ਵਿੱਚ ਨਹੀਂ ਆ ਰਹੀ ਜੇ ਕੋਈ ਪੁਲਸ ਵਾਲਾ ਜਾਂ ਤਾਂ ਫਿਰ ਕਹਿ ਸਕਦੇ ਆ ਵੀ ਜਿਹੜਾ ਵੀ ਉਹਦੇ ਪੇਰੈਂਟਸ ਹੈ ਉਹ ਵੀ ਰਿਫਿਊਜ਼ ਕਰ ਰਿਹਾ ਵੀ ਨਹੀਂ ਨਹੀਂ ਤੁਸੀਂ ਨਹੀਂ ਕਰਨਾ ਕੁਝ ਵੀ ਸੋ ਤੁਸੀਂ ਉੱਥੇ ਜਿਹੜਾ ਵੀ ਪੁਲਸ ਹੈ ਜਾਂ ਤਾਂ ਫਿਰ ਐਮਬੂਲੈਂਸ ਹੈ ਉਹਨੂੰ ਕਾਲ ਲਗਾਣੀ ਹੈ ਤੁਸੀਂ ਜਾਂ ਫਿਰ ਐਮਰਜੈਂਸੀ ਸਰਵਿਸੇਸ ਹੈ ਜੇ ਹੁਣ ਆਪਾਂ ਗੱਲ ਕਰਦੇ ਆ ਇਹ ਵੀ ਦਾ ਪਰਸਨ ਇਜ਼ ਅਨਕੌਂਸ਼ੀਅਸ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਵੀ ਜੇ ਪਰਸਨ ਹੋਸ਼ ਦੇ ਵਿੱਚ ਨਹੀਂ ਹੈ ਫਿਰ ਤੁਸੀਂ ਕੀ ਕਰ ਸਕਦੇ ਹੋ ਫਿਰ ਤੁਸੀਂ ਵੀ ਅਨੇਬਲ ਟੂ ਫਾਰਮਲੀ ਕੌਨਸੈਂਟ ਵੀ ਉਹਦੀ ਤੁਸੀਂ ਸਹਿਮਤੀ ਲੈ ਨਹੀਂ ਸਕਦੇ ਸੋ ਤੁਸੀਂ ਕੀ ਕਰਨਾ ਹੈ ਵੀ ਅ ਅ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਜੋ ਵੀ ਤੁਹਾਨੂੰ ਬੈਸਟ ਲੱਗਦਾ ਹੈ ਉਹ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਗੱਲ ਕਰੀਏ ਪ੍ਰਾਈਵੇਸੀ ਦੀ ਪ੍ਰਾਈਵੇਸੀ ਤੁਸੀਂ ਬਹੁਤ ਵਰਡ ਇਹ ਵਰਡ ਹੈ ਨਾ ਜੀ ਬਹੁਤ ਵਾਰ ਸੁਣਿਆ ਹੋਣਾ ਵੀ ਅੱਜਕੱਲ ਨਿਊਜ਼ ਦੇ ਵਿੱਚ ਵੀ ਬਹੁਤ ਰਹਿੰਦਾ ਹੈ ਵੀ ਸਾਡੀ ਪ੍ਰਾਈਵੇਸੀ ਨਾਲ ਖੇਲਵਾੜ ਕੀਤਾ ਜਾ ਰਿਹਾ ਵੀ ਜਿਹੜੀ ਤੁਹਾਡੀ ਨਿੱਜੀ ਜਾਣਕਾਰੀ ਹੁੰਦੀ ਹੈ ਜਿਵੇਂ ਕਿ ਤੁਹਾਡਾ ਨਾਮ ਹੋ ਗਿਆ ਤੁਹਾਡਾ ਜੈਂਡਰ ਤੁਹਾਡਾ ਵੀ ਏਜ ਕਿੰਨੀ ਹੈ ਤੁਹਾਡੀ ਤੁਸੀਂ ਰਹਿੰਦੇ ਕਿੱਥੇ ਹੋ ਹੈ ਨਾ ਜੀ ਤੁਸੀਂ ਤੁਹਾਡਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਵੀਹਾ ਇਹ ਸਾਰੇ ਕੀ ਹੈ ਇਹ ਸਾਰੀ ਤੁਹਾਡੀ ਪ੍ਰਾਈਵੇਸੀ ਹੈ ਵੀ ਤੁਹਾਡੀ ਪਰਸਨਲ ਜਾਣਕਾਰੀ ਹੈ ਵੀ ਇੱਥੇ ਇਹ ਗੱਲ ਕੀਤੀ ਜਾ ਰਹੀ ਹੈ ਵੀ ਇਹ ਜੇ ਆਪਾਂ ਕੰਟੈਕਸਟ ਦੇ ਵਿੱਚ ਦੇਖੀਏ ਵੀ ਇੱਥੇ ਕੀ ਗੱਲ ਕੀਤੀ ਹੈ ਫਰਸਟ ਏਡ ਦੇ ਵਿੱਚ ਵੀ ਜੇ ਕੋਈ ਪਰਸਨ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਵੀ ਜਿਹੜਾ ਫਰਸਟ ਏਡਰ ਹੈ ਠੀਕ ਹੈ ਨਾ ਜੀ ਮੰਨ ਕੇ ਚੱਲੋ ਕਿਸੇ ਪਰਸਨ ਨੂੰ ਇੱਥੇ ਕੋਈ ਹਾਸਾ ਹੋ ਜਾਂਦਾ ਹੈ ਤੇ ਉਹ ਪਰਸਨ ਵੀ ਕੋਈ ਉਹਦਾ ਕੋਈ ਮੰਨ ਕੇ ਚੱਲੋ ਉਹਦਾ ਕੋਈ ਕਲੋਥ ਸੀ ਠੀਕ ਹੈ ਨਾ ਜੀ ਉਹ ਕਲੋਥ ਉਹਦਾ ਫਟ ਗਿਆ ਤੇ ਫਟਣ ਨਾਲ ਕੀ ਹੋਇਆ ਵੀ ਉਹਦਾ ਜਿਹੜਾ ਸਰੀਰ ਦਾ ਨਗਨ ਉਹ ਨਗਨ ਅਵਸਥਾ ਦੇ ਵਿੱਚ ਉਹ ਜਿਹੜਾ ਹੈ ਨਾ ਸੜਕ ਤੇ ਪਿਆ ਹੋਇਆ ਜਾਂ ਫਿਰ ਹੋਰ ਵੀ ਬਹੁਤ ਗੱਲਾਂ ਹੋ ਸਕਦੀਆਂ ਜਾਂਵੇਂ ਜਿਵੇਂ ਮੰਨ ਲਓ ਕਿ ਉਹਦਾ ਆਈਡੈਂਟੀਟੀ ਕਾਰਡ ਹੈ ਜਾਂ ਤਾਂ ਫਿਰ ਹੋਰ ਵੀ ਬਹੁਤ ਕੁਝ ਹੋ ਸਕਦਾ ਵੀ ਉਹ ਉੱਥੇ ਨਾ ਪਬਲੀਕਲੀ ਵਿਖ ਰਿਆ ਸਾਰਿਆਂ ਨੂੰ ਤੁਸੀਂ ਕੀ ਕਰਨਾ ਹੈ ਉਹਨੂੰ ਬਲੈਂਕਟ ਨਾਲ ਢੱਕਣ ਦੀ ਕੋਸ਼ਿਸ਼ ਕਰਨੀ ਹੈ ਉੱਥੇ ਸੋ ਇਹ ਗੱਲਾਂ ਦਾ ਆਪਾਂ ਨੂੰ ਵੈਸੇ ਜ਼ਿਆਦਾਤਰ ਨਹੀਂ ਪਤਾ ਹੁੰਦਾ ਬਟ ਆਪਾਂ ਇੱਥੇ ਇਹ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਵੀ ਹਾਂ ਵੀ ਜੇ ਕੋਈ ਅਹੋਜੀ ਸਿਚੁਏਸ਼ਨ ਆਉਂਦੀ ਹੈ ਜਿਵੇਂ ਤੇ ਲਿਖਿਆ ਹੋਇਆ ਕਵਰਿੰਗ ਐਨੀ ਐਕਸਪੋਜ਼ਡ ਬੋਡੀ ਪਾਰਟ ਵੀ ਜਿਹੜਾ ਵੀ ਬੋਡੀ ਪਾਰਟ ਹੈ ਵੀ ਬਾਹਰ ਵਿਖ ਰਿਹਾ ਤੁਸੀਂ ਉਹਨੂੰ ਢੱਕ ਦੇਣਾ ਹੈ ਤੇ ਹੋਰ ਕੀ ਕਰਨਾ ਹੈ ਵੀ ਫਰਸਟ ਏਡਰ ਜਿਹੜਾ ਪਰਸਨ ਹੋਊਗਾ ਵੀ ਟੇਕ ਸਟੈਪਸ ਟੂ ਮੇਨਟੇਨ ਕਨਫੀ ਦਿਸ ਦਨ ਦਿਸ ਕਨਫੀ ਡੈਂਟੈਲਟੀ ਵੀ ਤੁਸੀਂ ਇਹ ਕਰਨਾ ਹੈ ਵੀ ਜੋ ਕੁਝ ਵੀ ਉੱਥੇ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਪੂਰਾ ਧਿਆਨ ਰੱਖਣਾ ਹੈ ਵੀ ਉੱਥੇ ਕੀ ਹੋ ਰਿਹਾ ਤੇ ਇੱਥੇ ਹੋਰ ਵੀ ਇਹ ਗੱਲ ਲਿਖੀ ਹੋਈ ਹੈ ਦਿਸ ਮੀਨਸ ਨਾਟ ਟਾਕਿੰਗ ਅਬਾਊਟ ਦਾ ਇਨਸੀਡੈਂਟ ਟੂ ਅਦਰ ਪੀਪਲ অর ਆਨਸਰਿੰਗ ਕੁਐਸ਼ਨਸ ਵੀ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਵੀ ਜਿਹੜੇ ਮੀਡੀਆ ਵਾਲੇ ਮੀਡੀਆ ਪਰਸਨ ਹੁੰਦੇ ਆ ਵੀ ਉਹ ਤੁਹਾਡੇ ਕੋਲ ਆ ਜਾਣਗੇ ਵੀ ਪੁੱਛਣ ਲੱਗ ਜਾਣਗੇ ਹਾਂ ਵੀ ਕੀ ਹੋਇਆ ਦੱਸੋ ਤੁਸੀਂ ਕੀ ਕਰਨਾ ਫਿਰ ਤੁਸੀਂ ਉੱਥੇ ਉਹਨਾਂ ਦਾ ਜਾ ਕੇ ਜਵਾਬ ਦੇਣ ਲੱਗ ਜਾਓਗੇ ਜੋ ਕਿ ਬਹੁਤ ਹੀ ਗਲਤ ਗੱਲ ਹੈ ਉਧਰ ਪਰਸਨ ਸੀਰੀਅਸ ਹੋ ਜਾਂ ਪਿਆ ਵੀ ਤੁਸੀਂ ਉਹ ਇੰਟਰਵਿਊ ਦੇ ਹੀ ਜਾਂਨੇ ਆ ਜਾਂ ਤਾਂ ਫਿਰ ਤੁਸੀਂ ਕਿਸੇ ਕਿਸੇ ਵੀ ਪ੍ਰਸ਼ਨ ਦਾ ਜਵਾਬ ਨਹੀਂ ਦੇਣਾ ਹਾਂ ਵੀ ਉਹ ਉੱਥੇ ਪੁੱਛੀ ਜਾ ਰਿਹਾ ਵੀ ਹਾਂ ਵੀ ਦੱਸੋ ਕੀ ਹੋ ਗਿਆ ਹਨਾ ਤੁਸੀਂ ਫਿਰ ਇਹ ਸਵਾਲ ਦਾ ਜਵਾਬ ਦੋਗੇ ਫਿਰ ਤੁਸੀਂ ਨਹੀਂ ਫਸਟਡ ਕਿਵੇਂ ਦੋਗੇ ਸੋ ਇਥੇ ਆਪਾਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਨੈਗਲੀਜੈਂਸ ਦੀ ਨੈਗਲੀਜੈਂਸ ਕੀ ਹੁੰਦਾ ਵੀ ਇੱਥੇ ਇਹ ਗੱਲ ਕੀਤੀ ਜਾ ਰਹੀ ਹੈ ਨੈਗਲੀਜੈਂਸ ਕਹਿਣ ਦਾ ਭਾਵ ਵੀ ਤੁਸੀਂ ਜਿਹੜੀ ਅਨਗੈਰਲੀ ਕਰਦੇ ਆ ਨਾ ਜੀ ਉਹ ਇੱਥੇ ਇਹਦੀ ਗੱਲ ਕੀਤੀ ਗਈ ਹੈ ਵੀ ਜਿਹੜਾ ਵੀ ਵੋਲੰਟੀਅਰ ਹੈ ਠੀਕ ਹੈ ਨਾ ਜੀ ਵੋਲੰਟੀਅਰ ਜਿਹੜਾ ਵੀ ਇੱਥੇ ਆਊਗਾ ਵੀ ਉਹ ਕੀ ਕਰੂਗਾ ਵੀ ਬਾਇ ਚਾਂਸ ਵੋਲੰਟੀਅਰ ਵੈਸੇ ਹੁੰਦਾ ਕਿ ਇਹ ਵੀ ਜਿਹੜਾ ਪਰਸਨ ਆਪਦੀ ਮਰਜ਼ੀ ਨਾਲ ਆ ਰਿਹਾ ਕਿਸੇ ਦੀ ਹੈਲਪ ਕਰਨ ਸੋ ਉੱਥੇ ਆਇਆ ਉਹਦੀ ਹੈਲਪ ਕਰਨ ਲੱਗ ਗਿਆ ਪਰਸਨ ਜਿਹੜਾ ਵੀ ਪਰਸਨ ਜ਼ਖਮੀ ਸੀ ਸੋ ਇਥੇ ਗੱਲ ਕੀਤੀ ਜਾ ਰਹੀ ਹੈ ਵੀ ਉਹ ਤੁਸੀਂ ਉਸ ਪਰਸਨ ਨੂੰ ਨਹੀਂ ਜਾਣਦੇ ਬਟ ਜੇ ਤੁਸੀਂ ਇੱਕ ਵਾਰ ਉਹਦੀ ਜਿਹੜੀ ਫਰਸਟ ایڈ ਹੈ ਉਹ ਤੁਸੀਂ ਇੱਕ ਵਾਰ ਉਹਨੂੰ ਟੈਂਪਰਰੀ ਜਿਹੜਾ ਅਸਿਸਟੈਂਸ ਹੈ ਉਹ ਤੁਸੀਂ ਦੇਣਾ ਸਟਾਰਟ ਕਰਤਾ ਸੋ ਤੁਸੀਂ ਹੁਣ ਧਿਆਨ ਰੱਖਣਾ ਹੈ ਰੀਜ਼ਨਲੀ ਕੇਅਰਫੁਲ ਰਹਿਣਾ ਹੈ ਤੁਸੀਂ ਵੀ ਤੁਸੀਂ ਐ ਨਹੀਂ ਕਿ ਹਾਂ ਵੀ ਉਹਨੂੰ ਵਿੱਚ ਛੱਡ ਕੇ ਜਾਂਦੇ ਲੱਗੋ ਜੇ ਤੁਸੀਂ ਇਹ ਕਰਦੇ ਹੋ ਫਿਰ ਤੁਹਾਡੇ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਇਥੇ ਇਸ ਪੈਰੇ ਦੇ ਵਿੱਚ ਇਹੀ ਗੱਲ ਇਹਨਾਂ ਨੇ ਕੀਤੀ ਹੋਈ ਹੈ ਵੀ ਤੁਸੀਂ ਉਹਨੂੰ ਐਵੇਂ ਛੱਡ ਕੇ ਨਹੀਂ ਜਾਣਾ ਠੀਕ ਹੈ ਨਾ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਇਹਨਾਂ ਨੇ ਕਿਹਾ ਹੋਇਆ ਵੀ ਡੀਲਿੰਗ ਵਿਦ ਐਨ ਐਮਰਜੈਂਸੀ ਜੇ ਐਮਰਜੈਂਸੀ ਕਹਿਣ ਦਾ ਭਾਵ ਇਹ ਵੀ ਕੋਈ ਸੀਰੀਅਸ ਕੇਸ ਹੈ ਠੀਕ ਹੈ ਨਾ ਜੀ ਸੀਰੀਅਸ ਕੇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਇੱਥੇ ਲਿਖਿਆ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਵੈਰੀ ਗ੍ਰੇਟਲੀ ਬਟ ਥੇਰ ਆਰ 4 ਮੇਨ ਸਟੈਪਸ ਥੈਟ ਆਲਵੇਸ ਅਪਲਾਈ ਵੀ ਇੱਥੇ ਚਾਰ ਸਟੈਪਸ ਦੀ ਗੱਲ ਕੀਤੀ ਹੋਈ ਆ ਠੀਕ ਹੈ ਨਾ ਜੀ ਇਹ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ ਇੱਥੇ ਤਾਂ ਆਪਾਂ ਇੱਕ ਵਾਰ ਪੁਆਇੰਟ ਹੀ ਦੇਖ ਲੈਣੇ ਆ ਬਟ ਆਕੇ ਇਹਨੂੰ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਵੀ ਵਿਖਣਾ ਆ ਸੋ ਇ ਵੀ ਜਿਹੜਾ ਏਰੀਆ ਹੈ ਤੁਸੀਂ ਉਹਨੂੰ ਸੇਫ ਕਰਨਾ ਹੈ ਵੀ ਐ ਨਹੀਂ ਵੀ ਹਾਂ ਵੀ ਉੱਥੇ ਪਰਸਨ ਵੀ ਬਹੁਤ سارے ਲੋਕ ਉੱਥੇ ਉਹਨਾਂ ਨੇ ਭੀੜ ਕਰ ਲਈ ਕਰਾਊਡ ਉੱਥੇ ਬਹੁਤ ਸਾਰਾ ਇਕੱਠਾ ਹੋ ਗਿਆ ਠੀਕ ਹੈ ਨਾ ਜੀ ਇਹਦਾ ਤੁਸੀਂ ਧਿਆਨ ਰੱਖਣਾ ਹੈ ਦੂਜੇ ਪੋਰਸ਼ਨ ਆਪਸ਼ਨ ਚ ਕਿਹਾ ਜਾ ਰਿਹਾ ਵੀ ਈਵੈਲਿਊਏਟ ਦਾ ਇੰਜਰਡ ਪਰਸਨਸ ਕੰਡੀਸ਼ਨ ਵੀ ਤੁਸੀਂ ਉਸ ਪਰਸਨ ਦੀ ਕੰਡੀਸ਼ਨ ਵੀ ਵੇਖਣੀ ਹੈ ਵੀ ਉਸ ਪਰਸਨ ਦੀ ਕੰਡੀਸ਼ਨ ਉਸ ਟਾਈਮ ਹੈ ਕਿਵੇਂ ਐ ਨਹੀਂ ਕਿ ਹਾਂ ਵੀ ਤੁਸੀਂ ਕਿਉਂਕਿ ਤੁਸੀਂ ਜੋ ਕੁਝ ਵੀ ਕਰਨਾ ਜਿਹੜਾ ਵੀ ਨੈਕਸਟ ਸਟੈਪ ਲੈਣਾ ਹੈ ਉਹ ਤੁਸੀਂ ਪਰਸਨ ਦੀ ਸਿਚੁਏਸ਼ਨ ਵੇਖ ਕੇ ਹੀ ਲੈਣਾ ਹੈ ਠੀਕ ਹੈ ਨਾ ਜੀ ਉਹੀ ਕਹਿ ਰਿਹਾ ਵੀ ਮੁਲਾਂਕਣ ਕਰਨ ਦੇ ਇਥੇ ਗੱਲ ਕੀਤੀ ਜਾ ਰਹੀ ਹੈ ਵੀ ਆਕਲਨ ਵੀ ਕਹਿ ਸਕਦੇ ਆ ਇੱਕ ਹਿਸਾਬ ਦਾ ਵੀ ਉਹ ਪਰਸਨ ਹੈ ਜਿਹੜਾ ਵੀ ਉਹਦੀ ਤੁਸੀਂ ਸਥਿਤੀ ਉਹ ਧਿਆਨ ਨਾਲ ਵੇਖਣੀ ਹੈ ਤੀਸਰਾ ਆਪਸ਼ਨ ਜਿਹੜਾ ਕਿਹਾ ਜਾ ਰਿਹਾ ਵੀ ਸੇਕ ਹੈਲਪ ਵੀ ਤੁਸੀਂ ਮਦਦ ਕਿਵੇਂ ਲੈਣੀ ਹੈ ਔਰ ਲਾਸਟ ਚ ਲਿਖਿਆ ਆ ਵੀ ਗਿਵ ਫਰਸਟ ਐਡ ਵੀ ਜਿਹੜਾ ਵੀ ਤੁਸੀਂ ਮੋਡਲਿਸ ਡਾਕਟਰੀ ਸਹਾਇਤਾ ਦੇਣੀ ਹੈ ਉਹ ਫਿਰ ਕਿਵੇਂ ਦੇਣੀ ਹੈ ਫਿਰ ਹੁਣ ਆਪਾਂ ਸ਼ੁਰੂ ਕਰਦੇ ਆਂ ਵੇਖਦੇ ਆਂ ਆਪਣੇ ਫਰਸਟ ਪੁਆਇੰਟ ਤੋਂ ਅਤੇ ਕੀ ਲਿਖਿਆ ਹੋਇਆ ਮੇਕ ਦਾ ਏਰੀਆ ਸੇਫ ਆਪਾਂ ਆਲਰੇਡੀ ਇਸ ਪੁਆਇੰਟ ਦੇ ਵਿੱਚ ਲਿਖਿਆ ਹੀ ਹੋਇਆ ਵੀ ਉਸ ਜਿਹੜਾ ਵੀ ਏਰੀਆ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਵੀ ਤੁਸੀਂ ਇਹਨੂੰ ਸੇਫ ਕਰਨਾ ਹੈ ਇੱਥੇ ਆਪਾਂ ਇੱਕ ਵਾਰ ਡਿਸਕਸ ਕਰ ਲੈਣੇ ਆ ਯੂਅਰ ਓਨ ਸੇਫਟੀ ਸ਼ੁੱਡ ਆਲਵੇਸ ਕਮ ਫਰਸਟ ਵੀ ਇਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਹੈ ਵੀ ਜਿਹੜਾ ਪਰਸਨ ਫਰਸਟ ਐਡਰ ਹੈ ਹੈਨਾ ਜੀ ਯਾਨੀ ਕਿ ਆਪਾਂ ਫਰਸਟ ਐਡਰ ਦਾ ਕਹਿਣ ਦਾ ਭਾਵ ਵੀ ਤੁਹਾਡੇ ਤੋਂ ਹੀ ਲੈ ਕੇ ਚੱਲਾਂਗੇ ਜਦੋਂ ਵੀ ਮੈਂ ਫਰਸਟ ਐਡਰ ਕਿਹਾ ਵੀ ਤੁਸੀਂ ਸਮਝ ਲੈਣਾ ਮੈਂ ਤੁਹਾਡੀ ਗੱਲ ਹੀ ਕਰ ਰਿਹਾ ਸੋ ਤੁਸੀਂ ਇੱਥੇ ਕਿਸੇ ਦੀ ਹੈਲਪ ਕਰ ਰਹੇ ਹੋ ਠੀਕ ਹੈ ਨਾ ਜੀ ਤੋ ਤੁਸੀਂ ਹੈਲਪ ਕਰਨ ਤੋਂ ਪਹਿਲਾਂ ਵੀ ਸਰ ਨਾਲੋਂ ਪਹਿਲਾਂ ਇਹਦਾ ਧਿਆਨ ਰੱਖਣਾ ਹੈ ਵੀ ਤੁਹਾਡੀ ਆਪਦੀ ਸੇਫਟੀ ਹੈ ਕਿ ਨਹੀਂ ਹੈ ਠੀਕ ਹੈ ਨਾ ਜੀ ਬਾਈ ਚਾਂਸ ਮੰਨ ਕੇ ਚੱਲੋ ਵੀ ਕਿਤੇ ਅੱਗ ਲੱਗ ਜਾਂਦੀ ਹੈ ਤੁਸੀਂ ਉਹਨੂੰ ਬਚਾਣ ਜਾਂਦੇ ਹੋ ਠੀਕ ਹੈ ਨਾ ਜੀ ਤੇ ਤੁਹਾਨੂੰ ਲੱਗਦਾ ਵੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਵੀ ਤੁਸੀਂ ਜੇ ਆਪ ਗਏ ਤਾਂ ਤੁਸੀਂ ਆਪਦੀ ਜਾਨ ਵੀ ਖਤਰੇ 'ਚ ਪਾ ਸਕਦੇ ਹੋ ਫਿਰ ਤੁਸੀਂ ਕਿਵੇਂ ਜਾ ਸਕਦੇ ਹੋ ਫਿਰ ਇਹ ਕੰਮ ਤਾਂ ਗਲਤ ਹੋ ਜਾਣਾ ਹੈ ਫਿਰ ਇੱਥੇ ਇਹੀ ਗੱਲ ਕੀਤੀ ਹੋਈ ਹੈ ਵੀ ਤੁਸੀਂ ਨਾ ਆਪਦੀ ਜਿਹੜੀ ਜ਼ਿੰਦਗੀ ਹੈ ਵੀ ਉਹਨੂੰ ਪਹਿਲਾਂ ਪ੍ਰਾਇੋਰਟੀ ਆਪਦੀ ਜ਼ਿੰਦਗੀ ਨੂੰ ਦੇਣੀ ਹੈ ਤੁਸੀਂ ਵੀ ਤੁਸੀਂ ਆਪ ਦੀ ਸੇਫਟੀ ਫਰਸਟ ਰੱਖੋਗੇ ਤਾਂ ਹੀ ਉਹ ਤਾਂ ਤੁਸੀਂ ਨੈਕਸਟ ਪਰਸਨ ਨੂੰ ਬਚਾ ਸਕਦੇ ਹੋ ਸੋ ਇੱਥੇ ਲਿਖਿਆ ਹੋਇਆ ਵੀ ਐਜ਼ ਅ ਫਰਸਟ ਐਡਰ ਯੂ ਸ਼ੁੱਡ ਟ੍ਰਾਈ ਟੂ ਫਾਈਂਡ ਆਊਟ ਵਾਟ ਹੈ ਜਸਟ ਹੈਪਨ ਵੀ ਤੁਸੀਂ ਇਹਦਾ ਪਹਿਲਾਂ ਇਹ ਵੇਖੋ ਵੀ ਉੱਥੇ ਹੋਇਆ ਕੀ ਹੈ ਫਿਰ ਇਹ ਵੇਖੋ ਵੀ ਉੱਥੇ ਕੋਈ ਹੋਰ ਖਤਰਾ ਤਾਂ ਨਹੀਂ ਫਿਰ ਤੁਸੀਂ ਵੇਖਣਾ ਹੈ ਵੀ ਕੋਈ ਹੋਰ ਇੱਥੇ ਖਤਰੇ ਵਾਲੀ ਜਾਂ ਫਿਰ ਕਹਿ ਸਕਦੇ ਹਾਂ ਵੀ ਕੋਈ ਹੋਰ ਕੋਈ ਸੰਭਾਵਨਾ ਤਾਂ ਨਹੀਂ ਵੀ ਟ੍ਰੈਫਿਕ ਤੋਂ ਜਾਂ ਫਿਰ ਕਹਿ ਸਕਦੇ ਹਾਂ ਵੀ ਫਾਇਰ ਅੱਗ ਕਿਤੇ ਲੱਗੀ ਹੋਵੇ ਇਲੈਕਟ੍ਰਿਸਿਟੀ ਕੇਬਲਸ ਕਿਤੇ ਹੋਰ ਕੋਈ ਆਪਾਂ ਨੂੰ ਖਤਰਾ ਤਾਂ ਨਹੀਂ ਪੈ ਰਿਹਾ ਠੀਕ ਹੈ ਨਾ ਜੀ ਇਹਦਾ ਵੀ ਤੁਸੀਂ ਧਿਆਨ ਰੱਖਣਾ ਹੈ ਸੋ ਇੱਥੇ ਹੁਣ ਗੱਲ ਕੀਤੀ ਜਾ ਰਹੀ ਹੈ ਦੂਜੇ ਪੁਆਇੰਟ 'ਚ ਵੀ ਨੈਵਰ ਅਪਰੋਚ ਦ ਸੀਨ ਆਫ ਐਨ ਐਕਸੀਡੈਂਟ ਇਫ ਯੂ ਆਰ ਪੁੱਟਿੰਗ ਯੋਰਸੈਲਫ ਇਨ ਡੇਂਜਰ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਜੇ ਮੈਂ ਇੱਥੇ ਜਾਵਾਂ ਇਸ ਪਰਸਨ ਨੂੰ ਬਚਾਉਣ ਵੀ ਮੇਰੀ ਆਪ ਦੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਸਕਦੀ ਹੈ ਫਿਰ ਇਹ ਥੋੜਾ ਜਿਹਾ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਫਿਰ ਨਹੀਂ ਜਾਣਾ ਠੀਕ ਹੈ ਨਾ ਜੀ ਫਿਰ ਇਹ ਅਪਰੋਚ ਨਹੀਂ ਫਾਲੋ ਕਰਨੀ ਤੁਸੀਂ ਤੁਸੀਂ ਕੋਈ ਹੋਰ ਅਪਰੋਚ ਫਾਲੋ ਕਰਨੀ ਹੈ ਹੁਣ ਜੇ ਆਪਾਂ ਗੱਲ ਕਰ ਵੀ ਜਿਹੜਾ ਵੀ ਇੰਜਰਡ ਪਰਸਨ ਹੈ ਵੀ ਜਿਹੜਾ ਵੀ ਪਰਸਨ ਜ਼ਖਮੀ ਹੈ ਠੀਕ ਹੈ ਨਾ ਜੀ ਉੱਥੇ ਕਿਹਾ ਜਾ ਰਿਹਾ ਹੈ ਵੀ ਜਿਹੜੇ ਅਦਰ ਪਰਸਨ ਅਦਰ ਪੀਪਲ ਇੱਥੇ ਕਿਹਾ ਜਾ ਰਿਹਾ ਵੀ ਉੱਥੇ ਇੰਜਰਡ ਪਰਸਨ ਐਂਡ ਦ ਅਦਰ ਪੀਪਲ ਔਨ ਦਾ ਸੀਨ ਵੀ ਤੁਸੀਂ ਆਪ ਦਾ ਬੈਸਟ ਪਰਫਾਰਮੈਂਸ ਇੱਥੇ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਜਿੰਨਾ ਤੁਸੀਂ ਕਰ ਸਕਦੇ ਹੋ ਉਸ ਪਰਸਨ ਲਈ ਤੁਸੀਂ ਉਹਨਾਂ ਕਰਨਾ ਹੈ ਇੱਥੇ ਇੱਕ ਹੋਰ ਪੁਆਇੰਟ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਵੀ ਬੀ ਅਵੇਅਰ ਥੈਟ ਪ੍ਰੋਪਰਟੀ ਆਫ ਦਾ ਇੰਜਰਡ ਪਰਸਨ ਐਟ ਰਿਸਕ ਠੀਕ ਹੈ ਨਾ ਜੀ ਤੁਸੀਂ ਇਹਦਾ ਵੀ ਧਿਆਨ ਰੱਖਣਾ ਹੈ ਵੀ ਜਿਹੜਾ ਪਰਸਨ ਹੈ ਨਾ ਜਿਹੜਾ ਜ਼ਖਮੀ ਪਿਆ ਵੀ ਉਹਦਾ ਕੋਈ ਸਮਾਨ ਜਾਂ ਫਿਰ ਕੋਈ ਪ੍ਰਾਪਰਟੀ ਹੈ ਠੀਕ ਹੈ ਨਾ ਜੀ ਵੀ ਉਹ ਨਾ ਚੋਰੀ ਹੋ ਜੇ ਉਹਦਾ ਵੀ ਉਹਦੀ ਸੇਫਟੀ ਵੀ ਤੁਸੀਂ ਉਹਦੀ ਸੇਫਟੀ ਦਾ ਵੀ ਪੂਰਾ ਪੂਰਾ ਧਿਆਨ ਇੱਥੇ ਰੱਖਣਾ ਹੈ ਕਈ ਵਾਰ ਵੇਖਿਆ ਨਾ ਜੀ ਐਕਸੀਡੈਂਟ ਹੋ ਜਾਂਦਾ ਵੀ ਉਹਨਾਂ ਦਾ ਮੋਬਾਈਲ ਡਿੱਗ ਪੈਂਦਾ ਜਾਂ ਫਿਰ ਉਹਨਾਂ ਨੇ ਕੁਝ ਪੈਸੇ ਬੈਂਕ ਤੋਂ ਆ ਰਹੇ ਹੁੰਦੇ ਆ ਵੀ ਉਹਨਾਂ ਦਾ ਜੇ ਜਿਹੜਾ ਪੈਸਿਆਂ ਵਾਲਾ ਬੈਗ ਕਹਿ ਲਓ ਤੁਸੀਂ ਵੀ ਉਹ ਡਿੱਗ ਪਵੇ ਫਿਰ ਉੱਥੇ ਲੋਕ ਹਨ ਉਹਨੂੰ ਚੱਕਣ ਦੀ ਬਜਾਏ ਪਰਸਨ ਨੂੰ ਚੱਕਣ ਦੇ ਬਜਾਏ ਉਹ ਪੈਸੇ ਲੈ ਕੇ ਭੱਜ ਜਾਂਦੇ ਆ ਸੋ ਇੱਥੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਵੋਲੰਟੀਅਰ ਸਮੈਟੇਰੀਅਨ ਪਰਸਨ ਹੈ ਵੀ ਉਹਨੇ ਕੀ ਕਰਨਾ ਹੈ ਵੀ ਉਹਨੇ ਨਾ ਉਹਦਾ ਵੀ ਇਹਦਾ ਬਹੁਤ ਹੀ ਚੰਗੀ ਤਰ੍ਹਾਂ ਧਿਆਨ ਰੱਖਣਾ ਹੈ ਵੀ ਉਹਦਾ ਜੋ ਕੋਈ ਵੀ ਸਮਾਨ ਹੈ ਉਹਦੀ ਸੇਫਟੀ ਪਲੱਸ ਉਸ ਪਰਸਨ ਦੀ ਵੀ ਸੇਫਟੀ ਉੱਥੇ ਹੋਣੀ ਚਾਹੀਦੀ ਹੈ ਹੁਣ ਇੱਥੇ ਇੱਕ ਹੋਰ ਗੱਲ ਕੀਤੀ ਜਾ ਰਹੀ ਹੈ ਵੀ ਸੀਕ ਪੁਲਿਸ ਔਰ ਐਮਰਜੈਂਸੀ ਵੀ ਤੁਸੀਂ ਨਾ ਪੁਲਿਸ ਨੂੰ ਠੀਕ ਹੈ ਜੀ ਉਹਦੀ ਹੈਲਪ ਲੈਣ ਦੀ ਕੋਸ਼ਿਸ਼ ਕਰਨੀ ਹੈ ਵੀ ਜਿੱਥੇ ਵੀ ਐਕਸੀਡੈਂਟ ਹੋਇਆ ਹੈ ਵੀ ਜਿਹੜਾ ਵੀ ਅਨ ਸੇਫ ਸੋ ਇੱਥੇ ਤੁਸੀਂ ਨਾ ਆਪਦੀ ਲਾਈਫ ਨੂੰ ਖਤਰੇ ਵਿੱਚ ਨਾ ਪਾਉਂਦਿਆਂ ਹੋਇਆ ਵੀ ਬੈਸਟ ਬੈਸਟ ਜੋ ਕੁਝ ਵੀ ਤੁਸੀਂ ਕਰ ਸਕਦੇ ਆ ਉਹਨੂੰ ਇੱਥੇ ਕਰਨ ਦੀ ਕੋਸ਼ਿਸ਼ ਕਰਨੀ ਹੈ ਹੁਣ ਆਪਾਂ ਚੱਲਦੇ ਆਂ ਇਨ ਕੇਸ ਆਫ ਅ ਰੋਡ ਐਕਸੀਡੈਂਟ ਐਸ ਅ ਫਰਸਟ ایڈਰ ਯੂ ਸ਼ੁੱਡ ਵੀ ਰੋਡ ਰੋਡ ਐਕਸੀਡੈਂਟ ਤਾਂ ਹੋ ਗਿਆ ਠੀਕ ਹੈ ਨਾ ਜੀ ਹੁਣ ਇਹ ਹੁਣੇ ਰੋਡ ਐਕਸੀਡੈਂਟ ਦੀ ਗੱਲ ਕੀਤੀ ਜਾ ਰਹੀ ਹੈ ਪਹਿਲਾਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਉਹ ਜਸਟ ਕੋਈ ਵੀ ਐਕਸੀਡੈਂਟ ਹੋ ਸਕਦਾ ਸੀ ਘਰਾਂ ਦੇ ਵਿੱਚ ਵੀ ਹੋ ਸਕਦਾ ਸੀ ਅਗ ਲੱਗ ਸਕਦੇ ਸੀ ਕਿਸੇ ਨੂੰ ਬਿਜਲੀ ਦਾ ਜਿਹੜਾ ਵੀ ਖੰਭੇ ਹੁੰਦੇ ਆ ਉਹ ਸ਼ਾਇਦ ਡਿੱਗ ਪਏ ਹੋਣ ਵੀ ਕੁਝ ਵੀ ਹੋ ਸਕਦਾ ਠੀਕ ਹੈ ਨਾ ਜੀ ਕੁਝ ਵੀ ਹੋ ਸਕਦਾ ਹੁਣ ਆਪਾਂ ਸਿਰਫ ਖਾਸ ਰੋਡ ਐਕਸੀਡੈਂਟ ਦੀ ਗੱਲ ਕਰਨੀ ਆ ਵੀ ਜੇ ਰੋਡ ਐਕਸੀਡੈਂਟ ਬਾਈ ਚਾਂਸ ਹੋ ਜਾਂਦਾ ਵੀ ਤੁਸੀਂ ਕੀ ਕਰ ਸਕਦੇ ਹੋ ਸੋ ਇੱਥੇ ਇਹਨਾਂ ਨੇ ਗੱਲ ਕੀਤੀ ਆ ਵੀ ਤੁਸੀਂ ਨਾ ਪਹਿਲੇ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਨਾ ਜਿਹੜੇ ਵੀ ਟ੍ਰੈਫਿਕ ਰੂਲਸ ਆ ਉਹਨਾਂ ਨੂੰ ਫੋਲੋ ਕਰੋ ਠੀਕ ਹੈ ਨਾ ਜੀ ਤੁਸੀਂ ਇੱਕ ਇਹ ਵੇਖਿਆ ਹੋਣਾ ਵੀ ਇੱਕ ਵਨ ਵੇ ਤੇ ਟੂ ਵੇ ਇੱਕ ਤੁਸੀਂ ਰਾਹ ਵੀ ਵੇਖਿਆ ਹੋਣਾ ਕਈ ਵਾਰ ਜਿਹੜੇ ਪਰਸਨ ਹੁੰਦੇ ਆ ਵੀ ਵਨ ਵੇ ਦੇ ਵਿੱਚ ਰੋਂਗ ਸਾਈਡ ਤੋਂ ਉਹਨਾਂ ਉਹ ਜਾਣਾ ਸ਼ੁਰੂ ਕਰ ਦਿੰਦੇ ਆ ਸੋ ਜਦੋਂ ਇਹ ਇਹ ਕੰਮ ਕਰਦੇ ਆ ਫਿਰ ਉਹ ਤਾਂ ਇਹ ਇਹ ਮਤਲਬ ਹੋਇਆ ਨਾ ਵੀ ਜਿਹੜਾ ਐਕਸੀਡੈਂਟ ਉਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਉਹ ਕਰ ਰਿਹਾ ਵੀ ਪੋਸਿਬਿਲਟੀ ਤਾਂ ਇਹ ਵੀ ਹੈ ਵੀ ਉੱਥੇ ਜਿਹੜਾ ਐਕਸੀਡੈਂਟ ਹੈ ਉਹ ਉੱਥੇ ਹੋਰ ਜ਼ਿਆਦਾ ਹੋ ਸਕਦਾ ਸੋ ਤੁਸੀਂ ਇਹਦਾ ਧਿਆਨ ਰੱਖਣਾ ਹੈ ਸੋ ਇੱਥੇ ਹੁਣ ਦੂਜੇ ਪੁਆਇੰਟ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਵੀ ਹੋਰ ਲੋਕਾਂ ਨੂੰ ਵੀ ਦੱਸਣਾ ਹੈ ਵੀ ਆ ਗੱਲਬਾਤ ਇੱਥੇ ਹੋ ਚੁੱਕੀ ਹੈ ਠੀਕ ਹੈ ਜੀ ਕਹਿਣ ਦਾ ਭਾਵ ਇਹ ਵੀ ਉਹਨਾਂ ਨੂੰ ਬਸ ਇੱਕ ਵਾਰ ਜਾਗਰੂਕ ਕਰ ਦਿਓ ਵੀ ਉੱਥੇ ਥੋੜਾ ਜਿਹਾ ਵੀ ਧਿਆਨ ਰੱਖਿਆ ਜਾ ਸਕੇ ਦੂਜੇ ਚ ਇਹ ਗੱਲ ਕੀਤੀ ਜਾ ਰਹੀ ਹੈ ਵੀ ਪੋਸਿਬਲ ਪਲੇਸ ਵਾਰਨਿੰਗ ਸਾਈਨ ਵਾਰਨਿੰਗ ਸਾਈਨ ਕੀ ਹੁੰਦਾ ਵੀ ਤੁਸੀਂ ਇੱਕ ਬੋਰਡ ਨਹੀਂ ਵੇਖਿਆ ਹੋਣਾ ਵੀ ਹਾਂ ਵੀ ਅੱਗੇ ਵੀ ਅੱਗੇ ਸੜਕ ਦਾ ਕੰਮ ਚੱਲ ਰਿਹਾ ਹੈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਜਾਂ ਫਿਰ ਅੱਗੇ ਐਕਸੀਡੈਂਟ ਹੋ ਗਿਆ ਹੈ ਵੀ ਤੁਸੀਂ ਅੱਗੇ ਨਾ ਜਾਓ ਠੀਕ ਹੈ ਨਾ ਕਈ ਵਾਰ ਰਹੋ ਜੀ ਗੱਲ ਇੱਥੇ ਇਹ ਇਹ ਕਹੀ ਜਾ ਰਹੀ ਹੈ ਵੀ ਤੁਸੀਂ ਨਾ 30 ਮੀਟਰ ਤੋਂ ਦੂਰ ਲਗਭਗ 30 ਕਿ ਮੀਟਰ ਤੋਂ ਦੂਰ ਲਗਭਗ ਤੁਸੀਂ ਕੀ ਕਰਨਾ ਇੱਕ ਬੋਰਡ ਜਾਂ ਲਗਾ ਦੇਣਾ ਹੈ ਵੀ ਜਿੱਥੇ ਸਾਰੇ ਲੋਕਾਂ ਨੂੰ ਵੀ ਦੱਸਣ ਦੇ ਨਾਲ ਲੋੜ ਪਵੇ ਉਹ ਆਪ ਹੀ ਦੂਰ ਦੂਰ ਤੋਂ ਹੀ ਮੁੜ ਜਾਣ ਉੱਥੇ ਠੀਕ ਹੈ ਨਾ ਜੀ ਇੱਥੇ ਹੋਰ ਕੀ ਗੱਲ ਕੀਤੀ ਜਾ ਰਹੀ ਹੈ ਵੀ ਹਾਂ ਵੀ ਜਦੋਂ ਤੁਸੀਂ ਉਹ ਐਕਸੀਡੈਂਟ ਜਿਹੜਾ ਹੋ ਗਿਆ ਸੀ ਤੁਸੀਂ ਉਹਨੂੰ ਹਸਪਤਾਲ ਲੈ ਗਏ ਤੇ ਬਾਅਦ ਚ ਤੁਸੀਂ ਉਹ ਜਿਹੜਾ ਬੋਰਡ ਲੱਗਿਆ ਸੀ ਉਹਨੂੰ ਰਿਮੂਵ ਕਰਨ ਦਾ ਵੀ ਕੰਮ ਕਰਨਾ ਹੈ ਠੀਕ ਹੈ ਨਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਸੀਕ ਹੈਲਪ ਫ্রম ਪੁਲਿਸ ਵੀ ਇੱਥੇ ਉਹੀ ਗੱਲ ਇਹਨਾਂ ਨੇ ਕੀਤੀ ਹੈ ਵੀ ਜਿਹੜੇ ਵੀ ਐਮਰਜੈਂਸੀ ਸਰਵਿਸਿਜ਼ ਹੁੰਦੀਆਂ ਆਪਾਂ ਉਹ ਆਪਣਾ ਫਾਇਰ ਬ੍ਰਿਗੇਡ ਹੋਵੇ ਜਾਂ ਫਿਰ ਆਪਣਾ ਐਂਬੂਲੈਂਸ ਹੋਵੇ ਜਾਂ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਪੁਲਿਸ ਹੋਵੇ ਵੀ ਆਪਾਂ ਇਹਨਾਂ ਤੋਂ ਹੈਲਪ ਲੈਣੀ ਹੈ ਠੀਕ ਹੈ ਨਾ ਜੀ ਸੋ ਇੱਕ ਹੋਰ ਇਹਨਾਂ ਨੇ ਗੱਲ ਕੀਤੀ ਹੈ ਵੀ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਵੀ ਤੁਸੀਂ ਕਿਸੇ ਨੂੰ ਸਿਗਰਟ ਵਗੈਰਾ ਨਹੀਂ ਕਈ ਵਾਰ ਲੋਕ ਪੀਣ ਲੱਗ ਜਾਂਦੇ ਹੁੰਦੇ ਆ ਵੀ ਜਿਹੜਾ ਪਰਸਨ ਕੀ ਪਤਾ ਉਹਨੂੰ ਪਹਿਲਾਂ ਹੀ ਸਫੋਕੇਸ਼ਨ ਸਫੋਕੇਸ਼ਨ ਕਹਿਣ ਦਾ ਭਾਵ ਹੈ ਉਹਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਹੋਵੇ ਸੋ ਤੂੰ ਐਸੋ ਇੱਥੇ ਕੋਈ ਹੋਰ ਪਰਸਨ ਆ ਕੇ ਵੀ ਸਿਗਰਟ ਜਾਂ ਫਿਰ ਕੋਝੋੜ ਇੱਥੇ ਪੀ ਰਿਆ ਸੋ ਜਿਹੜਾ ਪਰਸਨ ਉੱਥੇ ਜ਼ਖਮੀ ਪਿਆ ਠੀਕ ਹੈ ਨਾ ਜੀ ਉਹਨੂੰ ਸਮੱਸਿਆ ਇੱਥੇ ਹੋ ਸਕਦੀ ਹੈ ਸੋ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਇੱਕ ਹੋਰ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਸਵਿਚ ਆਫ ਦਾ ਇੰਜਨ ਵੀ ਇੱਥੇ ਜਿਹੜੇ ਵੀ ਕਾਰ ਦਾ ਇੱਥੇ ਐਕਸੀਡੈਂਟ ਹੋ ਗਿਆ ਠੀਕ ਹੈ ਨਾ ਜੀ ਤੁਸੀਂ ਉਹਦਾ ਕੀ ਕਰਨਾ ਹੈ ਵੀ ਉਹਦਾ ਇੰਜਨ ਪਹਿਲਾਂ ਵੀ ਉਹ 스ਵਿਚ ਆਫ ਕਰਨਾ ਫਿਰ ਉਸ ਤੋਂ ਬਾਅਦ ਜਿਹੜੇ ਵੀ ਹੈਂਡ ਬ੍ਰੇਕ ਲੱਗੇ ਹੋਇਆ ਵੀ ਤੁਸੀਂ ਉਹ ਲਗਾਉਣੇ ਆ ਤੇ ਜਿਹੜਾ ਵੀ ਹੋਰ ਜਿਹੜਾ ਵਹੀਕਲ ਹੈ ਵੀ ਉਹ ਹੋਰ ਮੂਵ ਨਾ ਕਰੇ ਯਾਦ ਆ ਤਾਂ ਫਿਰ ਉਹ ਹਜੇ ਵੀ ਜਿਹੜਾ ਵਹੀਕਲ ਹੈ ਉਹਨਾਂ ਦਾ ਜਿਵੇਂ ਕਾਰ ਹੈ ਉਹ ਮੂਵ ਕਰ ਰਿਹਾ ਤੁਸੀਂ ਕੋਈ ਰੋੜਾ ਲਗਾ ਦਿਓ ਉੱਥੇ ਜਿਹੜਾ ਵੀ ਉਹਦੇ ਟਾਇਰ ਆ ਠੀਕ ਹੈ ਨਾ ਜੀ ਟਾਇਰ ਦੇ ਥੱਲੇ ਕੋਈ ਰੋੜਾ ਲਗਾ ਦਿਓ ਵੀ ਉਹ ਮੂਵ ਨਾ ਕਰੇ ਉਹ ਜਿਹੜੀ ਵੀ ਗੱਡੀ ਹੈ ਠੀਕ ਹੈ ਨਾ ਜੀ ਹੁਣ ਆਪਾਂ ਗੱਲ ਕਰਦੇ ਆ ਐਜ਼ ਅ ਜਨਰਲ ਰੂਲ ਵੀ ਜਿਹੜੇ ਰੂਲ ਦੇ ਹਿਸਾਬ ਨਾਲ ਵੀ ਜਿਹੜਾ ਜ਼ਖਮੀ ਪਰਸਨ ਹੁੰਦਾ ਠੀਕ ਹੈ ਨਾ ਜੀ ਉਹਨੂੰ ਮੂਵ ਨਹੀਂ ਕਰਨਾ ਚਾਹੀਦਾ ਵੀ ਸ਼ੁੱਡ ਨਾਟ ਬੀ ਮੂਵਡ ਵੀ ਇੱਕ ਪਰਸਨ ਨੂੰ ਉੱਥੇ ਹੀ ਪਿਆ ਰਹਿਣ ਦਿਓ ਉਹਨੂੰ ਵੀ ਜੇ ਉਹ ਸ਼ਾਇਦ ਉਹਨੂੰ ਤੁਸੀਂ ਮੂਵ ਕਰਨ ਦੀ ਕੋਸ਼ਿਸ਼ ਕਰੋ ਮੇਬੀ ਤੁਸੀਂ ਉਹਨੂੰ ਹੋਰ ਹਾਰਮ ਜਾਂ ਫਿਰ ਪਹੁੰਚਾ ਸਕਦੇ ਹੋ ਹਨਾ ਜੀ ਸੋ ਜਿਵੇਂ ਕਿ ਉਹਦੀ ਹੈੱਡ ਹੋ ਗਿਆ ਵੀ ਉਹਦਾ ਸਿਰ ਹੋ ਗਿਆ ਉਹਦੀ ਜਿਹੜੀ ਧੌਣ ਕਹਿ ਸਕਦੇ ਆ ਨੈਕ ਹੋ ਗਈ ਇੱਕ ਉਹਦੀ ਬੈਕ ਹੋ ਗਈ ਠੀਕ ਹੈ ਨਾ ਜੀ ਜਾਂ ਤਾਂ ਫਿਰ ਉਹਦੀਆਂ ਲੱਤਾਂ ਜਾਂ ਫਿਰ ਉਹਦੀਆਂ ਬਾਹਾਂ ਬਾਹਾਂ ਹੋ ਗਈਆਂ ਯੋ ਜਖਮੀ ਹੋ ਸਕਦੀਆਂ ਸੋ ਤੁਸੀਂ ਉਹਦਾ ਵੀ ਧਿਆਨ ਰੱਖਣਾ ਹੈ ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਓਨਲੀ ਮੂਵ ਇੰਜਰਡ ਪਰਸਨ ਇਫ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਇੱਕ ਕੰਡੀਸ਼ਨ ਦੇ ਵਿੱਚ ਜੋ ਵੀ ਇੰਜਰਡ ਪਰਸਨ ਹੈ ਉਹਨੂੰ ਮੂਵ ਕਰ ਸਕਦੇ ਹੋ ਬਟ ਇਹ ਕੰਡੀਸ਼ਨ ਹੋਣੀ ਚਾਹੀਦੀ ਕਿਹੜੀ ਕੰਡੀਸ਼ਨ ਦੀ ਗੱਲ ਕਰ ਰਹੇ ਆ ਦਾ ਇੰਜਰਡ ਪਰਸਨ ਇਜ਼ ਇਨ ਮੋਰ ਡੇਂਜਰ ਠੀਕ ਹੈ ਨਾ ਜੀ ਵੀ ਜੇ ਬਾਈ ਚਾਂਸ ਮੰਨ ਕੇ ਚੱਲੋ ਕੋਈ ਪਰਸਨ ਉੱਥੇ ਪਿਆ ਹੋਇਆ ਠੀਕ ਹੈ ਨਾ ਜੀ ਪਰਸਨ ਪਿਆ ਹੋਇਆ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਜੇ ਮੈਂ ਇਸ ਪਰਸਨ ਨੂੰ ਇੱਥੋਂ ਨਾ ਚੱਕਿਆ ਫਿਰ ਇਹ ਪੋਸੀਬਿਲਟੀ ਹੈ ਵੀ ਉਹ ਜਿਹੜਾ ਪਰਸਨ ਹੈ ਵੀ ਉਹ ਹੋਰ ਉਹਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੋ ਸਕਦੀ ਹੈ ਸੋ ਤੁਸੀਂ ਕੀ ਕਰਨਾ ਫਿਰ ਉਹਨੂੰ ਉੱਥੋਂ ਚੁੱਕਣਾ ਹੈ ਜਾਂ ਫਿਰ ਇੱਕ ਹੋਰ ਗੱਲ ਕੀਤੀ ਜਾ ਰਹੀ ਹੈ ਵੀ ਉਹ ਜਿਹੜੀ ਸਿਚੁਏਸ਼ਨ ਹੈ ਜਿੱਥੇ ਉਹ ਪਰਸਨ ਪਿਆ ਹੋਇਆ ਵੀ ਉਹਦੇ ਲਈ ਸੇਫ ਹੈ ਨਹੀਂ ਹੈਨਾ ਇਹ ਜਾਂ ਫਿਰ ਉੱਥੇ ਕੋਈ ਮੈਡੀਕਲ ਹੈਲਪ ਹੈ ਉੱਥੇ ਨਹੀਂ ਪਹੁੰਚ ਸਕਦੀ ਜਾਂ ਤਾਂ ਫਿਰ ਕੋਈ ਹੋਰ ਵੀ ਜਿੱਥੇ ਤੁਸੀਂ ਆਪ ਦੇ ਆਪ ਨੂੰ ਖਤਰੇ 'ਚ ਪਾ ਰਹੇ ਹੋ ਉਸ ਸਿਚੁਏਸ਼ਨ ਦੇ ਵਿੱਚ ਸੋ ਤੁਸੀਂ ਫਿਰ ਵੀ ਉਸ ਪਰਸਨ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਟੈਪ 2 ਦੀ ਇਹ ਦੱਸੇਗਾ ਆਪਣਾ ਸਟੈਪ 1 ਸਟੈਪ 4 ਆਪਣਾ ਸਟੈਪ 4 ਆਪਾਂ ਸਟੈਪ ਬਾਰੇ ਡਿਸਕਸ਼ਨ ਕਰਨੀ ਸੀ ਇਹ ਆਪਣਾ ਆ ਗਿਆ ਸਟੈਪ 2 ਸਟੈਪ 1 ਦੇ ਵਿੱਚ ਆਪਾਂ ਕੀ ਕੀਤਾ ਵੀ ਸੇਫ ਸੇਫ ਸਿਚੁਏਸ਼ਨ ਆਪਾਂ ਪ੍ਰੋਵਾਈਡ ਕਰਾਉਣੀ ਹੈ ਕਿ ਇਹਨੂੰ ਜਿਹੜਾ ਵੀ ਇੱਥੇ ਜ਼ਖਮੀ ਪਰਸਨ ਹੈ ਹੁਣ ਆਪਾਂ ਗੱਲ ਕਰਦੇ ਆ ਇਹ ਵੈਲਿਊਏਟ ਦਾ ਕੰਡੀਸ਼ਨ ਆਫ ਦਾ ਸਿਕ ਔਰ ਇੰਜਰਡ ਪਰਸਨ ਵੀ ਜਿਹੜੀ ਵੀ ਸਿਚੁਏਸ਼ਨ ਹੈ ਕਿਹਦੀ ਸਿਚੁਏਸ਼ਨ ਜਿਹੜਾ ਵੀ ਇੱਥੇ ਬਿਮਾਰ ਜਾਂ ਫਿਰ ਜ਼ਖਮੀ ਪਰਸਨ ਹੈ ਵੀ ਇਹਦੀ ਤੁਸੀਂ ਜਿਹੜੀ ਸਿਚੁਏਸ਼ਨ ਹੈ ਉਹਨੂੰ ਤੁਸੀਂ ਮੋਨੀਟਰ ਕਰਨਾ ਹੈ ਕਿਵੇਂ ਕਰਨਾ ਹੈ ਕਿ ਇਹ ਸੇਫ ਵੀ ਹੈ ਜਾਂ ਨਹੀਂ ਹੈ ਯਾ ਫਿਰ ਜੇ ਇੰਜਰਡ ਪਰਸਨ ਜਿਹੜਾ ਹੈ ਇਹਦੀ ਕੰਡੀਸ਼ਨ ਕੀ ਹੈ ਇਸ ਟਾਈਮ ਦੇ ਵਿੱਚ ਕੀ ਇਹਨੂੰ ਸਾਹ ਲੈਣ 'ਚ ਸਮੱਸਿਆ ਤਾਂ ਨਹੀਂ ਆ ਰਹੀ ਸੋ ਜਿਵੇਂ ਕਿ ਇੱਥੇ ਸੀਪੀਆਰ ਇੱਕ ਟੈਕਨੀਕ ਹੁੰਦੀ ਹੈ ਵੀ ਜਿੱਥੇ ਉਹਨੂੰ ਮੂੰਹ ਰਾਹੀਂ ਸਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਤਾਂ ਫਿਰ ਉਹਦੇ ਜਿਹੜੇ ਚੈਸਟ ਹੈ ਚੈਸਟ ਤੇ ਥੋੜਾ ਜਿਹਾ ਪ੍ਰੈਸ ਕਰਕੇ ਉਹਨੂੰ ਸਾਹ ਲੈਣ ਦੇ ਵਿੱਚ ਮਦਦ ਕੀਤੀ ਜਾਂਦੀ ਹੈ ਵੀ ਐ ਨਹੀਂ ਵੀ ਤੁਸੀਂ ਕੋਈ ਵੀ ਪਰਸਨ ਸੀਪੀਆਰ ਉਹਨੂੰ ਦੇਣ ਲੱਗ ਜਾਓ ਮੈਂ ਅੱਗੇ ਤੁਹਾਨੂੰ ਫੋਟੋਗ੍ਰਾਫਸ ਵੀ ਵਿਖਾਵਾਂਗਾ ਵੀ ਇਹ ਜਿਹੜੀ ਸੀਪੀਆਰ ਹੈ ਉਹ ਕਿਵੇਂ ਦਿੱਤੀ ਜਾਂਦੀ ਹੈ ਮੇਰਾ ਕਹਿਣ ਦਾ ਮਤਲਬ اے ਆਈ ਵੀ ਸੀਪੀਆਰ ਕੋਈ ਐਮ ਐ ਨਹੀਂ ਪਰਸਨ ਦੇ ਸਕਦਾ ਕੀ ਪਤਾ ਵੀ ਤੁਸੀਂ ਤੁਹਾਨੂੰ ਉਹ ਟੈਕਨੀਕ ਨਾ ਪਤਾ ਹੋਵੇ ਸੀਪੀਆਰ ਦੇਣ ਦੀ ਸੋ ਇਹਨੂੰ ਇਸ ਗੱਲ ਨੂੰ ਛੱਡਦੇ ਹਾਂ ਆਪਾਂ ਇਹ ਗੱਲ ਡਿਸਕਸ ਕਰਦੇ ਹਾਂ ਵੀ ਇਹ ਵੈਲਿਊਏਟ ਦ ਕੰਡੀਸ਼ਨ ਵੀ ਹੋ ਰਿਹਾ ਇੱਥੇ ਗੱਲਾਂ ਕੀ ਕਈਆਂ ਜਾ ਰਹੀਆਂ ਵੀ ਜਿਹੜੀ ਵੀ ਸਿਚੁਏਸ਼ਨ ਹੈ ਵੀ ਕੌਨਸ਼ੀਅਸਨੈਸ ਵੀ ਪਰਸਨ ਸਾਹ ਲੈ ਸਕਦਾ ਹੈ ਜਾਂ ਨਹੀਂ ਲੈ ਸਕਦਾ ਕਿਤੇ ਉਹਦਾ ਬਲੀਡਿੰਗ ਤਾਂ ਨਹੀਂ ਹੋ ਰਹੀ ਬਾਈ ਚਾਂਸ ਮੰਨ ਕੇ ਚੱਲੋ ਵੀ ਉਹਦੀ ਆਰਮਸ ਤੇ ਲੈਗਸ ਤੇ ਹਨਾ ਜੀ ਉਹਨੂੰ ਸੱਟ ਲੱਗ ਗਈ ਤੇ ਉਹ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਫਿਰ ਤੁਸੀਂ ਕੀ ਕਰ ਸਕਦੇ ਹੋ ਉੱਥੇ ਤੁਸੀਂ ਪੱਟੀ ਕਰ ਸਕਦੇ ਹੋ ਜਾਂ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਕੁਝ ਬੰਨ੍ਹ ਦੋ ਵੀ ਬਲੀਡਿੰਗ ਨਾ ਹੋਵੇ ਵੀ ਜਿਹੜੀ ਪਰਸਨ ਹੈ ਵੀ ਉਹਦੀ ਤਾਂ ਫਿਰ ਜਿਹੜੀ ਲਾਈਫ ਹੈ ਹੈਨਾ ਜੀ ਉਹ ਤਾਂ ਮਰਨ ਦੀ ਸੰਭਾਵਨਾ ਤਾਂ ਫਿਰ ਹੋਰ ਵੱਧ ਜੇ ਕਿ ਜੇ ਤੁਸੀਂ ਕੁਝ ਵੀ ਨਾ ਕਰੋ ਸੋ ਤੁਸੀਂ ਇੱਥੇ ਟੈਕਨਿਕਸ ਬਾਰੇ ਤੁਹਾਨੂੰ ਰੈਸਸਸੀਟੇਸ਼ਨ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆਹ ਵੇਖ ਸਕਦੇ ਹੋ ਵੀ ਸੀਪੀਆਰ ਐਂਡ ਰਿਕਵਰੀ ਪੋਜੀਸ਼ਨ ਵੀ ਮੈਨੂਅਲੀ ਜਿਹੜੀ ਵੀ ਰਿਕਵਰੀ ਪੋਜੀਸ਼ਨ ਲਈ ਵੀ ਜਿਹੜੀਆਂ ਟੈਕਨਿਕਸ ਯੂਜ਼ ਕੀਤੀਆਂ ਜਾਂਦੀਆਂ ਵੀ ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹੁਣ ਤੀਜੇ ਸੈਪ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਸੀਕ ਹੈਲਪ ਹੈਲਪ ਕਹਿਣ ਦਾ ਭਾਵ ਇਹ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਨਾ ਜੀ ਤੁਸੀਂ ਆਪ ਤਾਂ ਹੁਣ ਕਰ ਨਹੀਂ ਸਕਦੇ ਜਾਂ ਤਾਂ ਫਿਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਂ ਵੀ ਇੱਥੇ ਕੋਈ ਪਰਸਨ ਆ ਨਹੀਂ ਸਕਦਾ ਵੀ ਤੁਸੀਂ ਪਰਸਨ ਨੂੰ ਫਿਰ ਫੋਨ ਕਰਕੇ ਕਰਕੇ ਇਨਫਾਰਮ ਕਰੋਗੇ ਜਾਂ ਫਿਰ ਕਿਸੇ ਐਮਰਜੈਂਸੀ ਹੈਲਪ ਲਾਈਨ ਤੇ ਫੋਨ ਕਰੋਗੇ ਵੀ ਤੁਸੀਂ ਛੇਤੀ ਆ ਜਾਓ ਇੱਥੇ ਇੱਕ ਪਰਸਨ ਇੱਥੇ ਇੰਜਰਡ ਹੈ ਤੁਸੀਂ ਇੱਥੇ ਐਸੂਨ ਐਜ਼ ਪੋਸੀਬਲ ਤੁਸੀਂ ਸਾਡੀ ਹੈਲਪ ਕਰੋ ਇੱਥੇ ਕੀ ਕਿਹਾ ਜਾ ਰਿਹਾ ਵੀ ਵਾਂਸ ਯੂ ਹੈਵ ਈਵੈਲਿਊਏਟਡ ਦ ਸਿਕ অর ਇੰਜਰਡ ਪਰਸਨ ਵੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਇਸ ਪਰਸਨ ਦੀ ਸਿਚੁਏਸ਼ਨ ਇਹ ਹੈ ਵੀ ਇਹਦੀ ਇੰਨੀ ਬਲੀਡਿੰਗ ਹੋ ਰਹੀ ਹੈ ਇਹ ਇੰਨਾ ਪਰਸਨ ਬਿਮਾਰ ਹੋ ਗਿਆ ਇਹਨੂੰ ਇੰਨੀਆਂ ਕਹਿ ਸਕਦੇ ਆ ਵੀ ਇੰਨੀਆਂ ਸੱਟਾਂ ਲੱਗੀਆਂ ਹੋਈਆਂ ਵੀ ਤੁਹਾਨੂੰ ਪਤਾ ਲੱਗ ਗਿਆ ਫਿਰ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਕਿ ਹਾਂ ਵੀ ਇਹ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਨਾ ਜੀ ਇੱਥੇ ਲਿਖਿਆ ਹੋਇਆ ਇਫ ਹੈਲਪ ਇਜ਼ ਨੀਡੇਡ ਆਸਕ ਦਾ ਬਾਇਸਟੈਂਡਰ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਮੈਨੂੰ ਕਿਸੇ ਦੀ ਲੋੜ ਹੈ ਵੀ ਜਿਹੜਾ ਵੀ ਬਾਇਸਟੈਂਡਰ ਕਹਿਣ ਦਾ ਭਾਵ ਵੀ ਜਿਹੜਾ ਪਰਸਨ ਉੱਥੇ ਕੋਲ ਖੜਾ ਹੋਵੇ ਹੈਨਾ ਯਾ ਤਾਂ ਫਿਰ ਕੋਈ ਉੱਥੇ ਲੰਘਦਾ ਟੱਪਦਾ ਹੋਵੇ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਤੁਸੀਂ ਮਦਦ ਲਈ ਉਹਨੂੰ ਬੁਲਾ ਸਕਦੇ ਹੋ ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ ਆਸਕ ਹਿਮ ਟੂ ਕਮ ਬੈਕ ਐਂਡ ਕਨਫਰਮ ਥੈਟ ਹੈਲਪ ਇਜ਼ ਅੰਡਰਵੇ ਵੀ ਤੁਸੀਂ ਇੱਥੇ ਕੀ ਕਰਨਾ ਹੈ ਵੀ ਉਹਨੂੰ ਬੁਲਾਉਣਾ ਹੈ ਵਾਪਸ ਵੀ ਹਾਂ ਵੀ ਵੀ ਜੇ ਉਹਨੂੰ ਲੱਗਦਾ ਕਿ ਹਾਂ ਵੀ ਉਹ ਪਰਸਨ ਉੱਥੇ ਵਾਪਸ ਆਇਆ ਵੀ ਤੁਸੀਂ ਉਹਨੂੰ ਕਹਿਣਾ ਯਾ ਤਾਂ ਫਿਰ ਵੀ ਤੂੰ ਹੈਲਪ ਲੈ ਕੇ ਆ ਯਾ ਫਿਰ ਤੂੰ ਮ ਤੇ ਤੇ ਹੋਰ ਗੱਲ ਕੀਤੀ ਜਾ ਰਹੀ ਹੈ ਇਫ ਯੂ ਕਾਲ ਫॉर हेल्प ਜੇ ਤੁਸੀਂ ਮਦਦ ਲਈ ਬੁਲਾਉਨੇ ਹੋ ਠੀਕ ਹੈ ਨਾ ਜੀ ਫਿਰ ਤੋਂ ਤੁਸੀਂ ਤਿਆਰ ਰਹੋ ਕਾਦੇ ਲਈ ਤਿਆਰ ਰਹੋ ਟੂ ਹੈਲਪ ਦਾ ਫੋਲੋਇੰਗ ਇਨਫੋਰਮੇਸ਼ਨ ਅਵੇਲੇਬਲ ਵੀ ਤੁਹਾਨੂੰ ਨਾ ਜੇ ਤੁਸੀਂ ਬਾਈ ਚਾਂਸ ਮੰਨ ਕੇ ਚਲੋ ਵੀ ਕਿਤੇ ਫੋਨ ਲਗਾ ਲਿਆ ਵੀ ਤੁਹਾਨੂੰ ਨਾ ਥੱਲੇ ਜਿਹੜੀਆਂ ਆਪਾਂ ਚੀਜ਼ਾਂ ਬਾਰੇ ਹੁਣ ਆਪਾਂ ਪੜ੍ਹਨਾ ਹੈ ਵੀ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋ ਸਕਦੀਆਂ ਉਹ ਜਿਵੇਂ ਕਿ ਤੁਸੀਂ ਹੋ ਕਿੱਥੇ ਜੇ ਤੁਹਾਨੂੰ ਲੋਕੇਸ਼ਨ ਦਾ ਹੀ ਨਹੀਂ ਪਤਾ ਵੀ ਜੇ ਬਾਈ ਚਾਂਸ ਮੈਂ ਫੋਨ ਕਰ ਲਿਆ ਵੀ ਹਾਂ ਵੀ ਹੈਲੋ ਵੀ ਇੱਥੇ ਨਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਹੇ ਉਹ ਕਿੱਥੋਂ ਕਹਿਣ ਦਾ ਭਾਵ ਹੈ ਤੁਸੀਂ ਹੁਣ ਇਸ ਟਾਈਮ ਕਿੱਥੇ ਹੋ ਫਿਰ ਤੁਸੀਂ ਕੀ ਜਵਾਬ ਦੇਵੋਗੇ ਉੱਤੇ ਵੀ ਤੁਹਾਨੂੰ ਉਸ ਬਿਲਡਿੰਗ ਦਾ ਪਤਾ ਹੋਣਾ ਚਾਹੀਦਾ ਜੇ ਕਿਤੇ ਬਿਲਡਿੰਗ 'ਚ ਹਾਸਤਾ ਹੋ ਗਿਆ ਹਾਦਸਾ ਹੋ ਗਿਆ ਜਾਂ ਫਿਰ ਫਲੋਰ ਦਾ ਰੂਮ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਾਂ ਫਿਰ ਦਾ ਟੈਲੀਫੋਨ ਹੋਰ ਆ ਮੋਬਾਈਲ ਨੰਬਰ ਵੀ ਤੁਹਾਨੂੰ ਉਸ ਮੋਬਾਈਲ ਸਾਰਾ ਕੁਝ ਹੀ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਜੀ ਜਿਵੇਂ ਕਿ ਅੱਜ ਕੱਲ੍ਹ ਕਈ ਵਾਰ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਐਂਬੂਲੈਂਸ ਦਾ ਵੀ ਐਮਰਜੈਂਸੀ ਜਿਹੜਾ ਨੰਬਰ ਹੁੰਦਾ ਉਹ ਕੀ ਹੈ ਫਾਇਰ ਬ੍ਰੇਗਰ ਦਾ ਨਹੀਂ ਉਹਨਾਂ ਨੂੰ ਨੰਬਰ ਪਤਾ ਹੁੰਦਾ ਪੁਲਿਸ ਦਾ ਨਹੀਂ ਉਹਨਾਂ ਨੂੰ ਨੰਬਰ ਪਤਾ ਹੁੰਦਾ ਜਿਵੇਂ 100 ਆ ਨਾ ਜੀ ਪੁਲਿਸ ਦਾ ਜਿਵੇਂ ਕਿ 100 ਆ ਵੀ 100 ਤੇ ਤੁਸੀਂ ਕਾਲ ਕਰੋ ਤੇ ਪੁਲਿਸ ਆ ਜਾਂਦੀ ਆ ਸੋ ਐਵੇਂ ਆਪਾਂ ਨੂੰ ਸਾਰਿਆਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਸੋ ਤੁਹਾਨੂੰ ਇਹ ਵੀ ਨੈਕਸਟ ਪੋਜੀਸ਼ਨ ਤੇ ਤੁਹਾਨੂੰ ਉਹਨਾਂ ਨੇ ਪੁੱਛਣਾ ਵੀ ਵੀ ਗੱਲ ਦੱਸੋ ਹੋਈ ਕੀ ਇੱਥੇ ਗੱਲ ਹੋਈ ਕੀ ਆ ਫਿਰ ਤੁਸੀਂ ਦੱਸੋਗੇ ਵੀ ਇੱਥੇ ਕਾਰ ਐਕਸੀਡੈਂਟ ਹੋ ਗਿਆ ਜਾਂ ਤਾਂ ਫਿਰ ਆ ਗੱਲ ਹੋਗੀ ਜਾਂ ਫਿਰ ਸਡਨ ਇਲਨੈਸ ਵੀ ਹਾਂ ਵੀ ਪਰਸਨ ਆ ਵੀ ਅਚਾਨਕ ਬਿਮਾਰ ਹੋ ਗਿਆ ਐਕਸਪਲੋਜ਼ਨ ਵੀ ਤਮਾਕਾ ਹੋ ਹੋ ਚੁੱਕਿਆ ਵੀ ਕਿੰਨੇ ਪਰਸੈਂਟ ਜ਼ਖਮੀ ਹੋਏ ਆ ਵੀ ਤੁਸੀਂ ਇਹ ਵੀ ਸਾਰੇ ਜਵਾਬ ਆ ਨਾ ਤੁਸੀਂ ਉਹ ਤਿਆਰ ਰੱਖਣੇ ਹੈ ਵੀ ਜਦੋਂ ਤੁਸੀਂ ਫੋਨ ਲਾਉਣਾ ਹੈ ਕਿਸੇ ਨੂੰ ਕਿਸ ਪ੍ਰਕਾਰ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਜਿਹੜੀ ਹੈਲਪ ਹੈ ਉਹ ਨੀਡੇਡ ਹੈ ਐਂਬੂਲੈਂਸ ਦੀ ਹੈ ਪੁਲਿਸ ਦੀ ਹੈ ਜਾਂ ਫਿਰ ਫਾਇਰ ਬ੍ਰਿਗੇਡ ਦੀ ਹੈ ਬਾਇਜਾਸ ਮੰਨ ਕੇ ਚੱਲੋ ਵੀ ਤੁਹਾਨੂੰ ਇੱਥੇ ਲੋੜ ਹੈ ਐਂਬੂਲੈਂਸ ਦੀ ਤੁਸੀਂ ਉੱਥੇ ਬੁਲਾ ਲਓ ਉਹਨੂੰ ਕੀ ਕਹਿੰਦੇ ਹੁੰਦੇ ਉਹਨੂੰ ਵੀ ਅੱਗ ਬੁਝਾਉਣ ਵਾਲੇ ਨੂੰ ਫਾਇਰ ਬ੍ਰਿਗੇਡ ਵਾਲੇ ਨੂੰ ਬੁਲਾ ਲਓ ਫਿਰ ਐਵੇਂ ਨਹੀਂ ਨਾ ਗੱਲ ਬਣ ਸਕਦੀ ਕਿਉਂਕਿ ਹੋਇਆ ਹੈ ਤਾਂ ਉਹ ਵੀ ਐਮਰਜੈਂਸੀ ਹੈਲਪਲਾਈਨ ਲਈ ਠੀਕ ਹੈ ਨਾ ਜੀ ਤੁਸੀਂ ਫਿਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਯੂ ਮਾਈਟ ਬੀ ਆਸਕਡ ਟੂ ਗਿਵ ਯੋਰ ਨੇਮ ਕਈ ਵਾਰ ਐਵੇਂ ਕਾਲ ਹੁੰਦੀ ਆ ਵੀ ਜਿਹੜਾ ਪਰਸਨ ਹੁੰਦਾ ਨਾ ਵੀ ਜਿਹਨੂੰ ਤੁਸੀਂ ਕਾਲ ਲਗਾਈ ਆ ਵੀ ਉਹ ਤੁਹਾਡੇ ਤੋਂ ਪੁੱਛ ਸਕਦਾ ਵੀ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਤੁਹਾਡਾ ਨਾਮ ਕੀ ਆ ਵੀ ਤੁਸੀਂ ਫਿਰ ਘਬਰਾਉਣਾ ਨਹੀਂ ਕਿ ਹਾਂ ਵੀ ਇਹ ਤਾਂ ਮੇਰਾ ਨਾਮ ਪੁੱਛ ਰਿਆ ਹੁਣੇ ਤਾਂ ਆਪਾਂ ਵੀ ਗਾਈਡਲਾਈਨਸ ਪੜ੍ਹ ਕੇ ਆਏ ਆ ਵੀ ਤੁਸੀਂ ਨਾਮ ਨਹੀਂ ਦੱਸਣਾ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਵੈਸੇ ਉਹ ਨਾਰਮਲੀ ਵੈਸੇ ਪੁੱਛਿਆ ਹੁੰਦਾ ਹੁਣਾਂ ਨਹੀਂ ਵੀ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਵੀ ਘਬਰਾਉਣਾ ਨਹੀਂ ਹੈ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ ਦਾ ਕਾਲ ਟੇਕਰ ਆਰ ਪ੍ਰੋਫੈਸ਼ਨਲਸ ਵੀ ਜਿਹੜੇ ਕਾਲ ਜਿਨ੍ਹਾਂ ਨੇ ਚੁੱਕੀ ਹੁੰਦੀਆਂ ਨਾ ਵੀ ਬਹੁਤ ਹੀ ਜ਼ਿਆਦਾ ਪ੍ਰੋਫੈਸ਼ਨਲ ਹੁੰਦੇ ਆ ਵੀ ਉਹ ਨਾਮ ਪੁੱਛਣ ਗਾਈਡੈਂਸ ਆਉ ਦਿਨ ਦੇ ਹੁੰਦੇ ਆ ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਇਫ ਐਨ ਐਮਬੂਲੈਂਸ ਕੈਨ ਬੀ ਓਬਟੇਨਡ ਇਨ ਅ ਸ਼ਾਰਟ ਟਾਈਮ ਵੀ ਜੇ ਤਾਂ ਉਹਨਾਂ ਨੂੰ ਲੱਗਦਾ ਵੀ ਜੇ ਕੋਈ ਐਮਬੂਲੈਂਸ ਹੈ ਸੋ ਇਹ ਸ਼ਾਰਟ ਟਾਈਮ ਦੇ ਵਿੱਚ ਹੀ ਇਹ ਇੱਥੇ ਬੁਲਾਈ ਜਾ ਸਕਦੀ ਹੈ ਸੋ ਇੱਥੇ ਇਹਨਾਂ ਨੇ ਇਹੀ ਗੱਲ ਦੱਸੀ ਹੋਈ ਆ ਵੀ ਜਿਸ ਜਿਹੜਾ ਸਿਕ ਪਰਸਨ ਹੈ ਵੀ ਕਾਲ ਫਾਰ 1 ਐਂਡ ਯੂਜ਼ ਇਟ ਟ੍ਰਾਂਸਪੋਰਟ ਟੂ ਦਾ ਇੰਜਰਡ অর ਅ ਸਿਕ ਪਰਸਨ ਟੂ ਦਾ ਹੈਲਥ케ਅਰ ਫੈਸਿਲਿਟੀ ਵੀ ਛੇਤੀ ਤੋਂ ਛੇਤੀ ਉਸ ਪਰਸਨ ਨੂੰ ਹੈਲਥ케ਅਰ ਫੈਸਿਲਿਟੀ ਤੇ ਭਜਾਇਆ ਜਾਵੇ ਤੇ ਇਹ ਜਿਹੜੀ ਐਮਬੂਲੈਂਸ ਹੋਏਗੀ ਐਨ ਐਮਬਲੈਂਸ ਇਸ ਦਾ ਬੈਸਟ ਵੇ ਟੂ ਟ੍ਰਾਂਸਪੋਰਟ ਇਲ অর ਇੰਜਰਡ ਪਰਸਨ ਵੀ ਜਿਹੜੀ ਇੱਕ ਐਮਬਲੈਂਸ ਹੁੰਦੀ ਹੈ ਨਾ ਜੀ ਉਹ ਇੱਕ ਬੈਸਟ ਤਰੀਕਾ ਹੈ ਵੀ ਕਿਸੇ ਵੀ ਪਰਸਨ ਨੂੰ ਹਸਪੀਟਲ ਪਹੁੰਚਾਉਣ ਦਾ ਬਟ ਦੇ ਆਰ ਨੋਟ ਆਲਵੇਸ ਐਂਡ 에ਵਰੀਵੇਅਰ ਕਵਿਕਲੀ ਅਵੇਲੇਬਲ ਵੀ ਕੋਈ ਜ਼ਰੂਰੀ ਨਹੀਂ ਕਿ ਹਾਂ ਵੀ ਤੁਹਾਨੂੰ ਜਿਹੜੀ ਐਮਬਲੈਂਸ ਹੈ ਵੀ ਹਰ ਟਾਈਮ ਤੇ ਹਰ ਵਾਰ ਕੀ ਪਤਾ ਹੈ ਉਹ ਜੀ ਸਿਚੁਏਸ਼ਨ ਸਿਚੁਏਸ਼ਨ ਵੀ ਹੋ ਸਕਦੀ ਵੀ ਉੱਥੇ ਨਹੀਂ ਜਾ ਸਕਦੀ ਐਮਬਲੈਂਸ ਵੀ ਤੁਹਾਨੂੰ ਕਿਸੇ ਲੋਕੇਸ਼ਨ ਤੇ ਹੀ ਜਾਣਾ ਪਏਗਾ ਐਮਬਲੈਂਸ ਨੂੰ ਵੀ ਲੈਣ ਲਈ ਠੀਕ ਹੈ ਨਾ ਜੀ ਤੁਸੀਂ ਫਿਰ ਇਹਨਾਂ ਗੱਲਾਂ ਦਾ ਵੀ ਥੋੜਾ ਜਿਹਾ ਧਿਆਨ ਰੱਖਣਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਯੂ ਕੈਨ ਆਲਵੇਜ਼ ਆਸਕ ਦਾ ਪੁਲਿਸ ਫੋਰ ਹੈਲਪ ਵੀ ਤੁਸੀਂ ਆਲਵੇਜ਼ ਤਿਆਰ ਰਹਿਣਾ ਹੈ ਵੀ ਪੁਲਿਸ ਨੂੰ ਪੁਲਿਸ ਨੂੰ ਤੁਸੀਂ ਨਾ ਵੀ ਹਮੇਸ਼ਾ ਤੁਸੀਂ ਵੀ ਪੁਲਿਸ ਦੀ ਹੈਲਪ ਲੈ ਸਕਦੇ ਹੋ ਇਫ ਨੋ ਹੈਲਪ ਇਜ਼ ਅਵੇਲੇਬਲ ਯੂ ਵਿਲ ਹੈਵ ਟੂ ਅਰੇਂਜ ਟ੍ਰਾਂਸਪੋਰਟ ਯੋਰਸੈਲਫ ਬਾਈ ਚਾਂਸ ਮੰਨ ਕੇ ਚੱਲੋ ਵੀ ਤੁਹਾਨੂੰ ਲੱਗਦਾ ਵੀ ਹਾਂ ਵੀ ਐਂਬੂਲੈਂਸ ਦੀ ਜਿਹੜੀ ਫੈਸਿਲਿਟੀ ਹੈ ਸੁਵਿਧਾ ਹੈ ਤੋ ਤੁਹਾਡੇ ਤੋਂ ਨਹੀਂ ਕਰਵਾਈ ਜਾ ਸਕਦੀ ਠੀਕ ਹੈ ਨਾ ਜੀ ਐਂਬੂਲੈਂਸ ਨਹੀਂ ਆ ਸਕਦੀ ਫਿਰ ਤੁਸੀਂ ਆਪ ਹੀ ਇੱਕ ਵੈਨ ਟਰੱਕ ਜਾਂ ਕਾਰ ਜਾਂ ਫਿਰ ਆਟੋ ਰਿਕਸ਼ਾ ਮੋਟਰਬਾਈਕ ਸਕੂਟਰ ਕੁਝ ਵੀ ਜੋ ਤੁਹਾਡੇ ਬਜਟ ਦੇ ਵਿੱਚ ਆਉਂਦਾ ਬਜਟ ਕਹਿਣ ਦਾ ਭਾਵ ਇਹ ਵੀ ਤੁਸੀਂ ਉਸ ਟਾਈਮ ਦੇ ਵਿੱਚ ਜੋ ਕੁਝ ਵੀ ਅਰੇਂਜ ਕਰ ਸਕਦੇ ਹੋ ਉਹ ਤੋਂ ਬਹੁਤ ਜ਼ਰੂਰੀ ਹੈ ਵੀ ਤੁਸੀਂ ਅਰੇਂਜ ਕਰੋ ਜੇ ਤੁਸੀਂ ਨਾ ਕੀਤਾ ਫਿਰ ਕੀ ਹੋਊਗਾ ਵੀ ਉਸ ਪਰਸਨ ਦੀ ਜਿਹੜੀ ਜਾਨ ਹੈ ਉਹ ਵੀ ਜਾ ਸਕਦੀ ਹੈ ਸੋ ਤੁਸੀਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਹੁਣ ਆਪਾਂ ਗੱਲ ਕਰਦੇ ਆ ਵੀ ਪ੍ਰੋਵਾਈਡ ਫਰਸਟ ایڈ ਹੁਣ ਆਪਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਵੀ ਪਹਿਲਾਂ ਕੀ ਸੀ ਪਹਿਲਾਂ ਤਾਂ ਇਹ ਸੀ ਵੀ ਆਪਾਂ ਸੇਫ ਕੋਈ এনवायरमेंट ਲੱਭਣਾ ਹੈ एनवायरनमेंट ਲੱਭਣ ਤੋਂ ਬਾਅਦ ਵੀ ਆਪਾਂ ਜਿਹੜੀ ਦੂਜੀ ਸਿਚੁਏਸ਼ਨ ਸੀਗੀ ਵੀ ਈਵੈਲਿਊਏਟ ਕਰਨਾ ਹੈ ਵੀ ਸਿਚੁਏਸ਼ਨ ਦਾ ਕੀ ਹੈ ਵੀ ਹਾਂ ਵੀ ਸਿਚੁਏਸ਼ਨ ਪੇਸ਼ੈਂਟ ਦੀ ਜਿਹੜੀ ਹਾਲਤ ਹੈ ਉਹ ਕਿਵੇਂ ਹੈ ਫਿਰ ਤੀਜੇ ਆਪਸ਼ਨ ਚ ਆਪਾਂ ਵੇਖਿਆ ਵੀ ਕੋਈ ਵੀ ਆਪਾਂ ਕੀ ਪੜਿਆ ਸੀ ਵੀ ਜਿਹੜੀ ਵੀ ਸਿੱਖ ਹੈਲਪ ਵੀ ਆਪਾਂ ਹੈਲਪ ਲੈਣ ਦੀ ਕੋਸ਼ਿਸ਼ ਕਰਨੀ ਹੈ ਹੁਣ ਇੱਥੇ ਗੱਲ ਕਰ ਰਿਹਾ ਪ੍ਰੋਵਾਈਡ ਫਰਸਟ ایڈ ਹੁਣ ਆਪਾਂ ਕੀ ਕਰਨਾ ਹੈ ਫਰਸਟ ایڈ ਨੂੰ ਪ੍ਰੋਵਾਈਡ ਕਰਾਉਣੀ ਹੈ ਆ ਸਾਰੀ ਸਿਚੁਏਸ਼ਨ ਵੇਖਣ ਤੋਂ ਬਾਅਦ ਤੁਸੀਂ ਫਰਸਟ ایڈ ਉਹ ਪ੍ਰੋਵਾਈਡ ਕਰਨੀ ਹੈ ਵੀ ਇੱਥੇ ਕੀ ਗੱਲ ਕੀਤੀ ਜਾ ਰਹੀ ਹੈ ਵੀ ਫੋਲੋਇੰਗ ਚੈਪਟਰ ਇਜ਼ ਮੈਨੂਅਲ ਵੀ ਜਦੋਂ ਤੁਸੀਂ ਫਰਸਟ ایڈ ਪ੍ਰੋਵਾਈਡ ਕਰਨੀ ਹੈ ਵੀ ਤੁਸੀਂ ਉਸ ਪਰਸਨ ਨੂੰ ਕੋਲਡ ਐਂਡ ਹੀਟ ਤੋਂ ਥੋੜਾ ਜਿਹਾ ਵੀ ਕੀ ਕਰਨਾ ਹੈ ਵੀ ਉਹਨੂੰ ਬਚਾ ਕੇ ਰੱਖਣਾ ਹੈ ਠੀਕ ਹੈ ਨਾ ਜੀ ਡੂ ਨਾਟ ਗਿਵ ਐਨੀਥਿੰਗ ਟੂ ਈਟ ਵੀ ਕਿਸੇ ਕਿਸੇ ਸਿਚੁਏਸ਼ਨ ਦੇ ਵਿੱਚ ਤਾਂ ਤੁਸੀਂ ਉਹਨੂੰ ਕੁਝ ਖਾਣ ਨੂੰ ਦੇ ਸਕਦੇ ਹੋ ਬਟ ਐਵੇਂ ਨਹੀਂ ਵੀ ਹਾਂ ਵੀ ਹਰ ਸਿਚੁਏਸ਼ਨ ਦੇ ਵਿੱਚ ਹੀ ਵੀ ਫਿਰ ਤੁਸੀਂ ਸਿਚੁਏਸ਼ਨ ਵੇਖਣੀ ਹੈ ਤੇ ਉਹਨੂੰ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਠੀਕ ਹੈ ਨਾ ਜੀ ਤੇ ਹੋਰ ਕੀ ਕਰ ਸਕਦੇ ਆ ਜਾਂ ਤਾਂ ਫਿਰ ਕੁਝ ਹੋਰ ਜਾਂ ਫਿਰ ਉਹ ਪਰਸਨ ਫੀਲਿੰਗ ਕੋ ਅਨਕੌਂਸ਼ੀਅਸ ਕਰ ਰਿਹਾ ਜਾਂ ਫਿਰ ਹੋਰ ਇੱਥੇ ਗੱਲ ਕਹੀ ਹੋਈ ਹੈ ਬੀ ਅਵੇਅਰ ਦੈਟ ਐਕਸਪੀਰੀਐਂਸਿੰਗ ਐਂਡ ਐਮਰਜੈਂਸੀ ਸਿਚੁਏਸ਼ਨ ਇਜ਼ ਅ ਵੈਰੀ ਸਟ੍ਰੈਸਫੁਲ ਐਕਸਪੀਰੀਐਂਸ ਫਾਰ ਦਾ ਇੰਜਰਡ অর ਅ ਸਿਕ ਪਰਸਨ ਵੀ ਇਹੋ ਜੀ ਸਿਚੁਏਸ਼ਨ ਜਦੋਂ ਵੀ ਕਿਸੇ ਪਰਸਨ ਤੇ ਆਉਂਦੀ ਹੈ ਠੀਕ ਹੈ ਨਾ ਜੀ ਐਮਰਜੈਂਸੀ ਸਿਚੁਏਸ਼ਨ ਆਉਂਦੀ ਹੈ ਸੋ ਪਰਸਨ ਨਾਲ ਥੋੜਾ ਜਿਹਾ ਬਹੁਤ ਜ਼ਿਆਦਾ ਸਟ੍ਰੈਸਫੁਲ ਐਕਸਪੀਰੀਐਂਸ ਹੁੰਦਾ ਉਹਦੇ ਲਈ ਠੀਕ ਹੈ ਨਾ ਜੀ ਫਿਰ ਤੁਸੀਂ ਕੀ ਕਰਨਾ ਹੈ ਉਸ ਸਿਚੁਏਸ਼ਨ ਦੇ ਅਕੋਰਡਿੰਗ ਹੀ ਤੁਸੀਂ ਜਵਾਬ ਦੇਣਾ ਹੈ ਜਾਂ ਫਿਰ ਕਹਿ ਸਕਦੇ ਹੋ ਵੀ ਰਿਸਪੌਂਸ ਕਰਨਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਟੂ ਸਪੋਰਟ ਹਿਮ ਥਰੂ ਦਾ ਆਡੀਅਲ ਫੋਲੋ ਦਾ ਸਿੰਪਲ ਟਿਪਸ ਵੀ ਤੁਸੀਂ ਕਿਹੜੇ ਕਿਹੜੇ ਸਿੰਪਲ ਟਿਪਸ ਨੂੰ ਤੁਸੀਂ ਫਾਲੋ ਕਰ ਸਕਦੇ ਹੋ ਇਹਨਾਂ ਬਾਰੇ ਵੀ ਆਪਾਂ ਵੇਖ ਲੈਣੇ ਆ ਟੈਲ ਦ ਇੰਜਰਡ ਪਰਸਨ ਯੂਅਰ ਨੇਮ ਵੀ ਤੁਸੀਂ ਨਾ ਇਹ ਇਸ ਪੁਆਇੰਟ ਨੂੰ ਸਮਝਾਉਣ ਦਾ ਮਤਲਬ ਇਹ ਹੈ ਵੀ ਜਿਹੜਾ ਵੀ ਪਰਸਨ ਜ਼ਖਮੀ ਹੈ ਵੀ ਤੁਸੀਂ ਨਾ ਉਹਨੂੰ ਇੱਕ ਅ ਟੈਂਪੋਰਰੀ ਹੈਲਪ ਦੇਣ ਦੇ ਨਾਲ-ਨਾਲ ਇੱਕ ਨਾ ਹੌਸਲਾ ਵੀ ਦੇਣਾ ਵੀ ਹਾਂ ਵੀ ਮੇਰਾ ਨਾਮ ਇਹ ਹੈ ਵੀ ਥੋੜਾ ਜਿਹਾ ਰਿਲੈਕਸ ਹੋ ਜਾਏ ਵੀ ਉਹਨੂੰ ਕੀ ਪਤਾ ਵੀ ਹਾਂ ਵੀ ਮੈਂ ਕਿੱਥੇ ਆ ਵੀ ਤੁਸੀਂ ਕੌਣ ਹੋ ਵੀ ਮੇਰੀ ਹੈਲਪ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਵੀ ਤੁਸੀਂ ਉਹਨੂੰ ਦੱਸੋ ਵੀ ਹਾਂ ਵੀ ਮੇਰਾ ਨਾਮ ਵੀ ਇਹ ਹੈ ਤੇ ਮੈਂ ਤੁਹਾਡੀ ਹੈਲਪ ਐਵੇਂ ਕਰਨੀ ਆ ਵੀ ਅਸੀਂ ਨਾ ਹੁਣ ਹਸਪੀਟਲ ਜਾਣਾ ਹੈ ਤੇ ਤੁਸੀਂ ਠੀਕ ਹੋ ਜਾਓਗੇ ਵੀ ਤੁਸੀਂ ਥੋੜਾ ਬਤਾਉ ਨੂੰ ਮੋਟੀਵੇਟ ਕਰਦੇ ਰਹਿਣਾ ਹੈ ਤੇ ਉੱਤੇ ਹੋਰ ਕੀ ਗੱਲ ਕਹੀ ਜਾ ਰਹੀ ਆ ਵੀ ਇਹਦੇ ਨਾਲ ਕੀ ਹੋ ਜਾਊਗਾ ਉਹ ਪਰਸਨ ਹੋਊਗਾ ਨਾ ਵੀ ਰਿਲੈਕਸ ਹੋ ਜਾਊਗਾ ਸੋ ਪਰਸਨ ਤੁਹਾਡੀ ਗੱਲ ਨੂੰ ਸੁਨੇਗਾ ਵੀ ਕੰਸਰਨ ਕਰੇਗਾ ਕਾਈਂਡਨੈਸ ਨਾਲ ਵੀ ਤੁਸੀਂ ਨਾ ਥੋੜਾ ਜਿਹਾ ਉਹਨੂੰ ਵੀ ਹਮਦਰਦੀ ਜੇ ਨਾਲ ਵੀ ਹੌਸਲਾ ਜਾਂ ਦੇਣਾ ਹੈ ਥੰਪਿੰਗ ਕਰਨੀ ਹੋਦੀ ਥੋੜੀ ਬਹੁਤੀ ਸੋ ਇਹਦੇ ਕਰਕੇ ਉਹ ਕੰਫਰਟੇਬਲ ਹੋ ਜਾਏਗਾ ਠੀਕ ਹੈ ਨਾ ਜੀ ਸੋ ਤੁਸੀਂ ਇਸ ਗੱਲ ਦਾ ਵੀ ਬਹੁਤ ਸੰਗੀਤ ਨਾਲ ਧਿਆਨ ਰੱਖਣਾ ਹੈ ਸੋ ਜੇ ਇੱਥੇ ਹੋਰ ਗੱਲ ਕੀਤੀ ਜਾ ਰਹੀ ਜੇ ਉਹ ਬਹੁਤ ਜਿਆਦਾ ਟੈਨਸ਼ਨ ਲੈ ਰਿਹਾ ਵੇ ਤੁਸੀਂ ਕੀ ਕਰੋਗੇ ਫਿਰ ਫਿਰ ਤੁਸੀਂ ਨਾ ਉਹਨੂੰ ਥੋੜਾ ਜਿਹਾ ਵੀ ਕਹੋਗੇ ਵੀ ਹਾਂ ਵੀ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੁਣ ਆਪਾਂ ਸੇਫ ਆ ਵੀ ਯਾ ਤਾਂ ਫਿਰ ਉਹਨੂੰ ਕਹੋਗੇ ਵੀ ਹਾਂ ਵੀ ਇਨਕ੍ਰੀਜ਼ ਫੈਮਿਲੀ ਐਂਡ ਲਵਨ ਟੂ ਸਟੇ ਵਿਦ ਹਿਮ ਵੀ ਉਹਦੇ ਕੋਈ ਫੈਮਿਲੀ ਮੈਂਬਰਸ ਨੂੰ ਆਪਾਂ ਬੁਲਾ ਸਕਦੇ ਆ ਵੀ ਉਹ ਆਪਾਂ ਕਹਿ ਦਵਾਂਗੇ ਕਿ ਹਾਂ ਵੀ ਉਹ ਪਰਸਨ ਆ ਰਿਹਾ ਸੋ ਆਪਾਂ ਬਹੁਤ ਸਾਰੀਆਂ ਗੱਲਾਂ ਨੂੰ ਆਪਾਂ ਫੋਲੋ ਕਰ ਸਕਦੇ ਆ ਵੀ ਐਕਸਪਲੇਨ ਕਰ ਸਕਦੇ ਆ ਉਹ ਪਰਸਨ ਨੂੰ ਵੀ ਹੋਇਆ ਕੀ ਆ ਵੀ ਤੇਰੇ ਨਾਲ ਕੀ ਹੋ ਗਿਆ ਵੀ ਤੂੰ ਬਹੁਤਾ ਘਬਰਾਉਣ ਦੀ ਤੈਨੂੰ ਲੋੜ ਨਹੀਂ ਹੈਗੀ ਬਸ ਤੂੰ ਹੁਣ ਹਸਪੀਟਲ ਜਾ ਕੇ ਠੀਕ ਠੀਕ ਹੈ ਨਾ ਜੀ ਸੋ ਇਹ ਆਪਣਾ ਇੰਨੇ ਫੋਰਥ ਜਿਹੜੇ ਉਹ ਸੀਗੇ ਆਪਣੇ ਉਹ ਉਹ ਤਾਂ ਆਪਾਂ ਵੇਖ ਲੈ ਹੁਣ ਆਪਾਂ ਗੱਲ ਕਰਦੇ ਆ ਵੈਨ ਕੈਨ ਆਈ ਸਟਾਪ ਪ੍ਰੋਵਾਈਡਿੰਗ ਫਰਸਟ ایڈ ਵੀ ਹੁਣ ਇਹ ਕੁਐਸਚਨ ਆ ਗਿਆ ਵੀ ਤੁਸੀਂ ਇਹ ਜਿਹੜੀ ਫਰਸਟ ਏਡ ਹੈ ਵੀ ਉਹ ਤੁਸੀਂ ਸਟਾਪ ਕਦੋਂ ਕਰਨੀ ਹੈ ਵੀ ਇਹ ਕੁਐਸਚਨ ਵੀ ਤਾਊਗਾ ਨਾ ਵੀ ਤੁਸੀਂ ਕਦੋਂ ਸਟਾਪ ਕਰ ਸਕਦੇ ਹੋ ਜਦੋਂ ਇਹ ਕੁਐਸਚਨ ਆਇਆ ਵੀ ਇਹ ਜਿਹੜੀ ਫਰਸਟ ਏਡ ਹੈ ਉਹ ਕਦੋਂ ਤੁਸੀਂ ਸਟਾਪ ਕਰਨੀ ਹੈ ਸੋ ਇਹ ਕੁਐਸਚਨ ਪੁੱਛਣ ਤੋਂ ਪਹਿਲਾਂ ਤੁਸੀਂ ਖੁਦ ਨੂੰ ਹੀ ਪੁੱਛਣਾ ਨਾ ਸੋ ਇਹ ਵੇਖ ਸਕਦੇ ਹਾਂ ਇੱਥੇ ਲਿਖਿਆ ਹੋਇਆ ਵੀ ਵਿਦਨ ਫਰਸਟ ਏਡ सीपीआर इज अ लाइफ सेविंग एक्टिविटी जमे की सीपीआर एक लाइफ सेविंग एक्टिविटी है यू कैन बट व्हेन यू कैन स्टॉप गिविंग सीपीआर ਵੀ ਤੁਸੀਂ ਸਟਾਪ ਕਦੋਂ ਕਰਨੀ ਹੈ ਇਹ ਕੁਐਸਚਨ ਆਊਗਾ ਆਪਣੇ ਮਨ ਦੇ ਵਿੱਚ ਜ਼ਰੂਰ ਤੋਂ ਆਊਗਾ ਸੋ ਇੱਥੇ ਗੱਲ ਕਹੀ ਜਾ ਰਹੀ ਹੈ ਵੀ देयर आर 4 ਰੀਜ਼ਨ ਇੱਥੇ ਚਾਰ ਰੀਜ਼ਨਸ ਹੈਗੇ ਆ ਵੀ 4 ਰੀਜ਼ਨ ਤੁਹਾਨੂੰ ਵੇਖਣ ਨੂੰ ਮਿਲਦੇ ਆ ਵੀ ਤੁਹ ਤੁਸੀਂ ਸੀਪੀਆਰ ਨੂੰ ਸਟਾਪ ਕਰ ਸਕਦੇ ਹੋ ਜਦੋਂ ਤੁਸੀਂ ਵੇਖਿਆ ਵੀ ਹਾਂ ਵੀ ਉਹ ਪਰਸਨ ਨੂੰ ਥੋੜਾ ਜਿਹਾ ਵੀ ਸਾਹ ਆ ਰਿਹਾ ਵੀ ਹਾਂ ਵੀ ਉਹ ਪਰਸਨ ਥੋੜਾ ਜਿਹਾ ਰਿਲੈਕਸ ਹੋ ਗਿਆ ਜਾਂ ਫਿਰ ਆਪਾਂ ਨੂੰ ਪਤਾ ਲੱਗ ਗਿਆ ਵੀ ਜਾਂ ਫਿਰ ਆਪਾਂ ਟ੍ਰੇਨਿੰਗ ਲਈ ਹੋਈ ਆ ਵੀ ਹਾਂ ਵੀ ਕਦੋਂ ਵੀ ਇਹ ਮੈਡੀਕਲ ਪ੍ਰੋਫੈਸ਼ਨਲਸ ਤੋਂ ਦੁਆਰਾ ਵੀ ਇਹ ਕਦੋਂ ਆਪਾਂ ਆਪਾਂ ਨੂੰ ਇਹ ਸਟਾਪ ਕਰਨਾ ਚਾਹੀਦਾ ਜਾਂ ਤਾਂ ਫਿਰ ਆਪਾਂ ਬਹੁਤ ਜ਼ਿਆਦਾ ਥੱਕ ਚੁੱਕੇ ਆ ਹਨਾ ਵੀ ਸੀਪੀਆਰ ਦੇਣ ਟਾਈਮ ਵੀ ਹਾਂ ਵੀ ਆਪਾਂ ਹੁਣ ਨਹੀਂ ਦੇ ਸਕਦੇ ਜਾਂ ਤਾਂ ਫਿਰ ਉਹ ਜਿਹੜੀ ਸਿਚੁਏਸ਼ਨ ਹੈ ਉਹ ਅਨਸੇਫ ਹੈ ਉਹ ਠੀਕ ਹੈ ਨਹੀਂ ਆਪਣੇ ਲਈ ਸੋ ਆਪਾਂ ਜਿਹੜੀ ਸੀਪੀਆਰ ਹੈ ਜਾਂ ਫਿਰ ਜਿਹੜੀ ਆਪਣੀ ਫਸਟ ਏਡ ਹੈ ਉਹ ਆਪਾਂ ਉਸ ਟਾਈਮ ਲਈ ਆਪਾਂ ਉਹ ਸਟਾਪ ਹੈ ਉਹ ਕਰ ਸਕਦੇ ਆ ਆਪਾਂ ਇੱਥੇ ਤੱਕ ਤਾਂ ਕਲੀਅਰ ਕਰ ਲਿਆ ਉਮੀਦ ਹੈ ਤੁਹਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵੀ ਜਿਹੜੀ ਫਰਸਟ ایڈ ਹੈ ਵੀ ਇਹ ਕੋਈ ਜ਼ਰੂਰੀ ਨਹੀਂ ਕਿ ਹਾਂ ਵੀ ਜੇ ਤੁਸੀਂ ਵਾਰਡ اٹੈਂਡੈਂਟ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਹੀ ਤੁਸੀਂ ਵੇਖ ਸਕਦੇ ਹੋ ਵੈਸੇ ਇਹ ਤੁਹਾਡੇ ਲਈ ਵੀਡੀਓ ਬਹੁਤ ਹੀ ਹੈਲਪਫੁਲ ਰਹੀ ਹੈ ਸੋ ਮੈਂ ਹੋਪ ਤਾਂ ਇਹ ਕਰਦਾ ਵੀ ਇਹਨਾਂ ਵਿੱਚੋਂ ਹੀ ਤੁਹਾਡੇ ਬਹੁਤ ਸਾਰੇ ਜਿਹੜੇ ਕੁਐਸਚਨ ਹੋਣਗੇ ਉਹ ਬਣਨਗੇ ਸੋ ਜੇਕਰ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇ ਤਾਂ ਇਹਨੂੰ ਲਾਈਕ ਕਰ ਲਓ ਆਪਣੇ ਦੋਸਤਾਂ ਨਾਲ ਵੀ ਇਹਨੂੰ ਤੁਸੀਂ ਜ਼ਰੂਰ ਤੋਂ ਸ਼ੇਅਰ ਕਰ ਲਓ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਵੀ ਜ਼ਰ carlo thank you so much for watching god bless you all